ਹੈਲੋ ਸਟੂਡੈਂਟਸ ਬੇਟਾ 3rd ਯੂਨਿਟ ਕਰ ਰਹੇ ਆਪਾਂ ਇਲੈਕਟ੍ਰੋਕੈਮਿਸਟਰੀ ਇਹਦੇ ਵਿੱਚ ਅੱਜ ਕਰਾਂਗੇ ਕਮਰਸ਼ੀਅਲ ਸੈਲਸ ਇਸ ਲੈਸਨ ਦੇ ਵਿੱਚ ਆਪਾਂ ਗਲਵੈਨਿਕ ਸੈਲ ਜਾਂ ਵੋਲਟਿਕ ਸੈਲ ਕਹ ਲੋ ਤੇ ਇਲੈਕਟ੍ਰੋਲਿਟਿਕ ਸੈਲਸ ਨੇ ਜਿਹੜੇ ਇਹ ਦੋਨੇ ਸੈਲ ਆਪਾਂ ਡਿਸਕਸ ਕੀਤੇ ਨੇ ਹੁਣ ਇਹਨਾਂ ਦੋਨਾਂ ਨੂੰ ਆਪਾਂ ਕਿਸ ਤਰ੍ਹਾਂ ਯੂਜ਼ ਕਰਾਂਗੇ ਕਮਰਸ਼ੀਅਲ ਲੈਵਲ ਦੇ ਉੱਤੇ ਕਿ ਇਹਨਾਂ ਸੈਲਾਂ ਦਾ ਆਪਾਂ ਯੂਜ਼ ਕਿਸ ਤਰ੍ਹਾਂ ਕਰਦੇ ਆਂ ਡੇਲੀ ਰੁਟੀਨ ਦੇ ਵਿੱਚ ਆਪਣੇ ਯੂਜ਼ ਹੁੰਦਾ ਜਿਵੇਂ ਕਿ ਰਿਮੋਟ ਕੰਟਰੋਲ ਹੋ ਗਿਆ ਉਹਦੇ ਵਿੱਚ ਸੈੱਲ ਪਾਏ ਹੋਏ ਹੁੰਦੇ ਨੇ ਔਰ ਵਾਲ ਕਲॉक ਹੋਗੇ ਉਹਦੇ ਵਿੱਚ ਸੈੱਲ ਹੁੰਦੇ ਨੇ ਰਿਸਟ ਵਾਚ ਹੁੰਦੀ ਆ ਉਹਦੇ ਵਿੱਚ ਸੈੱਲ ਪਾਏ ਜਾਂਦੇ ਨੇ ਕੈਲਕੂਲੇਟਰਸ ਨੇ ਉਹਦੇ ਵਿੱਚ ਸੈੱਲ ਹੁੰਦੇ ਨੇ ਠੀਕ ਹੈ ਟੌਇਜ਼ ਨੇ ਖੇਡਣੇ ਜਿਹੜੀਆਂ ਖੇਡਣ ਵਾਲੀਆਂ ਉਹਨਾਂ ਦੇ ਵਿੱਚ ਸੈੱਲ ਪਾਏ ਜਾਂਦੇ ਨੇ ਗੀਜ਼ਰ ਆ ਜਿਹੜਾ ਗੈਸ ਵਾਲਾ ਗੀਜ਼ਰ ਆ ਉਹਦੇ ਵਿੱਚ ਵੀ ਸੈੱਲ ਪਾਏ ਜਾਂਦੇ ਨੇ ਤੇ ਘਰਾਂ ਦੇ ਵਿੱਚ ਆਪਣੇ ਇਨਵਰਟਰ ਬੈਟਰੀਆਂ ਲੱਗੀਆਂ ਹੋਈਆਂ ਨੇ ਇਹ ਸਾਰੇ ਕਮਰਸ਼ੀਅਲ ਸੈੱਲਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਗਲਵੈਨਿਕ ਸੈੱਲ ਤੇ ਇਲੈਕਟ੍ਰੋਲਿਟਿਕ ਸੈੱਲਸ ਨੇ ਜਿਹੜੇ ਉਹ ਅਲੱਗ-ਅਲੱਗ ਤਰ੍ਹਾਂ ਨਾਲ ਕਿਸ ਤਰ੍ਹਾਂ ਯੂਜ਼ ਕੀਤੇ ਜਾਂਦੇ ਨੇ ਉਹਦੇ ਬਾਰੇ ਦੇ ਵਿੱਚ ਆਪਾਂ ਅੱਜ ਹੁਣ ਪੜ੍ਹਾਂਗੇ ਕਮਰਸ਼ੀਅਲ ਸੈਲ ਦੇਖੋ ਸੈਲ ਤਾਂ ਹੁੰਦਾ ਜਦੋਂ ਇੱਕ ਜਿਵੇਂ ਆਪਾਂ ਜਨਰਲ ਜਿਹੜਾ ਆਪਾਂ ਕਰਦੇ ਆਂਗੇ ਸੈਲ ਆਪਾਂ ਕੀ ਬਣਾਉਨੇ ਆ ਕਿ ਇੱਕ ਲੌਂਗ ਲਾਈਨ ਤੇ ਇੱਕ ਸ਼ਾਰਟ ਜਾਨਕਿ ਇਹ ਲੌਂਗ ਪੋਜ਼ਿਟਿਵ ਨਹੀਂ ਸ਼ੋ ਕਰਗੇ 네ਗੇਟਿਵ ਨੂੰ ਆਪਾਂ ਕਹਿੰਦੇ ਇੱਕ ਸੈਲ ਹੋ ਗਿਆ ਜੇਕਰ ਆਪਾਂ ਇਹਨਾਂ ਨੂੰ ਜ਼ਿਆਦਾ ਨੂੰ ਜੋੜ ਦਈਏ ਇੱਕ ਪੋਜ਼ਿਟਿਵ ਹੋਰ ਨਾਲ ਜੋੜਤਾ 네ਗੇਟਿਵ ਇੱਕ ਪੋਜ਼ਿਟਿਵ ਹੋਰ ਤੇ ਨਾਲ ਨੈਗੇਟਿਵ ਐਦਾ ਮਤਲਬ ਇੱਕ 셀 ਇਹ ਹੋ ਗਿਆ ਇੱਕ ਇਹ ਹੋ ਗਿਆ ਤੇ ਕ ਇਹ ਹੋ ਗਿਆ ਤਿੰਨ 셀 ਹੋ ਗਏ ਜਦੋਂ ਅਸੀਂ ਜਾਦਾ ਸੈਲਾਂ ਨੂੰ ਜੋੜ ਦਿੰਨੇ ਆ ਤਾਂ ਉਹਨੂੰ ਆਪਾਂ ਬੈਟਰੀ ਕਹਿੰਦੇ ਆ ਤੁਹਾਡੇ ਟੀਚਰ ਸਾਹਿਬਾਂ ਜਦੋਂ ਤੁਹਾਨੂੰ ਪ੍ਰੈਕਟੀਕਲ ਕਰਵਾਉਂਦੇ ਸੀ ਨੌਵੀਂ ਦਸਵੀਂ ਦੇ ਵਿੱਚ ਜਾਂ ਹੁਣ ਵੀ ਫਿਜ਼ਿਕਸ ਦੇ ਹੁੰਦੇ ਨੇ ਤਾਂ ਉਹਦੇ ਵਿੱਚ ਜਦੋਂ ਸੈਲਾਂ ਨੂੰ ਜੋੜ ਕੇ ਆਪਾਂ ਕੀ ਬਣਾਉਂਦੇ ਆ ਬੈਟਰੀ ਬਣਾਉਂਦੇ ਆ ਬੈਟਰੀ ਇਹਦਾ ਮਤਲਬ ਕੀ ਹੋ ਗਿਆ ਇੱਕ ਅਰੇਂਜਮੈਂਟ ਹੋ ਗਿਆ ਸੈਲਸ ਦਾ ਜਿਹਨੂੰ ਆਪਾਂ ਇਲੈਕਟ੍ਰਿਕ ਕਰੰਟ ਨੂੰ ਪ੍ਰੋਡਿਊਸ ਕਰਨ ਦੇ ਲਈ ਯੂਜ਼ ਕਰਦੇ ਆਗੇ ਆ ਬੈਟਰੀਆਂ ਨੇ ਜਿਹੜੀਆਂ ਇਹਨਾਂ ਦਾ ਇੱਕ ਤਾਂ ਮਤਲਬ ਜਿਹੜੇ ਕਮਰਸ਼ੀਅਲ ਲੈਵਲ ਦੇ ਉੱਤੇ ਜਿਹੜੇ ਸੈਲਸ ਨੇ ਜਾਂ ਬੈਟਰੀਜ਼ ਯੂਜ਼ ਕੀਤੀਆਂ ਜਾਂਦੀਆਂ ਨੇ ਇੱਕ ਤਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਵੀ ਇਹਦੀ ਰਿਕੁਆਇਰਮੈਂਟ ਕੀ ਹੋਣੀ ਚਾਹੀਦੀ ਹੈ ਇਹਦੀ ਰਿਕੁਆਇਰਮੈਂਟ ਇਹ ਆ ਕਿ ਇੱਕ ਤਾਂ ਇਹ ਹਲਕੇ ਹੋਣੇ ਚਾਹੀਦੇ ਨੇ ਤਾਂ ਕਿ ਸਾਨੂੰ ਟ੍ਰਾਂਸਪੋਰਟ ਕਰਨ ਦੇ ਲਈ ਈਜ਼ੀ ਹੋਵੇ ਇੱਧਰ ਤੋਂ ਉੱਧਰ ਔਰ ਇਹਨਾਂ ਦੀ ਲੌਂਗ ਲਾਈਫ ਹੋਣੀ ਚਾਹੀਦੀ ਹੈ ਜਿਆਦਾ ਲੰਬੇ ਸਮੇਂ ਤੱਕ ਅਸੀਂ ਇਹਨਾਂ ਨੂੰ ਯੂਜ਼ ਕਰ ਸਕੀਏ ਔਰ ਜਿਹੜੀ ਇਹਦੀ ਵੋਲਟੇਜ ਆ ਇਸ ਬੈਟਰੀ ਤੋਂ ਉਹ ਵੇਰੀ ਨਹੀਂ ਕਰਨੀ ਚਾਹੀਦੀ ਐ ਨਹੀਂ ਕਦੇ ਘਟ ਗਈ ਜਾਂ ਵਧ ਗਈ ਥਰੂਆਊਟ ਪੂਰੇ ਦੇ ਪੂਰੇ ਤੇ ਉਹ ਸੇਮ ਰਹਿਣੀ ਚਾਹੀਦੀ ਹੈਗੀ ਹੁਣ ਕਮਰਸ਼ੀਅਲ ਸੈਲ ਕਿੰਨੇ ਤਰ੍ਹਾਂ ਦੇ ਨੇ ਕਮਰਸ਼ੀਅਲ ਸੈਲਸ ਨੇ ਜਿਹੜੇ ਦੇ ਆਰ ਆਫ 2 ਟਾਈਪਸ ਦੋ ਤਰ੍ਹਾਂ ਦੇ ਹੁੰਦੇ ਨੇ ਪਹਿਲਾ ਇੱਕ ਕਹਿੰਦੇ ਅਸੀਂ ਪ੍ਰਾਇਮਰੀ ਸੈਲਸ ਪ੍ਰਾਇਮਰੀ ਬੈਟਰੀਜ਼ ਕਹ ਲੋ ਚਾਹੇ ਸੈਲਸ ਕਹ ਲੋ ਠੀਕ ਹੈ ਜੀ ਬੈਟਰੀਜ਼ ਨੇ ਜਦੋਂ ਜਾਵੇ ਹੀ ਹੋਣਗੇ ਵੈਸੇ ਬੈਟਰੀਜ਼ ਦੇ ਵਿੱਚ ਆਪਾਂ ਇਹਨੂੰ ਲਿਖ ਸਕਦੇ ਹਾਂ दूसरा होएगा सेकेंडरी सेकेंडरी बैटरीज और सेल्स इन्हें और सेल्स पा जेकर जेकर सेल होएगा और जेकर ज्यादा होने तो उन्होंने आप बैटरी कह देंगे <coughs> प्राइमरी सेल और प्राइमरी बैटरी ਦੇਖੋ ਪਹਿਲਾਂ ਤਾਂ ਜਿਹੜੇ ਇਹ ਸੈੱਲ ਜਾਂ ਬੈਟਰੀ ਨੇ ਸਾਰਿਆਂ ਦੇ ਵਿੱਚ ਹੀ ਹੋਣਾ ਕੀ ਆ ਆਕਸੀਡੇਸ਼ਨ ਤੇ ਰਿਡਕਸ਼ਨ ਹੋਣੀ ਹੈ ਨਾ ਆਕਸੀਡੇਸ਼ਨ ਹੋਣੀ ਆ ਤੇ ਰਿਡਕਸ਼ਨ ਹੋਣੀ ਆ ਇਹ ਦੋਨੇ ਪ੍ਰੋਸੈਸ ਹੋਣੇ ਨੇ ਜਿਹੜੇ ਹੁਣ ਤੱਕ ਆਪਾਂ ਪੜਦੇ ਆਏ ਆ ਪੂਰੇ ਲੈਸਨ ਦੇ ਵਿੱਚ ਜਾਨੀ ਕਿ ਇਹ ਰਿਡੌਕਸ ਰਿਐਕਸ਼ਨ ਹੋਣੀ ਹੈ ਇਹਨਾਂ ਦੇ ਵਿੱਚ ਰਿਡੌਕਸ ਰਿਐਕਸ਼ਨ ਚਾਹੇ ਤਾਂ ਕੈਮੀਕल्स ਨੇ ਜਿਹੜੇ ਕੈਮੀਕਲਸ ਨੇ ਜਿਹੜੇ ਉਹ ਰਿਐਕਟ ਕਰਕੇ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਦੇ ਨੇ ਜਾਂ ਅਸੀਂ ਬਾਹਰੋਂ ਇਲੈਕਟ੍ਰਿਸਿਟੀ ਦਿੰਨੇ ਆਗੇ ਤੇ ਕੈਮੀਕਲਸ ਦੇ ਵਿੱਚ ਮੂਵਮੈਂਟ ਹੁੰਦੀ ਹੈਗੀ ਤੇ ਉਹ ਕੈਮੀਕਲਸ ਨੇ ਜਿਹੜੇ ਉਹ ਪ੍ਰੋਡਿਊਸ ਹੁੰਦੇ ਨੇ ਮਤਲਬ ਦੋ ਤਰ੍ਹਾਂ ਦੇ ਨਾਲ ਆਪਾਂ ਸੈੱਲ ਕੀਤੇ ਹੋਏ ਨੇ ਹੁਣ ਪ੍ਰਾਇਮਰੀ ਸੈੱਲ ਨੇ ਜਿਹੜੇ ਇਹਨਾਂ ਦੇ ਵਿੱਚ ਗਲਵੈਨਿਕ ਸੈੱਲ ਆ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਕੀ ਆ ਕਿ ਕੈਮੀਕਲ ਜਿਹੜੀ ਐਨਰਜੀ ਆ ਉਸ ਨੂੰ ਅਸੀਂ ਕੈਮੀਕਲ ਐਨਰਜੀ ਇਜ਼ ਕਨਵਰਟਡ ਇਨਟੂ ਇਲੈਕਟ੍ਰੀਕਲ ਐਨਰਜੀ ਇਦੇ ਵਿੱਚ ਐਗਜ਼ੈਂਪਲ ਆ ਜਾਏਗੀ ਡ్రਾਈ ਸੈੱਲ ਦੀ ਹੋਰ ਕੀ ਹੋ ਸਕਦਾ ਇੱਕ ਮਰਕਰੀ ਸੈੱਲ ਜਿਹੜਾ ਆਮ ਘੜੀਆਂ ਦੇ ਵਿੱਚ ਵੀ ਪੈ ਜਾਂਦਾ ਆ ਰਿਸਟ ਵਾਚ ਦੇ ਵਿੱਚ ਪਿਆ ਹੁੰਦਾ ਮਰਕਰੀ ਸੈੱਲ ਇਹ ਦੋਨੇ ਪ੍ਰਾਇਮਰੀ ਸੈੱਲ ਦੀਆਂ ਐਗਜ਼ੈਂਪਲਸ ਨੇ ਦੇ ਆਰ ਨੋਟ ਚਾਰਜੇਬਲ ਇਹਨਾਂ ਨੂੰ ਅਸੀਂ ਚਾਰਜ ਨਹੀਂ ਕਰ ਸਕਦੇ ਦੇ ਆਰ ਨੋਟ ਚਾਰਜੇਬਲ ਅਸੀਂ ਇਹਨਾਂ ਨੂੰ ਚਾਰਜ ਨਹੀਂ ਕਰ ਸਕਦੇ ਏ ਵਨ ਡਾਇਰੈਕਸ਼ਨਲ ਨੇ ਕਿ ਸਾਰਾ ਜਿਹੜਾ ਇਹਦੀ ਕੈਮੀਕਲ એનર્ਜੀ ਆ ਉਸਨੇ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਹੋ ਜਾਣਾ ਹੈ ਇਸ ਤਰ੍ਹਾਂ ਨਹੀਂ ਹੈਗਾ ਕਿ ਜੇ ਅਸੀਂ ਬਾਹਰੋਂ ਇਹਨੂੰ ਇਲੈਕਟ੍ਰਿਸਿਟੀ ਦਈਏ ਤੇ ਫਿਰ ਇਹਦੇ ਕੈਮੀਕਲਸ ਦੇ ਵਿੱਚ ਕਨਵਰਟ ਹੋ ਜਵੇ ਇਸ ਤਰ੍ਹਾਂ ਨਹੀਂ ਹੋਏਗਾ ਜਦਕਿ ਜਿਹੜੇ ਸੈਕੰਡਰੀ ਸੈਲਸ ਨੇ ਸੈਕੰਡਰੀ ਜਾਂ ਬੈਟਰੀਜ਼ ਨੇ ਉਹ ਚਾਰਜੇਬਲ ਹੋਣਗੇ ਸੈਕੰਡ ਤੇ ਜਿਹੜਾ ਆਪਾਂ ਕੀਤਾ ਸੈਕੰਡਰੀ ਸੈਲਸ ਆਰ ਬੈਟਰੀਜ਼ ਸਕੈਂਡਰੀ ਬੈਟਰੀਸ ਨੇ ਜਿਹੜੀਆਂ ਚਾਰਜੇਬਲ ਨੇ ਚਾਰਜੇਬਲ ਚਾਰਜੇਬਲ ਦਾ ਮਤਲਬ ਕੀ ਹੋਇਆ ਕਿ ਜਦੋਂ ਪਹਿਲਾਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਨੀ ਆ ਉਦੋਂ ਤੱਕ ਕੈਮੀਕਲ એનર્ਜੀ ਹੈ ਜਿਹੜੀ ਦੈਟ ਇਜ਼ ਕਨਵਰਟਡ ਇਨਟੂ ਇਲੈਕਟ੍ਰੀਕਲ એનર્ਜੀ ਉਸ ਤੋਂ ਬਾਅਦ ਜਦੋਂ ਉਹ ਚਾਰਜ ਹੁੰਦੇ ਨੇ ਦੂਸਰਾ ਬੈਕ ਰਿਐਕਸ਼ਨ ਚੱਲ ਪੈਂਦਾ ਕਿ ਇੱਧਰ ਨੂੰ ਉਲਟਾ ਰਿਐਕਸ਼ਨ ਚੱਲਦਾ ਕਿ ਇਲੈਕਟ੍ਰੀਕਲ એનર્ਜੀ ਆ ਜਿਹੜੀ ਬਾਹਰੋਂ ਦਿੱਤੀ ਜਾਂਦੀ ਆ ਬਾਹਰੋਂ ਇਲੈਕਟ੍ਰਿਸਿਟੀ ਦਿੱਤੀ ਜਾਂਦੀ ਆ ਤੇ ਉਹ ਕੈਮੀਕਲ એનર્ਜੀ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਇਹਨੂੰ ਆਪਾਂ ਕਹਿੰਦੇ ਆ ਸਕੈਂਡਰੀ ਬੈਟਰੀਸ ਤੇ ਇਹਦੇ ਵਿੱਚ ਇਹਨਾਂ ਨੂੰ ਆਪਾਂ ਸਟੋਰੇਜ ਸੈਲਸ ਵੀ ਕਹਿ ਦਿੰਨੇ ਆ ਥੀਸ ਆਰ ਆਲਸੋ ਕਾਲਡ ਸਟੋਰੇਜ ਸੈਲਸ ਜਾਂ ਐਕਕਮੂਲੇਟਰਸ ਵੀ ਕਹਿ ਦਿੰਨੇ ਆ ਸਟੋਰੇਜ ਸੈਲਸ ਆਰ ਇਹਨਾਂ ਨੂੰ ਐਕਕਮੂਲੇਟਰਸ ਵੀ ਕਹਿ ਦਿੰਨੇ ਆ ਇਹਦੇ ਵਿੱਚ ਐਗਜ਼ਾਮਪਲ ਹੋਏਗੀ ਲੈਡ ਸਟੋਰੇਜ ਬੈਟਰੀ ਲੈਡ ਸਟੋਰੇਜ ਬੈਟਰੀ ਸਟੋਰੇਜ ਬੈਟਰੀ ਔਰ ਸੈਕੰਡ ਇਸਦੀ ਇੱਕ ਐਗਜ਼ਾਮਪਲ ਤੁਹਾਡੀ ਬੁੱਕ ਦੇ ਉੱਤੇ ਦਿੱਤੀ ਹੋਈ ਆ ਫਰਸਟ ਐਗਜ਼ਾਮਪਲ ਇਹ ਹੋ ਗਈ ਸੈਕੰਡ ਇਹ ਹੋ ਗਈ ਨਿਕਲ ਕੈਡਮੀਅਮ ਨਿਕਲ ਕੈਡਮੀਅਮ ਨਿਕਲ ਕੈਡਮੀਅਮ ਸਟੋਰੇਜ 셀 ਸਟੋਰੇਜ 셀 ਦੋ ਤਰ੍ਹਾਂ ਦੇ ਹੋਗੇ ਇਹ ਸੈਕੰਡਰੀ ਸੈਲਸ ਠੀਕ ਹੈ ਹੁਣ ਆਪਾਂ ਇਹਨਾਂ ਨੂੰ 1 ਬਾਈ 1 ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਹੁਣ ਡਰਾਈ ਸੈਲ ਕਿ ਡਰਾਈ ਸੈਲ ਆ ਜਿਹੜਾ ਉਹਦੀ ਸਟਰਕਚਰ ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਉਹਦੇ ਵਿੱਚ ਰਿਐਕਸ਼ਨਸ ਕਿਸ ਤਰ੍ਹਾਂ ਹੁੰਦੇ ਨੇ ਐਨੋਡ ਦੇ ਉੱਤੇ ਕਿਹੜਾ ਰਿਐਕਸ਼ਨ ਹੋਏਗਾ ਕੈਥੋਡ ਦੇ ਉੱਤੇ ਕਿਹੜਾ ਰਿਐਕਸ਼ਨ ਹੋਏਗਾ ਉਸ ਨੂੰ ਆਪਾਂ ਡਿਸਕਸ ਕਰਾਂਗੇ ਹੁਣ ਜਿਵੇਂ ਵੀ ਆਪਾਂ ਆਕਸੀਡੇਸ਼ਨ ਤੇ ਰਿਡਕਸ਼ਨ ਕੀਤੀ ਐ ਸੇਮ ਉਸੇ ਤਰ੍ਹਾਂ ਜਿਵੇਂ ਆਪਾਂ ਸੈੱਲ ਪਹਿਲਾਂ ਕਰਕੇ ਆਏ ਹੋਏ ਆ ਉਸੇ ਤਰ੍ਹਾਂ ਸੇਮ ਉਸੇ ਤਰ੍ਹਾਂ ਡਿਸਕਸ ਕਰਾਂਗੇ ਬਹੁਤ ਈਜ਼ੀ ਆ ਫਸਟ ਆਫ ਆਲ ਅਸੀਂ ਕਰਦੇਾਂਗੇ ਡਰਾਈ ਸੈੱਲ ਜਿਵੇਂ ਕਿ ਆਪਾਂ ਇੱਥੇ ਪ੍ਰਾਇਮਰੀ ਸੈੱਲ ਦੇ ਵਿੱਚ ਕੀਤਾ ਨਾ ਕਿ ਡਰਾਈ ਸੈੱਲ ਇਸਦੀ ਐਗਜ਼ਾਮਪਲ ਆ ਇਹ ਕੀਤਾ ਆਪਾਂ ਡਰਾਈ ਸੈੱਲ ਮਰਕਰੀ ਸੈਲ ਪਹਿਲਾਂ ਆਪਾਂ ਡਰਾਈ ਸੈਲ ਤੇ ਮਰਕਰੀ ਸੈਲ ਨੂੰ ਡਿਸਕਸ ਕਰਦੇ ਆਂ ਫਿਰ ਸੈਕੰਡਰੀ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਆ ਲੈਡ ਸਟੋਰੇਜ ਬੈਟਰੀ ਤੇ ਨਿਕਲ ਕੈਡਮੀਅਮ ਸੈਲ ਜਿਹੜਾ ਉਸ ਤੋਂ ਬਾਅਦ ਆਪਾਂ ਫਿਊਲ ਸੈਲਸ ਵੀ ਕਰਾਂਗੇ ਫਸਟ ਦੇਖੋ ਇਹ ਡਰਾਈ ਸੈਲ ਆ ਡਰਾਈ ਸੈਲ ਦੀ ਇੱਕ ਬਣਤਰ ਦਿੱਤੀ ਹੋਈ ਹੈ ਇਹਦੀ ਸਟਰਕਚਰ ਦੱਸੀ ਹੋਈ ਹੈ ਕਿ ਕਿਸ ਤਰ੍ਹਾਂ ਦਾ ਹੁੰਦਾ ਇਹ ਡਰਾਈ ਸੈਲ ਦੇ ਵਿੱਚ ਬਾਹਰਲੇ ਪਾਸੇ ਜਿਹੜਾ ਆਊਟਰ ਮੋਸਟ ਆਹ ਵਾਲਾ ਜਿਹੜਾ ਕੈਪ ਆ ਇਹ ਹੁੰਦਾ ਜ਼ਿੰਕ ਦਾ ਬਣਿਆ ਹੋਇਆ ਹੁੰਦਾ ਜਣਕੇ ਜ਼ਿੰਕ ਇੱਕ ਐਨੋਡ ਦੀ ਤਰ੍ਹਾਂ ਕੰਮ ਕਰਦਾ ਧਿਆਨ ਨਾਲ ਬੇਟਾ ਸਟਰਕਚਰ ਨੂੰ ਸਮਝ ਲਓ ਤਾਂ ਤੁਹਾਨੂੰ ਸਾਰਾ ਕੁਝ ਆਪਣੇ ਆਪ ਹੀ ਆ ਜਾਣਾ ਆਊਟਰ ਜਿਹੜਾ ਖੋਲ ਆ ਤੁਸੀਂ ਸੈੱਲ ਦੇਖਿਆ ਵੀ ਹੋਣਾ ਹੈ ਆਪਾਂ ਆਮੇ ਯੂਜ਼ ਕਰਦੇ ਆ ਰਿਮੋਟ ਕੰਟਰੋਲ ਦੇ ਵਿੱਚ ਛੋਟੇ ਹੁੰਦੇ ਆ ਥੋੜੇ ਜਿਹੇ ਸੈੱਲ ਤੇ ਆਮ ਜੇਕਰ ਆਪਾਂ ਵੱਡੇ ਸੈੱਲ ट्रांजਿਸਟਰ ਦੇ ਵਿੱਚ ਯੂਜ਼ ਕਰਦੇ ਆ ਵੱਡੇ ਹੁੰਦੇ ਆ ਥੋੜੇ ਜਿਹੇ ਸੈੱਲ ਤੇ ਇਹਨਾਂ ਦੇ ਵਿੱਚ ਬਾਹਰਲਾ ਜਿਹੜਾ ਖੋਲ ਆ ਜਿਹਦਾ ਪਲੇਨ ਵਾਲਾ ਪਾਸਾ ਇਧਰਲਾ ਪਾਸਾ ਪਲੇਨ ਹੁੰਦਾ ਨਾ ਜਦੋਂ ਤਾਰ ਨੂੰ ਪਰ ਟੱਚ ਕਰਦੇ ਆ ਜਦੋਂ ਆਪਾਂ ਇਹਨਾਂ ਨੂੰ ਜੋੜ ਦਿਆ ਇਸ ਤਰ੍ਹਾਂ ਇਧਰ ਤਾਰ ਜੋੜਤੀ ਇਧਰ ਜੋੜਤੀ ਤੇ ਇੱਥੇ ਜੇਕਰ ਆਪਾਂ ਬੱਲਬ ਲਗਾ ਲੈਨੇ ਆ ਤਾਂ ਉਹ ਜਗਣਾ ਸ਼ੁਰੂ ਕਰ ਦਿੰਦਾ ਠੀਕ ਹੈ ਨਾ ਤਾਂ ਇਹਦਾ ਮਤਲਬ ਕੀ ਹੋਇਆ ਇੱਕ ਆਪਾਂ ਐਨੋਡ ਪੋਜ਼ਿਟਿਵ ਤੇ ਨੈਗੇਟਿਵ ਵਾਲੇ ਪਾਸੇ ਲਾਏ ਇਧਰ ਨੈਗੇਟਿਵ ਵਾਲਾ ਸਾਈਡ ਆ ਇਹ ਪਲੇਨ ਹੁੰਦਾ ਦੂਸਰੀ ਸਾਈਡ ਤੇ ਕੀ ਹੁੰਦਾ ਇੱਕ ਗ੍ਰੇਫਾਈਟ ਆਹ ਵਾਲਾ ਜਿਹੜਾ ਆ ਇਹ ਗ੍ਰੇਫਾਈਟ ਦੀ ਇੱਕ ਰੌਡ ਆ ਕਾਰਬਨ ਦੀ ਰੌਡ ਕਾਰਬਨ ਦੀ ਫਾਰਮ ਆ ਇੱਕ ਗ੍ਰੇਫਾਈਟ ਉਸ ਦੀ ਰੌਡ ਹੋएगी ਤੇ ਉੱਪਰਲੇ ਪਾਸੇ ਉਹਦੀ ਟਿਪ ਹੋਊਗੀ ਜਾਨਕਿ ਇੱਕ ਕੈਪ ਵਾਂਗੂ ਬਣਿਆ ਹੋਊਗਾ ਬਾਹਰ ਨੂੰ ਉੱਬਰਮਾ ਕੈਪ ਬਣਿਆ ਹੋਊਗਾ ਉਹ ਮੈਟਲ ਕੈਪ ਹੋਏਗਾ ਮੈਟਲ ਕੈਪ ਦੇ ਉੱਪਰਲੇ ਪਾਸੇ ਜਦੋਂ ਤੁਸੀਂ ਲੈ ਕੇ ਆਉਂਦੇ ਆ ਸੈੱਲ ਉਹਦੇ ਉੱਤੇ ਪਲਾਸਟਿਕ ਦੀ ਇੱਕ ਸੀਲ ਲੱਗੀ ਹੋਈ ਹੁੰਦੀ ਹੈ ਉਹ ਸੀਲ ਨੂੰ ਪਹਿਲਾਂ ਤੁਸੀਂ ਤੋੜ ਦਿਓ ਫਿਰ ਇਸ ਨੂੰ ਕਨੈਕਟ ਕਰ ਦਿਓਗੇ ਇਹ ਉੱਪਰਲੇ ਪਾਸੇ ਉੱਪਰ ਮੈਂ ਇਹ ਪੋਜੀਟਿਵ ਸਾਈਡ ਹੈ ਇਹ ਨੈਗੇਟਿਵ ਵਾਲਾ ਸਾਈਡ ਹੈ ਇਹ ਐਨੋਡ ਦੇ ਤੌਰ ਤੇ ਕੰਮ ਕਰੂਗਾ ਔਰ ਇਹ ਪੋਜੀਟਿਵ ਜਿਹੜਾ ਹੈ ਇਹ ਕੈਥੋਡ ਦੇ ਤੌਰ ਤੇ ਕੰਮ ਕਰੂਗਾ ਜਾਨਕਿ ਇਹ ਜਿਹੜੀ ਗ੍ਰੇਫਾਈਟ ਆ ਇਹ ਕੈਥੋਡ ਦੇ ਤੌਰ ਤੇ ਕੰਮ ਕਰੇਗਾ ਹੁਣ ਐਨੋਡ ਤੇ ਸਾਨੂੰ ਪਤਾ ਹੈ ਆਕਸੀਡੇਸ਼ਨ ਹੁੰਦਾ ਔਰ ਕੈਥੋਡ ਤੇ ਹਮੇਸ਼ਾ ਰਿਡਕਸ਼ਨ ਹੁੰਦਾ ਇਸ ਤੋਂ ਬਿਨਾ ਜਿਹੜੀ ਇਹ ਵਾਲੀ ਜਿਹੜੀ ਰੌਡ ਆ ਗ੍ਰੇਫਾਈਟ ਦੀ ਜਿਹੜੀ ਰੌਡ ਆ ਇਹਦੇ ਆਸ-ਪਾਸੇ ਮੈਗਨੀਜ਼ ਡਾਈਆਕਸਾਈਡ ਤੇ ਕਾਰਬਨ ਦਾ ਪਾਊਡਰ ਇਹਦੇ ਆਸੇ-ਪਾਸੇ ਇੱਥੇ ਭਰਿਆ ਹੋਇਆ ਹੁੰਦਾ ਠੀਕ ਹੈ ਜੀ ਤੇ ਇਸ ਤੋਂ ਬਿਨਾ ਜਿਹੜਾ ਇਹ ਵਾਲਾ ਹੁਣ ਇਹ ਵਾਲਾ ਪੂਰੇ ਦਾ ਪੂਰਾ ਇੱਕ ਕੈਥੋਡ ਦੇ ਤੌਰ ਤੇ ਕੰਮ ਕਰ ਗਿਆ ਤੇ ਆ ਬਾਹਰਲਾ ਪਾਸਾ ਜਿਹੜਾ ਇਹ ਜ਼ਿੰਕ ਐਨੋਡ ਦੇ ਤੌਰ ਤੇ ਕੰਮ ਕਰਿਆ ਆ ਜਿਹੜੀ ਵਿਚਕਾਰ ਖਾਲੀ ਥਾਂ ਹੈ ਆ ਇਹ ਖਾਲੀ ਥਾਂ ਦੇ ਵਿੱਚ ਇਲੈਕਟ੍ਰੋਲਾਈਟ ਫਿਲ ਕੀਤਾ ਹੋਇਆ ਹੁੰਦਾ ਇਲੈਕਟ੍ਰੋਲਾਈਟ ਕਿਹੜਾ ਹੈ ਅਮੋਨੀਅਮ ਕਲਰਾਈਡ ਤੇ ਜ਼ਿੰਕ ਕਲਰਾਈਡ ਜਿਹੜਾ ਇਹ ਵਾਲਾ ਮੈਗਨੀਜ਼ ਡਾਈਆਕਸਾਈਡ ਆ ਇਹ ਵੀ ਵਿੱਚ ਇਲੈਕਟ੍ਰੋਲਾਈਟ ਦੇ ਤੌਰ ਤੇ ਕੰਮ ਕਰੇਗਾ మే ਇਹਨਾਂ ਦੋਨਾਂ ਦੇ ਵਿਚਾਲੇ ਕਿਹੜਾ ਭਰਿਆ ਹੈ ਅਮੋਨੀਅਮ ਕਲੋਰਾਈਡ ਤੇ ਜ਼ਿੰਕ ਕਲੋਰਾਈਡ ਆ ਜਿਹੜਾ ਹੈ ਇਲੈਕਟ੍ਰੋਲਾਈਟ ਭਰਿਆ ਹੋਇਆ ਇਹਦੇ ਵਿੱਚ ਹੁਣ ਆਪਾਂ ਦੇਖਣਾ ਕਿ ਐਨੋਡ ਦੇ ਉੱਤੇ ਕਿਹੜਾ ਰਿਐਕਸ਼ਨ ਹੁੰਦਾ ਔਰ ਕੈਥੋਡ ਦੇ ਉੱਤੇ ਕਿਹੜਾ ਰਿਐਕਸ਼ਨ ਹੁੰਦਾ ਐਨੋਡ ਦੇ ਉੱਤੇ ਬੇਟਾ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਐਨੋਡ ਦੇ ਉੱਤੇ ਕੀ ਹੋਏਗਾ ਐਨੋਡ ਦੇ ਉੱਤੇ ਹਮੇਸ਼ਾ ਆਕਸੀਡੇਸ਼ਨ ਹੁੰਦਾ ਨਾ ਐਨੋਡ ਕਿਹੜਾ ਆ ਪਹਿਲਾਂ ਤੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਐਨੋਡ ਕੌਣ ਆ ਜ਼ਿੰਕ ਕੈਥੋਡ ਕੌਣ ਗਰੇਫਾਈਟ ਕਾਰਬਨ ਇੱਥੇ ਗਰੇਫਾਈਟ ਜਾਂ ਤੁਸੀਂ ਕਹਿ ਲੋ ਕਾਰਬਨ ਕਾਰਬਨ ਦੀ ਰੌਡ ਹੈ ਔਰ ਇਹਦੇ ਵਿੱਚ ਇਲੈਕਟ੍ਰੋਲਾਈਟ ਕਿਹੜਾ ਪਾਇਆ ਹੋਇਆ ਹੁਣ ਇਹ ਤੁਸੀਂ ਲਿਖਿਆ ਜ਼ਿੰਕ ਕਲੋਰਾਇਡ ਤੇ ਅਮੋਨੀਅਮ ਕਲੋਰਾਇਡ ਜ਼ਿੰਕ ਕਲੋਰਾਇਡ ਤੇ ਅਮੋਨੀਅਮ ਕਲੋਰਾਇਡ ਆ ਜਿਹੜਾ ਉਹਦੇ ਵਿੱਚ ਇਲੈਕਟ੍ਰੋਲਾਈਟ ਪਾਇਆ ਹੋਇਆ ਔਰ ਮੈਗਨੀਜ਼ ਡਾਈਆਕਸਾਈਡ ਆ ਜਿਹੜਾ ਉਹ ਕਾਰ ਜਿਹੜਾ ਗ੍ਰੇਫਾਈਟ ਆ ਕਾਰਬਨ ਜਾਂ ਗ੍ਰੇਫਾਈਟ ਦੀ ਜਿਹੜੀ ਰੌਡ ਆ ਉਹਦੇ ਆਲੇ ਦੁਆਲੇ ਆ ਹੁਣ ਇਸ ਤੋਂ ਬਾਅਦ ਆਪਾਂ ਰਿਐਕਸ਼ਨ ਦੇਖਣੀ ਆ ਇਹਦੇ ਵਿੱਚ ਕਿਹੜੇ-ਕਿਹੜੇ ਹੋਣਗੇ ਐਨੋਡ ਤੇ ਕੀ ਹੋਏਗਾ ਜਿਵੇਂ ਕਿ ਹੁਣ ਤੱਕ ਆਪਾਂ ਸੈੱਲ ਪੜ੍ਹਦੇ ਆ ਐਨੋਡ ਤੇ ਹੋਏਗਾ ਆਕਸੀਡੇਸ਼ਨ ਇਹਦੇ ਤੇ ਆਕਸੀਡੇਸ਼ਨ ਹੋਣਾ ਚਾਹੀਦਾ ਨਾ ਆਕਸੀਡੇਸ਼ਨ ਤੇ ਅੰਨਾ ਸਮਝਿਓ ਬਹੁਤ ਈਜ਼ੀ ਆ ਐਨੋਡ ਕਿਹਦੇ ਤੇ ਆ ਜ਼ਿੰਕ ਤੇ ਆ ਆਕਸੀਡੇਸ਼ਨ ਦਾ ਮਤਲਬ ਕੀ ਕਰੂਗਾ ਲੂਜ਼ ਕਰੇਗਾ ਇਲੈਕਟ੍ਰੋਨਸ ਦਾ ਮਤਲਬ ਜ਼ਿੰਕ ਦੇ ਵਿੱਚੋਂ ਇਲੈਕਟ੍ਰੋਨਸ ਨਿਕਲਣਗੇ 2+ 2 ਇਲੈਕਟ੍ਰੋਨ ਲੂਜ਼ ਕਰ ਦੂਗਾ ਠੀਕ ਹੈ ਜੀ ਹੁਣ ਕੈਥੋਡ ਤੇ ਦੇਖੋ ਕੀ ਹੋਏਗਾ ਕੈਥੋਡ ਤੇ ਕੀ ਹੋਣਾ ਹੈ ਰਿਡਕਸ਼ਨ ਗੇਨ ਆਫ ਇਲੈਕਟ੍ਰੋਨਸ ਹੋਏਗਾ ਕੈਥੋਡ ਦੇ ਆਲੇ ਦੁਆਲੇ ਜਿਹੜਾ ਕੈਥੋਡ ਵਾਲੀ ਰੋਡ ਆਪਾਂ ਬਣਾਈ ਆ ਗ੍ਰੇਫਾਈਟ ਉਹਦੇ ਆਲੇ ਦੁਆਲੇ ਮੈਗਨੀਸ ਡਾਈਆਕਸਾਈਡ ਜਿਹੜਾ ਉਹ ਆਪਾਂ ਪਾਇਆ ਹੋਇਆ ਐਕਚੁਅਲੀ ਉਹ ਪੂਰੇ ਦਾ ਪੂਰਾ ਇੱਕ ਕੈਥੋਡ ਦਾ ਕੰਮ ਕਰ ਰਿਹਾ ਇਹਦੇ ਵਿੱਚ ਮੈਗਨੀਸ ਡਾਈਆਕਸਾਈਡ MnO2 ਕਿਉਂਕਿ ਇਸ ਨੇ ਰਿਡਕਸ਼ਨ ਦੇ ਵਿੱਚ ਕੀ ਹੁੰਦਾ ਗੇਨ ਆਫ ਇਲੈਕਟ੍ਰੋਨਸ ਹੁੰਦਾ ਜਿਹੜੇ ਆਹ ਵਾਲੇ ਇਲੈਕਟ੍ਰੋਨਸ ਲੂਜ਼ ਹੋਏ ਨਹੀਂ ਇਹ ਇਲੈਕਟ੍ਰੋਨਸ ਨੇ ਜਿਹੜੇ ਫਿਰ ਇੱਥੇ ਇਹ ਗੇਨ ਕਰੂਗਾ 2 ਇਲੈਕਟ੍ਰੋਨਸ ਠੀਕ ਹੈ ਜੀ ਦੇਖੋ ਹੁਣ ਕੀ ਬਣਦਾ ਇੱਥੇ ਮੈਂ ਐਰੋ ਪਾਇਆ ਜਦੋਂ ਦੋ ਇਲੈਕਟ੍ਰੋਨ ਪਹਿਲਾਂ ਤੇ ਇਹ ਸਮਝ ਲਓ ਕਿ ਮੈਗਨੀਜ਼ ਡਾਈਆਕਸਾਈਡ ਆ ਜਿਹੜਾ ਇਹ MnO2 ਇਹਦੀ ਆਕਸੀਡੇਸ਼ਨ ਸਟੇਟ ਕੀ ਹੈ एम एन आ जोड़ा यदि ऑक्सीडेशन स्टेट हैगी प्लस फोर देखो फॉर्मूला बनाऊंगे जो तुम ऑक्सीजन की दिया? हो, हो की होंगी माइनस टू तो जेकर तुम फॉर्मूला इस तरह बनाने इस तरह क्रॉस करके बनाने ना कि बनेगा एम एन टू ओ फोर टू वन टू 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 फोर तो फॉर्मूला की बन गया एम एन ओ टू बन गया ने फार्मूला कई बार बच्चों पता नहीं लगता मैडम इतने का भी टू आना चाहिए फोर तुम किह भी फोर है इतने यदसीडेसन स्टेट इस करके मैं यह समझाया ਕਿ 4 ਕਿਸ ਤਰ੍ਹਾਂ ਇਹਦੀ ਆਕਸੀਡੇਸ਼ਨ ਸਟੇਟ ਇੱਥੇ ਆਈ ਹੈ ਇਟ ਮੀਨਸ ਇੱਥੇ ਹੁਣ ਤੁਹਾਨੂੰ ਮੈਂ ਦੱਸ ਦਿੱਤਾ ਕਿ ਇੱਥੇ ਹੈਗੀ 4 ਇਹਦੀ +4 ਆਕਸੀਡੇਸ਼ਨ ਸਟੇਟ ਤੇ ਆ +4 ਜਾਨੀ ਕਿ ਚਾਰ ਇਲੈਕਟ੍ਰੋਨ ਕੱਟਦੇ ਤਾਂ ਇਧਰਲੇ ਪਾਸੇ ਇਹ ਬਣ ਜਾਂਦਾ Mn O ਤੇ OH ਦਾ ਇੱਕ ਮੋਲੀਕਿਊਲ ਇਹ ਲੱਗ ਜਾਂਦਾ ਇਹਦੇ ਨਾਲ ਤਾਂ ਇੱਥੇ ਹੁਣ ਕੀ ਹੋ ਗਿਆ OH ਦੇ ਉੱਤੇ ਹੁੰਦਾ -1 O ਦੇ ਉੱਤੇ ਕੀ ਹੁੰਦਾ -2 ਜਾਨਕਿ -3 ਇਹਦਾ ਮਤਲਬ ਇਹਦੇ ਤੇ +3 ਹੈ ਸਮਝ ਗਿਆ ਕਿਉਂਕਿ 3 ਇੱਧਰ ਆਇਆ ਕਰਾਸ ਕਰਕੇ 3 ਇੱਧਰ ਆਇਆ ਦੋਨੋਂ ਪਾਸੇ ਤਾਂ ਫਾਰਮੂਲੇ ਦੇ ਪੈਰਾ ਦੇ ਵਿੱਚ ਕੁਝ ਨਹੀਂ ਪਿਆ ਹੋਇਆ ਇਟ ਮੀਨਸ ਇਹਦੇ ਤੇ ਆਕਸੀਡੇਸ਼ਨ ਸਟੇਟ ਇਹਦੀ ਕਿੰਨੀ ਹੋਗੀ ਹੁਣ ਸੌਰੀ 3 ਹੋਗੀ ਇਹ +3 ਦੀ ਆਕਸੀਡੇਸ਼ਨ ਸਟੇਟ ਤੇ ਚੱਲ ਗਿਆ +4 ਤੋਂ ਬੇਟੇ +3 ਦੀ ਆਕਸੀਡੇਸ਼ਨ ਸਟੇਟ ਦੇ ਉੱਤੇ ਇਹ ਚੱਲਾ ਗਿਆ ਤੇ ਹੁਣ ਏ ਦੇਖੋ ਕਿ ਆਕਸੀਜਨ ਦਾ ਜਦੋਂ ਇਹ ਇਹ ਵਾਲਾ ਇਹਨੇ ਕੰਪਾਊਂਡ ਬਣਾਇਆ ਤਾਂ ਹਾਈਡਰੋਜਨ ਕਿੱਥੋਂ ਆਇਆ ਵੀ ਹਾਈਡਰੋਜਨ ਸਾਡੇ ਕੋਲ ਇੱਧਰ ਲਿਭਾਇ ਇੱਧਰਲੀ ਸਾਈਡ ਤੇ ਤਾਂ ਹਾਈਡਰੋਜਨ ਹੈ ਨਹੀਂਗਾ ਇਟ ਮੀਨਸ ਕੁਝ ਹੋਰ ਵੀ ਇਹਦੇ ਵਿੱਚ ਇਨਵੋਲਵ ਹੋਏਗਾ ਉਹ ਕੀ ਇਨਵੋਲਵ ਹੋਏਗਾ ਇਲੈਕਟ੍ਰੋਲਾਈਟ ਦੂਸਰਾ ਜਿਹੜਾ ਇਲੈਕਟ੍ਰੋਲਾਈਟ ਪਾਇਆ ਹੋਇਆ ਆਪਾਂ ਅਮੋਨੀਅਮ ਕਲੋਰਾਇਡ ਪਾਇਆ ਔਰ ਜ਼ਿੰਕ ਕਲੋਰਾਇਡ ਪਾਇਆ ਠੀਕ ਹੈ ਜੀ ਜ਼ਿੰਕ ਕਲੋਰਾਇਡ ਇਹ ਦੋਨੇ ਪਾਏ ਨੇ ਨਾ ਆਪਾਂ ਤਾਂ ਇਹਦੇ ਵਿੱਚੋਂ ਅਮੋਨੀਅਮ ਇਹਦੇ ਵਿੱਚੋਂ ਹਾਈਡਰੋਜਨ ਆਏਗੀ ਸਮਝ ਗਏ ਤਾਂ ਇਹਦੇ ਵਿੱਚੋਂ ਆਪਾਂ ਹਾਈਡਰੋਜਨ ਆਈ ਗਈ ਅਮੋਨੀਅਮ ਕਲੋਰਾਇਡ ਆ ਜਿਹੜਾ ਅਮੋਨੀਅਮ ਪਲੱਸ ਕਲੋਰਾਇਡ ਆਇਨਸ ਦੇ ਵਿੱਚ ਕਰ ਨਾਲ ਇੱਥੇ ਫਿਰ ਅਮੋਨੀਅਮ ਆਇਨ ਆਏਗਾ ਅਮੋਨੀਅਮ ਆਇਨ ਬਣ ਗਿਆ ਹੁਣ ਇਸ ਨੂੰ ਬੈਲੈਂਸ ਕਰ ਲੋ ਬਸ ਆ ਆਪਾਂ ਜੇਕਰ ਇਹਨੂੰ ਬੈਲੈਂਸ ਕਰੀਏ ਤਾਂ ਇਹਦੇ ਅੱਗੇ 2 ਆਏਗਾ ਔਰ ਅਮੋਨੀਅਮ ਆ ਜਿਹੜਾ ਆਇਨਸ ਇਹ ਵੀ 2 ਹੋਣਗੇ ਔਰ ਜਿਹੜਾ ਇਹ ਮੈਗਨੀਜ਼ ਦਾ ਕੰਪਲੈਕਸ ਬਣਿਆ ਇਹਦੇ ਅੱਗੇ ਵੀ 2 ਆਏਗਾ ਔਰ ਇਹਦੇ ਨਾਲ ਹੁਣ ਕੀ ਹੋ ਗਿਆ ਇੱਕ ਹਾਈਡਰੋਜਨ ਤੇਣੀ ਲੈ ਲਈ ਬਾਕੀ ਕੀ ਬਚ ਗਿਆ NH3 ਬਚ ਗਿਆ ਨਾ ਤਾਂ NH3 ਇਹਦੇ ਵਿੱਚ ਪਲੱਸ ਹੋਏਗਾ ਫਿਰ NH3 ਇੱਕ ਗੈਸ ਬਣ ਜਾਂਦੀ ਹੈ ਠੀਕ ਹੈ ਜੀ ਇਹ ਦੋ ਮੋਲੀਕੂਲ ਬਣ ਗਏ NH3 ਦੇ ਇਧਰਲੇ ਪਾਸੇ ਦੋ ਸੀ ਨਾ ਇਧਰਲੇ ਪਾਸੇ ਦੋ ਸੀ ਤੇ ਇਧਰਲੇ ਪਾਸੇ ਵੀ ਦੋ ਮੋਨੀਆਂ ਦੇ ਅ ਮੋਲੀਕਿਊਲਸ ਬਣ ਗਏ ਅਮੋਨੀਆ ਗੈਸ ਬਣ ਗਈ ਇਹ ਤਾਂ ਹੋ ਗਿਆ ਹੁਣ ਕੈਥੋਡ ਦੇ ਉੱਤੇ ਜੋ ਰਿਐਕਸ਼ਨ ਹੋਇਆ ਹੁਣ ਇਹਨਾਂ ਰਿਐਕਸ਼ਨਸ ਨੂੰ ਆਪਾਂ ਦੋਨਾਂ ਨੂੰ ਐਡ ਕਰਨਾ ਆਪਾਂ ਓਵਰਆਲ ਰਿਐਕਸ਼ਨ ਬਣਾਉਣਾ ਹਮੇਸ਼ਾ ਹੀ ਜਦੋਂ ਵੀ ਤੁਸੀਂ ਡਰਾਈ ਸੈੱਲ ਮਰਕਰੀ ਸੈੱਲ ਜਾਂ ਫਿਊਸ ਕੋਈ ਵੀ ਸੈੱਲ ਤੁਸੀਂ ਦੱਸਣਾ ਪਹਿਲਾਂ ਤੁਸੀਂ ਇਹ ਦੱਸਣਾ ਕਿ ਐਨੋਡ ਦੇ ਉੱਤੇ ਕੀ ਹੋਇਆ ਐਨੋਡ ਤੇ ਇਹ ਵਾਲਾ ਰਿਐਕਸ਼ਨ ਹੋ ਗਿਆ ਕੈਥੋਡ ਦੇ ਉੱਤੇ ਇਹ ਵਾਲਾ ਰਿਐਕਸ਼ਨ ਹੋ ਗਿਆ ਫਿਰ ਤੁਸੀਂ ਦੋਨੋਂ ਰਿਐਕਸ਼ਨਸ ਨੂੰ ਓਵਰਆਲ ਜਾਨੀ ਕਿ ਇੱਥੇ ਓਵਰਆਲ ਰਿਐਕਸ਼ਨ ਬਣਾਉਣਾ ਫਿਰ ਓਵਰ ਆਲ ਰਿਐਕਸ਼ਨ ਕੀ ਬਣ ਗਿਆ ਜਦੋਂ ਤੁਸੀਂ ਇਹਨਾਂ ਨੂੰ ਐਡ ਕਰੋਗੇ 2 ਇਲੈਕਟ੍ਰੋਨਸ ਇਧਰਲੀ ਸਾਈਡ ਤੇ 2 ਇਧਰਲੀ ਸਾਈਡ ਤੇ ਕੈਨਸਲ ਹੋ ਗਏ ਆਪਸ ਦੇ ਵਿੱਚ ਠੀਕ ਹੈ ਬੇਟੇ ਹੋਰ ਤਾਂ ਕੁਝ ਨਹੀਂ ਨਾ ਕੈਨਸਲ ਹੁੰਦਾ ਤਾਂ ਇਹ ਰਿਐਕਸ਼ਨ ਕੀ ਬਣ ਗਿਆ ਫਿਰ ਦੋਨਾਂ ਨੂੰ ਐਡ ਕਰ ਦੋ ਜ਼ਿੰਕ ਪਲੱਸ ਮੈਗਨੀਜ਼ ਡਾਈਆਕਸਾਈਡ ਪਲੱਸ ਅਮੋਨੀਅਮ ਆਇਨ ਅਮੋਨੀਅਮ ਆਇਨ ਹੋ ਗਏ ਅਮੋਨੀਅਮ ਆਇਨ ਕਿੰਨੇ ਨੇ ਨਾਲ ਦੀ ਨਾਲ ਲਿਖ ਚਲੋ ਇਹ 2 ਨੇ ਮੈਗਨੀਟਾਈਕਸਾਈਡ ਵੀ 2 ਨੇ एरो पा के हम इधर फाइड तो देखो जिंक आइन्स ने उपरले पास जिंक टू प्लस और इधरले सड़ते मैगनीज का कंपलैक्स फॉर्म है एक ये भी टू ने और प्लस होर की होएगा अमोनिया अमोनिया गैस ये ओवरऑल रिएक्शन हो गया यदा कोई मुश्किल नहीं जिमें मैं तुम्हें समझाया हो जो उस तरह तुम तो करोगे कि किड़ी चीज़ कितों आई है ਤਾਂ ਤੁਹਾਨੂੰ ਈਜ਼ੀਲੀ ਇਹ ਯਾਦ ਹੋ ਜਾਏਗਾ ਓਵਰਆਲ ਰਿਐਕਸ਼ਨ ਤੁਸੀਂ ਇਸ ਦਾ ਲਿਖ ਲੈਣਾ ਹੈ ਤਾਂ ਇਹ ਜਾਨੀ ਕਿ ਡਰਾਈ ਸੈੱਲ ਦੇ ਵਿੱਚ ਐਨੋਡ ਦੇ ਉੱਤੇ ਇਹ ਵਾਲਾ ਰਿਐਕਸ਼ਨ ਜ਼ਿੰਕ ਲੂਜ਼ ਕਰ ਰਿਹਾ ਦੋ ਇਲੈਕਟ੍ਰੋਨ ਕੈਥੋਡ ਦੇ ਵਿੱਚ ਜਿਹੜਾ ਮੈਗਨੀਜ਼ ਡਾਈਆਕਸਾਈਡ ਦਾ ਜਿਹੜਾ ਗ੍ਰੇਫਾਈਟ ਰੋਡ ਦੇ ਨਾਲ ਲੱਗਿਆ ਹੋਇਆ ਤੇ ਅਮੋਨੀਅਮ ਕਲਾਈਡ ਦੇ ਵਿੱਚ ਅਮੋਨੀਅਮ ਲੈ ਲਿਆ ਉਸਨੇ ਤਾਂ ਇਹ ਕੈਥੋਡ ਤੇ ਰਿਐਕਸ਼ਨ ਹੋ ਕੇ ਅਮੋਨੀਆ ਗੈਸ ਬਣ ਗਈ ਓਵਰਆਲ ਰਿਐਕਸ਼ਨ ਇਹ ਹੋ ਗਿਆ ਹੁਣ ਗੱਲ ਆਪਾਂ ਇਹ ਕਰੀਏ ਕਿ ਇਹਦੇ ਵਿੱਚ ਤਾਂ ਗੈਸ ਬਣ ਰਹੀ ਹੈ ਅਮੋਨੀਆ ਗੈਸ ਬਣਦੀ ਆ ਜੇਕਰ ਗੈਸ ਬਣਦੀ ਆ ਤਾਂ ਪ੍ਰੈਸ਼ਰ ਐਗਜ਼ਰਟ ਕਰੂਗੀ ਪ੍ਰੈਸ਼ਰ ਐਗਜ਼ਰਟ ਕਰੂਗਾ ਤੇ ਇਹ ਸੀਲ ਨੂੰ ਤੋੜ ਦੂਗੀ ਪਰ ਇਸ ਤਰ੍ਹਾਂ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਨਾ ਹੁੰਦਾ ਕਦੇ ਵੀ ਫਿਰ ਇਹ ਅਮੋਨੀਆ ਕਿਸ ਤਰ੍ਹਾਂ ਕਵਰ ਹੁੰਦੀ ਆ ਹੁਣ ਇੱਕ ਦੋ ਗੱਲਾਂ ਹੋ ਗਈਆਂ ਇੱਕ ਤਾਂ ਅਸੀਂ ਇਲੈਕਟ੍ਰੋਲਾਈਟ ਪਾਇਆ ਸੀ ਅਮੋਨੀਅਮ ਕਲੋਰਾਇਡ ਤੇ ਜ਼ਿੰਕ ਕਲੋਰਾਇਡ ਠੀਕ ਆ ਅਮੋਨੀਅਮ ਕਲੋਰਾਇਡ ਤਾਂ ਆਪਾਂ ਅਮੋਨੀਅਮ ਨੂੰ ਯੂਜ਼ ਕਰ ਲਿਆ ਜ਼ਿੰਕ ਕਲੋਰਾਇਡ ਦਾ ਤਾਂ ਇੱਥੇ ਕੋਈ ਕਲੋਰਾਇਡ ਦਾ ਕਿਤੇ ਯੂਜ਼ ਨਹੀਂ ਹੋਇਆ ਠੀਕ ਆ ਜ਼ਿੰਕ ਕਲੋਰਾਇਡ ਕਿਉਂ ਪਾਇਆ ਜਾਂਦਾ ਇਹ ਵੀ ਇੱਕ ਤੁਹਾਡੇ ਲਈ ਕੁਐਸਚਨ ਆ ਕਿ ਇਹਦੇ ਵਿੱਚ ਜ਼ਿੰਕ ਕਲੋਰਾਇਡ ਕਿਉਂ ਪਾਇਆ ਜਾਂਦਾ ਜ਼ਿੰਕ ਕਲੋਰਾਇਡ ਅਮੋਨੀਆ ਨੂੰ ਟਰੈਪ ਕਰਨ ਦੇ ਲਈ ਪਾਇਆ ਜਾਂਦਾ ਟਰੈਪ ਮਤਲਬ ਉਸ ਨੂੰ ਖਤਮ ਕਰਨ ਦੇ ਲਈ ਤਾਂ ਕਿ ਉਹ ਪ੍ਰੈਸ਼ਰ ਐਗਜ਼ਰਟ ਨਾ ਕਰੇ ਸੈੱਲ ਦੀ ਸੀਲ ਨਾ ਟੁੱਟੇ ਉਹਦੇ ਲਈ ਕੀ ਰਿਐਕਸ਼ਨ ਹੋਏਗਾ ਜ਼ਿੰਕ ਦੇ ਆਇਨਸ ਜ਼ਿੰਕ ਕਲੋਰਾਇਡ ਦੇ ਵਿੱਚ ਜ਼ਿੰਕ ਦੇ ਆਇਨਸ ਬਣ ਗਏ ਪਲੱਸ ਤੁਹਾਡੀ ਬੁੱਕ ਤੇ ਇਹ ਵੈਸੇ ਦਿੱਤਾ ਨਹੀਂ ਹੋਇਆ ਪਰ ਸਮਝ ਲਓ ਤੁਸੀਂ ਵੀ ਜ਼ਿੰਕ ਕਲੋਰਾਇਡ ਦਾ ਕੰਮ ਕੀ ਆ ਪਲੱਸ ਕਲੋਰਾਇਡ ਦੇ ਆਇਨਸ ਬਣ ਗਏ ਜ਼ਿੰਕਲ ਰਾਈਟ ਟੁੱਟ ਗਿਆ ਅਮੋਨੀਆ ਦੇ ਵਿੱਚੋਂ ਵੀ ਕਲੋਰਾਇਡ ਆਇਨਸ ਆ ਗਏ ਇਹ ਦੋਨੇ ਅਮੋਨੀਆ ਗੈਸ ਦੇ ਨਾਲ ਮਿਲ ਕੇ ਜਿਹੜੀ ਅਮੋਨੀਆ ਗੈਸ ਬਣੀ ਹੈ ਉਹਦੇ ਨਾਲ ਮਿਲ ਕੇ ਇੱਕ ਕੰਪਾਊਂਡ ਬਣਾ ਦਿੰਦੇ ਨੇ ਕੰਪਾਊਂਡ ਕਿਹੜਾ ਬਣਾਉਣਗੇ ਇਹ ਜ਼ਿੰਕ ਅਮੋਨੀਆ ਅਮੋਨੀਆ ਦੇ 2 ਮੋਲੀਕਿਊਲਸ ਔਰ ਕਲੋਰਾਇਡ ਇਸ ਤਰ੍ਹਾਂ ਦਾ ਇੱਕ ਕੰਪਲੈਕਸ ਬਣਾ ਦਿੰਦੇ ਠੀਕ ਹੈ ਜੀ ਜ਼ਿੰਕ ਤੇ ਕਲੋਰਾਇਡ ਦੇ ਆਇਨ ਜਿਹੜਾ ਜ਼ਿੰਕਲ ਰਾਈਡ ਆਪਾਂ ਇਲੈਕਟ੍ਰੋਲਾਈਟ ਦੇ ਵਿੱਚ ਪਾਇਆ ਹੋਇਆ ਉਹਦਾ ਕਿਤੇ ਵਰਤਨ ਨਹੀਂ ਹੋਈ ਉਹਦੀ ਵਰਤੋਂ ਇਸੇ ਵਾਸਤੇ ਆ ਕਿ ਅਮੋਨੀਆ ਗੈਸ ਨੂੰ ਟਰੈਪ ਕਰਨਾ ਟਰੈਪ ਮਤਲਬ ਉਸ ਨੂੰ ਖਤਮ ਕਰਕੇ ਅੰਦਰ ਹੀ ਇੱਕ ਕੰਪਲੈਕਸ ਬਣਾ ਦੇਣਾ ਹੈ ਇਹ ਜਿਹੜਾ ਕੰਪਲੈਕਸ ਆ ਫਿਰ ਪ੍ਰੈਸ਼ਰ ਐਗਜ਼ਰਟ ਕਰਨ ਤੋਂ ਰੋਕਦਾ ਤੇ ਸੀਲ ਉਸ ਦੀ ਨਹੀਂ ਟੁੱਟੇਗੀ ਠੀਕ ਹੈ ਆਦਰਵਾਇਜ਼ ਗੈਸ ਜਦੋਂ ਪ੍ਰੈਸ਼ਰ ਬਣਾਈ ਜਾਊਗੀ ਤਾਂ ਅਖੀਰ ਤੇ ਸੀਲ ਨੂੰ ਟੁੱਟ ਜਾਣਾ ਉਹਨੂੰ ਔਰ ਇਹ ਹੈਗਾ ਸੀ ਡਰਾਈ ਸੈਲ ਦੇ ਵਿੱਚ ਜਿਹੜੇ ਰਿਐਕਸ਼ਨ ਹੁੰਦੇ ਨੇ ਤੇ ਕਿੰਨੇ ਵੋਲਟੇਜ ਦਾ ਹੁੰਦਾ ਹੈ 1.2 ਵੋਲਟ ਦਾ ਹੋ ਸਕਦਾ ਤੇ 1.5 ਵੋਲਟ ਤੱਕ ਇੰਨਾ ਇਸ ਦੀ ਵੋਲਟੇਜ ਹੋ ਸਕਦੀ ਹੈ ਡਰਾਈ ਸੈਲ ਦੀ 1.2 ਵੋਲਟ ਤੋਂ ਲੈ ਕੇ 1.5 ਵੋਲਟ ਤੱਕ ਦਾ ਇਸ ਦਾ ਹੋ ਸਕਦਾ ਹੈ ਇਸ ਰਿਐਕਸ਼ਨਸ ਨੂੰ ਧਿਆਨ ਨਾਲ ਕਰਨਾ ਠੀਕ ਹੈ ਐਨੋਡ ਤੇ ਕੀ ਹੁੰਦਾ ਕੈਥੋਡ ਤੇ ਕੀ ਹੁੰਦਾ ਓਵਰਾਲ ਰਿਐਕਸ਼ਨ ਕੀ ਹੋ ਗਿਆ ਤੇ ਜਿੰਕਲ ਰਾਈਟ ਦਾ ਕੀ ਕੰਮ ਸੀ ਕਿਹੜਾ ਉਹਨੇ ਕੰਪਲੈਕਸ ਬਣਾ ਦਿੱਤਾ ਹੁਣ ਇੱਕ ਹੋਰ ਗੱਲ ਕਰੀਏ ਜੇ ਆਪਾਂ ਬੇਟੇ ਇਹਦੇ ਵਿੱਚ ਅਮੋਨੀਅਮ ਕਲੋਰਾਇਡ ਪਾਇਆ ਹੋਇਆ ਹੈ ਆਪਾਂ ਠੀਕ ਹੈ ਅਮੋਨੀਅਮ ਕਲੋਰਾਇਡ ਹੈ ਜਿਹੜਾ ਉਹਦੇ ਵਿੱਚੋਂ ਹਾਈਡਰੋਜਨ ਆਇਨਸ ਨਿਕਲਦੇ ਨੇ ਜਦੋਂ ਹਾਈਡਰੋਜਨ ਆਇਨਸ ਨਿਕਲਦੇ ਆ ਇਹਦਾ ਮਤਲਬ ਉਹ ਐਸਡਿਕ ਕੈਰੈਕਟਰ ਸ਼ੋ ਕਰੂਗਾ ਐਸਡਿਕ ਕੈਰੈਕਟਰ ਸ਼ੋ ਕਰਦਾ ਤਾਂ ਉਹ ਖੋਰਨ ਹੋ ਜਾਂਦਾ ਛੇਤੀ ਕਰੋੜ ਹੋ ਜਾਂਦਾ ਜਿਹੜਾ ਜ਼ਿੰਕ ਦਾ ਜਿਹੜਾ ਖੋਲ ਬਣਿਆ ਹੈ ਨਾ ਬਾਹਰਲੇ ਪਾਸੇ ਉਹ ਛੇਤੀ ਉਹਦਾ ਖੋਰਨ ਹੋ ਜਾਂਦਾ ਹੈ ਇਸ ਕਰਕੇ ਜਿਹੜਾ ਜ਼ਿੰਕ ਆ ਜਿਵੇਂ ਕਿ ਜ਼ਿੰਕ ਦਾ ਜਿਹੜਾ ਖੋਲ ਬਣਿਆ ਬਾਹਰਲਾ ਪਾਸਾ ਤੁਹਾਨੂੰ ਦੱਸਿਆ ਨਾ ਕਵਰ ਹੈ ਜ਼ਿੰਕ ਦਾ ਬਣਿਆ ਹੋਇਆ ਉਹਦੇ ਵਿੱਚ ਇਹਦੇ ਵਿੱਚ ਜਿਹੜੇ ਹਾਈਡਰੋਜਨ ਆਇਨਸ ਨਿਕਲਦੇ ਨੇ ਅਮੋਨੀਆ ਦੇ ਵਿੱਚੋਂ ਉਹ ਹਾਈਡਰੋਜਨ ਆਇਨ ਇਹਦੇ ਨਾਲ ਰਲ ਕੇ ਕੀ ਬਣਾਉਂਦੇ ਨੇ ਜ਼ਿੰਕ ਆਇਨਸ ਪਲੱਸ ਹਾਈਡਰੋਜਨ ਗੈਸ ਬਣਾਉਂਦੇ ਇਹਦੇ ਨਾਲ ਇਸ ਦਾ ਖੋਰਨ ਹੋਣਾ ਸ਼ੁਰੂ ਹੋ ਜਾਂਦਾ ਸੈੱਲ ਦਾ ਜਿਹੜਾ ਬਾਹਰਲਾ ਖੋਲ ਆ ਉਹ ਖੇਤੀ ਵਿੱਚ ਗਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਇਸ ਚੀਜ਼ ਨੂੰ ਰੋਕਣ ਦੇ ਲਈ ਹੁਣ ਜਿਹੜੇ ਸੈੱਲ ਨੇ ਉਹ ਐਲਕੈਲਾਈਨ ਡਰਾਈ ਸੈਲਸ ਯੂਜ਼ ਕੀਤੇ ਜਾਂਦੇ ਨੇ ਐਲਕੈਲਾਈਨ ਐਸਡਿਕ ਨਹੀਂ ਹੁੰਦੇ ਐਲਕੈਲਾਈਨ ਡ్రਾਈ ਸੈਲਸ ਉਹਨਾਂ ਦੇ ਵਿੱਚ ਕੀ ਪਾਇਆ ਜਾਂਦਾ ਹੁਣ ਪਹਿਲਾਂ ਅਮੋਨੀਅਮ ਕਲੋਰਾਇਡ ਪਾਇਆ ਜਾਂਦਾ ਸੀ ਨਾ ਹੁਣ ਕੀ ਪਾਇਆ ਜਾਂਦਾ ਉਹਦੇ ਵਿੱਚ ਸੋਡੀਅਮ ਹਾਈਡਰੋਕਸਾਈਡ ਅਮੋਨੀਅਮ ਕਲੋਰਾਇਡ ਦੀ ਜਗ੍ਹਾ ਦੇ ਉੱਤੇ ਉਹਦੇ ਵਿੱਚ ਸੋਡੀਅਮ ਹਾਈਡਰੋਕਸਾਈਡ ਜਾਂ ਪੋਟਾਸ਼ੀਅਮ ਹਾਈਡਰੋਕਸਾਈਡ ਜਾਂ ਕਿ ਬੇਸ ਵਾਲੇ ਕੋਈ ਜੀ ਹਾਈਡਰੋਕਸਾਈਡ ਵਾਲੀ ਕੋਈ ਨਾ ਕੋਈ ਕੰਪਾਊਂਡ ਉਹਦੇ ਵਿੱਚ ਪਾਇਆ ਜਾਂਦਾ ਹੈ ਹੁਣ ਨੈਕਸਟ ਆਪਾਂ ਕਰਦੇ ਹਾਂ ਇਹ ਵਾਲਾ ਹੋ ਗਿਆ ਨੈਕਸਟ ਕਰਦੇ ਆਪਾਂ ਹੁਣ ਮਰਕਰੀ ਸੈਲ ਮਰਕਰੀ ਸੈਲ ਦੀ ਇਹ ਦੇਖਿਆ ਹੋਣਾ ਤੁਸੀਂ ਗੋਲ ਜਾਂ ਛੋਟਾ ਜਿਹਾ ਇੱਕ ਜਿਵੇਂ ਨਾ ਬਟਨ ਟਾਈਪ ਨਹੀਂ ਹੁੰਦਾ ਬਟਨ ਟਾਈਪ ਬਣਿਆ ਹੋਇਆ ਹੁੰਦਾ ਤੇ ਇਸ ਨੂੰ ਆਪਾਂ ਜਿਵੇਂ ਕਿ ਕੰਨਾਂ ਦੇ ਵਿੱਚ ਹਿਅਰਿੰਗ ਏਡਸ ਜਿਹੜੇ ਤੁਸੀਂ ਲਗਾਉਨੇ ਉਹਦੇ ਵਿੱਚ ਵੀ ਯੂਜ਼ ਹੁੰਦੇ ਨੇ ਲੇਜ਼ਰ ਵਾਲੀ ਲਾਈਟ ਹੁੰਦੀ ਆ ਉਹਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਇਹਨਾਂ ਨੂੰ ਜਿਹੜੀਆਂ ਰੈਸਟ ਵਾਚਸਿਸ ਨੇ ਉਹਨਾਂ ਵਿੱਚ ਵੀ ਹੁੰਦੇ ਨੇ ਕੈਮਰਿਆਂ ਦੇ ਵਿੱਚ ਵੀ ਪਾਏ ਜਾਂਦੇ ਨੇ ਛੋਟੇ ਛੋਟੇ ਇਹ ਸੈੱਲ ਹੁੰਦੇ ਨੇ ਗੋਲ ਜੇ ਇਸ ਤਰ੍ਹਾਂ ਛੋਟਾ ਜਿਹਾ ਇਸ ਤਰ੍ਹਾਂ ਜਿਵੇਂ ਬਟਨ ਜਿਹਾ ਬਣਿਆ ਹੁੰਦਾ ਵਾਈਟ ਜੇ ਕਲਰ ਦਾ ਮਰਕਰੀ ਵਾਲਾ ਉਸ ਤਰ੍ਹਾਂ ਦੇ ਇਹ ਬਣੇ ਹੋਏ ਹੁੰਦੇ ਨੇ ਹੁਣ ਇਹ ਦੀ ਸਟਰਕਚਰ ਤੁਹਾਨੂੰ ਸਮਝਾ ਦਿੰਨੀ ਆ ਬਹੁਤ ਈਜ਼ੀ ਆ ਜਿਹੜਾ ਹੈ ਉੱਪਰਲਾ ਜਿਹੜਾ ਆਹ ਵਾਲਾ ਕੈਪ ਆ ਇਹਨੂੰ ਆਪਾਂ ਐਨੋਡ ਕੈਪ ਕਹਿੰਦੇ ਆਗੇ ਇਹਦੇ ਵਿੱਚ ਕੀ ਆ ਉੱਪਰਲਾ ਜਿਹੜਾ ਕਵਰ ਜਿਹੜਾ ਉੱਪਰਮਾ ਵਾਲਾ ਪਾਸਾ ਬਣਿਆ ਹੋਇਆ ਇਹ ਐਨੋਡ ਕੈਪ ਹੋ ਗਿਆ ਤੇ ਇਹਦੇ ਅੰਦਰਲੇ ਪਾਸੇ ਆ ਦੇਖੋ ਆ ਕੀ ਬ ਇਹ ਐਨੋਡ ਆ ਇਹਦੇ ਵਿੱਚ ਕੀ ਹੈ ਜਿੰਕ ਮਰਕਰੀ ਅਮਲਗਮ ਜਿੰਕ ਮਰਕਰੀ ਇਹਦੇ ਆ ਇੱਕ ਪੇਸਟ ਬਣਾ ਕੇ ਪਾਈ ਹੋਈ ਆ ਉਹਨੂੰ ਆਪਾਂ ਅਮਲਗਮ ਕਹਿ ਦਿੰਦੇ ਆ ਇਹ ਮਲਗਮ ਇਹ ਮਲਗਮ ਠੀਕ ਹੈ ਜੀ ਉਹਦੀ ਪੇਸਟ ਬਣਾ ਕੇ ਪਾਈ ਹੁੰਦੀ ਆ ਇਹ ਐਨੋਡ ਦਾ ਕੰਮ ਕਰਦੀ ਆ ਹੁਣ ਤੁਸੀਂ ਦੇਖੋ ਇਹਦੇ ਵਿੱਚ ਦਿਖਾਇਆ ਹੋਇਆ ਨੀਚਲੇ ਵਾਲੇ ਪਾਸੇ ਆ ਵਾਲਾ ਪਾਸਾ ਇੱਥੇ ਕੀ ਬਣਿਆ ਹੋਇਆ ਕੈਥੋਡ ਬਣਿਆ ਹੋਇਆ ਕੈਥੋਡ ਦੇ ਵਿੱਚ ਕੀ ਹੁੰਦਾ ਮਰਕਰੀ ਆਕਸਾਈਡ HGO ਪਲੱਸ ਕਾਰਬਨ ਇਹਦੇ ਵਿੱਚ ਪਾਇਆ ਹੁੰਦਾ ਮਰਕਰੀ ਆਕਸਾਈਡ ਤੇ ਕਾਰਬਨ ਇਹ ਹੈਗਾ ਐਨੋਡ ਇਹ ਹੈਗਾ ਕੈਥੋਡ ਠੀਕ ਹੈ ਇਹ ਐਨੋਡ ਦਾ ਕੰਮ ਕਰਦਾ ਤੇ ਇਹ ਕੈਥੋਡ ਦਾ ਕੰਮ ਕਰਦਾ ਇਹ ਹੇਠਲੇ ਵਾਲਾ ਪਾਸਾ ਹੈ ਜਿਹੜਾ ਇੱਕ ਇਹ ਕੈਥੋਡ ਦਾ ਕੰਮ ਕਰੇਗਾ ਉੱਪਰਲਾ ਇਹ ਵਾਲਾ ਪਾਸਾ ਐਨੋਡ ਦਾ ਕੰਮ ਕਰੇਗਾ ਤੇ ਦੋਨਾਂ ਨੂੰ ਦੇਖੋ ਤੁਸੀਂ ਵਿਚਾਲੇ ਇੱਕ ਪੋਰਸ ਪੋਰਸ ਦਾ ਮਤਲਬ ਜੇ ਛੋਟੀਆਂ ਛੋਟੀਆਂ ਪੋਰਸ ਹੁੰਦੀਆਂ ਨੇ ਵਿਚਾਲੇ ਇੱਕ ਪੋਰਸ ਆਹ ਵਾਲੀ ਇੱਕ ਲਾਈਨਿੰਗ ਬਣੀ ਹੋਈ ਹੈ ਇੱਥੇ ਵਿਚਾਲੇ ਜਿਹੜੀ ਵਾਈਟ ਵਾਈਟ ਦਿਸਦੀ ਹੈ ਤੁਹਾਨੂੰ ਇਹ ਪੋਰਸ ਇੱਕ ਸੈਪਰੇਟਰ ਹੈ ਜਿਹੜਾ ਐਨੋਡ ਨੂੰ ਕੈਥੋਡ ਤੋਂ ਵੱਖਰਾ ਕਰਦਾ ਹੈ ਉਮੀਦ ਹੈ ਮੈਨੂੰ ਤੁਸੀਂ ਸਮਝ ਗਏ ਹੋਵੋਗੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਐਨੋਡ ਤੇ ਕੀ ਹੈ ਕਿਹੜਾ ਰਿਐਕਸ਼ਨ ਹੋਏਗਾ ਔਰ ਕੈਥੋਡ ਤੇ ਕਿਹੜਾ ਰਿਐਕਸ਼ਨ ਹੋਏਗਾ ਐਨਵੋਲਟ ਤਾਂ ਉਹ ਦੱਸਦਾ ਜਿੰਕ ਮਰਕਰੀ ਐਮਲਗਮ ਹੁੰਦਾ ਹੈ ਐਨਵੋਲਟ ਦੇ ਉੱਤੇ ਹੁਣ ਆਕਸੀਡੇਸ਼ਨ ਕਰਵਾਉਣਾ ਆਪਣੇ ਕੋਲ ਕੀ ਆ ਜਿੰਕ ਮਰਕਰੀ ਐਮਲਗਮ ਯਾਨਕਿ ਜਿੰਕ ਮਰਕਰੀ ਐਮਲਗਮ ਜਿੰਕ ਆ ਜਿਹੜਾ ਇੱਕ ਨਿਊਟਰਲ ਸਟੇਟ ਦੇ ਵਿੱਚ ਹੈ ਇਹਦੀ ਆਕਸੀਡੇਸ਼ਨ ਸਟੇਟ ਕੀ 0 ਹੋਏਗੀ ਆਪਾਂ ਕੀ ਕਰਾਉਣਾ ਐਨਵੋਲਟ ਦੇ ਉੱਤੇ ਆਕਸੀਡੇਸ਼ਨ ਕਰਾਉਣਾ ਯਾਨਕਿ ਲੂਜ਼ ਆਫ ਇਲੈਕਟ੍ਰੋਨਸ ਕਰਵਾਉਣੇ ਨੇ ਤਾਂ ਇਲੈਕਟ੍ਰੋਨਸ ਲੂਜ਼ ਕਰਕੇ ਕੀ ਬਣੇਗਾ ਜਿੰਕ ਆ ਜਿਹੜਾ ਉਹ +2 ਦੀ ਸਟੇਟ ਤੇ 2+ ਦੀ ਸਟੇਟ ਤੇ ਜਾਊਗਾ ਔਰ ਨਾਲ ਦੀ ਨਾਲ ਕੀ ਕੱਢੂਗਾ ਫਿਰ ਦੋ ਇਲੈਕਟ੍ਰੋਨ ਠੀਕ ਹੈ ਜੀ ਹੁਣ ਆਪਾਂ ਇਹ ਸੋਚਣਾ ਇਹ ਮਤਲਬ ਪ੍ਰੋਸੈਸ ਹੋਣਾ ਚਾਹੀਦਾ ਹੈ ਇਹਦੇ ਤੇ ਸਾਡੇ ਮੁਤਾਬਕ ਕਿਉਂਕਿ ਆਕਸੀਡੇਸ਼ਨ ਹੋਣੀ ਹੈ ਇਹਦੇ ਤੇ ਜ਼ਿੰਕ ਮਰਕਰੀ ਅਮਲਗਮਾ ਤੇ ਜ਼ਿੰਕ ਪਲੱਸ 2 ਦੀ ਸਟੇਟ ਤੇ ਉੱਤੇ ਜਾਏਗਾ ਤਾਂ ਇਹਦੇ ਵਿੱਚ ਕੀ ਹੈ ਇੱਕ ਅ ਵਿੱਚ ਇਲੈਕਟ੍ਰੋਲਾਈਟ ਅ ਦੱਸਣ ਤੋਂ ਰਹਿ ਗਿਆ ਬੇਟਾ ਇਹਦੇ ਵਿੱਚ ਇਲੈਕਟ੍ਰੋਲਾਈਟ ਹੋਏਗਾ ਪੋਟਾਸ਼ੀਅਮ ਹਾਈਡਰੋਕਸਾਈਡ ਇਹਦੇ ਵਿੱਚ ਇੱਥੇ ਲਿਖੋ ਇਲੈਕਟ੍ਰੋਲਾਈਟ ਕਿਉਂਕਿ ਇਲੈਕਟ੍ਰੋਲਾਈਟ ਤੋਂ ਬਿਨਾ ਤਾਂ ਰਿਐਕਸ਼ਨ ਹੀ ਨੀ ਨਾ ਹੋਣਾ ਇਲੈਕਟ੍ਰੋਲਾਈਟ ਕਿਹੜਾ ਹੋਏਗਾ ਪੋਟਾਸ਼ੀਅਮ ਹਾਈਡਰੋਕਸਾਈਡ ਪਲੱਸ ਜ਼ਿੰਕ ਆਕਸਾਈਡ ਇਹ ਵਾਲਾ ਇਲੈਕਟ੍ਰੋਲਾਈਟ ਹੋਏਗਾ ਜਿਹੜਾ ਇਲੈਕਟ੍ਰੋਲਾਈਟ ਆ ਉਹਦੇ ਵੀ ਆਇਨਸ ਬਣਗੇ ਪੋਟਾਸ਼ੀਅਮ ਤੇ ਹਾਈਡਰੋਕਸਾਈਡ ਆਇਨ ਬਣਨਗੇ ਹੋਗੇ ਜ਼ਿੰਕ ਤੇ ਆਕਸਾਈਡ ਆਇਨ ਬਣਨਗੇ ਜਿਹੜੇ ਉਹ ਵਾਲੇ ਆਇਨਸ ਨੇ ਉਹ ਵੀ ਇਹਦੇ ਵਿੱਚ ਮਿਕਸ ਹੁੰਦੇ ਨੇ ਤਾਂ ਕੀ ਹੋਏਗਾ ਇਹਦੇ ਵਿੱਚ ਹਾਈਡਰੋਕਸਾਈਡ ਆਇਨ ਨਾਲ ਅਟੈਚ ਹੋਣਗੇ ਜਿਹੜੇ ਇਲੈਕਟ੍ਰੋਲਾਈਟ ਦੇ ਵਿੱਚੋਂ ਆਏ ਹਾਈਡਰੋਕਸਾਈਡ ਆਇਨਸ ਨੇ ਜਿਹੜੇ ਨਾਲ ਅਟੈਚ ਹੋਣਗੇ ਤਾਂ ਜਿੰਕ ਆਕਸਾਈਡ ਬਣ ਗਿਆ ਇੱਥੇ ਜਿੰਕ ਆਕਸਾਈਡ ਬਣ ਗਿਆ ਤਾਂ ਇਹ ਜਿਹੜੇ ਨੇ ਹਾਈਡਰੋਕਸਾਈਡ ਆਇਨਸ 2 ਹੋਣਗੇ ਤਾਂ ਇੱਧਰ ਇੱਕ ਮੋਲੀਕਿਊਲ ਪਾਣੀ ਦਾ ਬਾਹਰ ਨਿਕਲੂਗਾ ਪਲੱਸ ਵਾਟਰ ਮੋਲੀਕਿਊਲ ਠੀਕ ਹੈ ਜਿੰਕ ਆਲਗਮ ਸੀਗਾ ਦੋ ਮੋਲੀਕਿਊਲ ਇਹਦੇ ਵਿੱਚ ਆ ਦੋ ਇਹਦੇ ਉੱਪਰ ਨਾ ਤੁਸੀਂ ਸਮਝ ਲਿਓ ਇੱਥੇ ਮੈਂ ਥੋੜਾ ਜਿਹਾ ਪਲੱਸ 2 O H ਨੈਗੇਟਿਵ ਠੀਕ ਹੈ 2 ਉੱਪਰ ਪੈ ਗਿਆ ਸੀ ਨਾ ਤੁਹਾਨੂੰ ਗਲਤੀ ਨਾ ਲੱਗੇ ਵੀ ਕੀ ਆ ਇਹ ਇੱਥੇ ਬਣ ਗਿਆ ਜ਼ਿੰਕ ਆਕਸਾਈਡ ਤੇ ਪਲੱਸ ਇਹ ਮੈਂ ਤੁਹਾਨੂੰ ਟੁੱਟਮਾ ਤਾਂ ਦੱਸਿਆ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਕਿਹੜੀ ਚੀਜ਼ ਕਿੱਥੋਂ ਆਈ ਹੈ ਠੀਕ ਹੈ ਜੀ ਜ਼ਿੰਕ ਅਮਲਗਮ ਸੀਗਾ ਤਾਨੂੰ ਪਤਾ ਕਿ ਇਹ ਤੇ ਆਕਸੀਡੇਸ਼ਨ ਹੋਣੀ ਹੈ ਇਹਨੇ ਲੂਜ਼ ਕਰਨੇ ਇਲੈਕਟ੍ਰੋਨ ਤਾਂ ਜ਼ਿੰਕ 0 ਵਾਲੀ ਸਟੇਟ ਤੇ ਸੀ ਤੇ 0 ਤੁਸੀਂ ਲਿਖਣੀ ਨਹੀਂ ਮੈਂ ਸਮਝਾਉਣ ਵਾਸਤੇ ਦੱਸੀ ਆ ਕਿ 0 ਹੈ ਦੀ ਆਕਸੀਡੇਸ਼ਨ ਸਟੇਟ ਤਾਂ +2 ਤੇ ਚਲਾ ਗਿਆ ਇਧਰਲੇ ਪਾਸੇ ਵੀ ਲਿਖਣ ਦੀ ਲੋੜ ਨਹੀਂ ਸਿਰਫ ਸਮਝਾਉਣ ਲਈ ਦੱਸਿਆ +2 ਤੇ ਚਲਾ ਗਿਆ ਤਾਂ ਦੋ ਇਲੈਕਟ੍ਰੋਨ ਇਹਨੇ ਬਾਹਰ ਕੱਢੇ ਨੇ ਪਰ ਇਹਦੇ ਵਿੱਚ ਜਿਹੜਾ ਇਲੈਕਟ੍ਰੋਲਾਈਟ ਉਹਦੇ ਵਿੱਚ ਉਹ ਹਾਈਡਰੋਕਸਾਈਡ ਆਇਨਸ ਲੈਂਦਾ ਆ ਲੈ ਕੇ ਜ਼ਿੰਕ ਆਕਸਾਈਡ ਬਣਾਤਾ ਜ਼ਿੰਕ ਆਕਸਾਈਡ ਬਣ ਗਿਆ ਨਾ ਜ਼ਿੰਕ +2 ਤੇ ਆ ਆਕਸੀਜਨ -2 ਤੇ ਆ ਤਾਂ ਫਾਰਮੂਲਾ ਸਹੀ ਹੋ ਗਿਆ ਦੋਨੇ ਉਹ ਪਲਸ 2 ਦੇ ਆ ਚਲਾ ਗਿਆ ਤਾਂ ਇਹਦੇ ਵਿੱਚ ਇੱਕ ਪਾਣੀ ਦਾ ਮੋਲੀਕੂਲ ਨਿਕਲਿਆ ਦੋ ਇਲੈਕਟ੍ਰੋਨ ਨਿਕਲੇ ਇਹ ਤਾਂ ਹੋ ਗਿਆ ਐਨੋਡ ਦੇ ਉੱਤੇ ਹੁਣ ਕੈਥੋਡ ਤੇ ਦੇਖੋ ਕੀ ਹੋਏਗਾ ਕੈਥੋਡ ਕੈਥੋਡ ਦੇ ਉੱਤੇ ਆਪਾਂ ਕੀ ਲਿਆ ਮਰਕਰੀ ਆਕਸਾਈਡ ਠੀਕ ਹੈ ਜੀ ਤੇ ਕੈਥੋਡ ਤੇ ਹੋਣਾ ਕੀ ਹੈ ਰਿਡਕਸ਼ਨ ਜਾਨਿਕਾ ਨੇ ਇਲੈਕਟ੍ਰੋਨਸ ਲੈਣੇ ਨੇ ਦੋ ਇਲੈਕਟ੍ਰੋਨ ਜਿਹੜੇ ਉਧਰ ਲੂਜ਼ ਕੀਤੇ ਨੇ ਇਹਨੇ ਪਹਿਲਾਂ ਜ਼ਿੰਕ ਮਰਕਰੀਆ ਮੈਲਗਮ ਨੇ ਉਹ ਵਾਲੇ ਇਲੈਕਟ੍ਰੋਨਸ ਆ ਗਏ ਤੇ ਨਾਲ ਹੀ ਜਿਹੜਾ ਉਹਦੇ ਵਿੱਚ ਪਾਣੀ ਦਾ ਮੋਲੀਕਿਊਲ ਸੀਗਾ ਉਹ ਵੀ ਇਹਦੇ ਵਿੱਚ ਆ ਗਿਆ ਤਾਂ ਕੀ ਹੋਏਗਾ ਹੁਣ ਇਲੈਕਟ੍ਰੋਨਸ ਜਦੋਂ ਇਹ ਗੇਨ ਕਰ ਲੂਗਾ ਤਾਂ ਮਰਕਰੀ ਇੱਥੇ ਦੇਖੋ ਮਰਕਰੀ ਕਿਹਦੇ ਤੇ ਆ ਇੱਥੇ ਮਰਕਰੀ +2 ਤੇ ਆ ਆਕਸੀਡੇਸ਼ਨ ਸਟੇਟ ਇਹ ਮਤਲਬ 0 ਤੇ ਜਾਣਾ ਚਾਹੀਦਾ ਹੈ ਜਾਂ +1 ਤੇ ਜਾਣਾ ਚਾਹੀਦਾ ਠੀਕ ਹੈ ਜਾਨਕਿ ਇਲੈਕਟ੍ਰੋਨਸ ਇਹਨੂੰ ਗੇਨ ਕਰਨੇ ਚਾਹੀਦੇ ਨੇ ਤਾਂ ਇਹ ਮਰਕਰੀ 0 ਤੇ ਚਲਾ ਜਾਂਦਾ 0 ਆਕਸੀਡੇਸ਼ਨ ਸਟੇਟ ਤੇ ਚਲਾ ਜਾਂਦਾ ਔਰ ਪਲੱਸ ਹੋਰ ਕੀ ਬਣ ਸਕਦਾ ਇਹਦੇ ਵਿੱਚ ਦੇਖੋ ਤੁਸੀਂ ਇਲੈਕਟ੍ਰੋਨਸ ਇਹਨੇ ਲੈ ਲੇ ਦੋ ਇਲੈਕਟ੍ਰੋਨ ਸੀਗੇ ਦੋ ਇਹਨੇ ਲੂਜ਼ ਕੀਤੇ ਸੀ ਦੋਨੋਂ ਲੈ ਲੇ ਤਾਂ ਇਹਦੇ ਵਿੱਚ ਕੀ ਰਹਿ ਗਿਆ H2O ਜਿਹੜਾ H2O ਆ ਉਹ ਵੀ ਉਹ ਵੀ ਆਇਨਸ ਦੇ ਫਾਰਮ ਦੇ ਵਿੱਚ ਕਨਵਰਟ ਹੋ ਜਾਂਦਾ 2 ओ एच 네ਗੇਟਿਵ ਬਣ ਜਾਂਦਾ ਠੀਕ ਹੈ ਜੀ ਹਾਈਡਰੋਕਸਾਈਡ ਬਣ ਜਾਂ ਬਣ ਜਾਂਦੇ ਨੇ ਕਿਉਂ ਕਿ ਕਿਉਂਕਿ ਇਹੀ ਹਾਈਡਰੋਕਸਾਈਡ ਆਇਨ ਨੇ ਜਿਹੜੇ ਫਿਰ ਫਿਰ ਦੁਬਾਰਾ ਉਧਰਲੇ ਪਾਸੇ ਯੂਜ਼ ਹੋਣਗੇ ਹਮ ਇੱਥੇ ਇੱਥੇ ਹਾਈਡਰੋਕਸਾਈਡ ਨੇ ਜਿਹੜੇ ਇਧਰਲੇ ਪਾਸੇ ਬਣ ਗਏ ਇਧਰ ਫਿਰ ਯੂਜ਼ ਹੋਣਗੇ ਇਸ ਤਰ੍ਹਾਂ ਹੁਣ ਆਪਾਂ ਦੇਖੀਏ ਓਵਰਆਲ ਰਿਐਕਸ਼ਨ ਕੀ ਹੋਏਗਾ ਇਸ ਦਾ ਜੇਕਰ ਇਸ ਨੂੰ ਆਪਾਂ ਐਡ ਕਰਦੇ ਹਾਂ ਓਵਰਆਲ ਰਿਐਕਸ਼ਨ ਕੀ ਹੋਇਆ ਦੋ ਇਲੈਕਟ੍ਰੋਨ ਇਧਰ ਸੀ ਦੋ ਇਧਰ ਸੀ ਕੈਨਸਲ ਹੋ ਗਏ ਆਪਾਂ 2 ओएच इधर ਨੇ इधर ले ਪਾਸੇ ਨੇ ਇਹ ਵੀ ਕੈਨਸਲ ਹੋ ਗਏ ਆਪਸ ਦੇ ਵਿੱਚ ਤੇ ਹੋਰ ਤਾਂ ਕੁਝ ਕੈਨਸਲ ਹੁੰਦਾ ਨਹੀਂ ਤਾਂ ਤੁਸੀਂ ਇੱਥੇ ਲਿਖ ਦਿਓ ਫਿਰ ਇੱਕ ਤਾਂ ਜਿੰਕ ਹੋ ਗਿਆ ਪਲੱਸ ਮਰਕਰੀ ਆਕਸਾਈਡ ਹੋ ਗਿਆ ਪਲੱਸ ਪਾਣੀ ਦਾ ਮੋਲੀਕਿਊਲ ਹੋ ਗਿਆ ਪਾਣੀ ਦਾ ਮੋਲੀਕਿਊਲ ਨਹੀਂ ਰਹੇਗਾ ਬੇਟੇ ਕਿਉਂਕਿ ਪਾਣੀ ਦਾ ਮੋਲੀਕਿਊਲ ਵੀ ਕੈਨਸਲ ਹੋ ਗਿਆ ਇਹ ਵਾਲਾ ਪਾਣੀ ਦਾ ਮੋਲੀਕਿਊਲ ਇਹਦੇ ਨਾਲ ਕੈਨਸਲ ਹੋ ਗਿਆ ਠੀਕ ਹੈ ਤੇ ਫਿਰ ਦੇਖੋ ਤੁਸੀਂ ਜਿੰਕ ਆਕਸਾਈਡ ਆ ਉੱਪਰ ਪਲਸ ਮਰਕਰੀ ਇਹ ਵਾਲਾ ਹੋ ਗਿਆ ਇਹਦਾ ਓਵਰਆਲ ਰਿਐਕਸ਼ਨ ਕਿ ਜ਼ਿੰਕ ਤੇ ਮਰਕਰੀ ਜ਼ਿੰਕ ਵਾਲਾ ਜਿਹੜਾ ਜ਼ਿੰਕ ਮਰਕਰੀ ਅਮਲਗਮ ਸੀਗਾ ਜਿਹੜਾ ਇਹ ਇੱਥੇ ਤੁਸੀਂ ਇੱਕ ਹੋਰ ਕਰੋ ਇੱਥੇ ਦੇਖੋ ਇਹ ਲਿਖਿਆ ਹੋਇਆ ਜ਼ਿੰਕ ਮਰਕਰੀ ਅਮਲਗਮ ਤਾਂ ਆਪਾਂ ਇੱਥੇ ਵੀ ਜ਼ਿੰਕ ਮਰਕਰੀ ਅਮਲਗਮ ਹੀ ਲਿਖਣਾ ਹੈ ਇੱਥੇ ਤੁਸੀਂ ਲਿਖੋਗੇ ਜ਼ਿੰਕ ਮਰਕਰੀ ਅਮਲਗਮ ਠੀਕ ਹੈ ਇਸ ਤਰ੍ਹਾਂ ਲਿਖਣਾ ਇਹ ਨਹੀਂ ਲਿਖਣਾ प्लस ए वाला हो गया एनोड हो गया एक एथोड हो गया तो बनया कि जिंक ऑक्साइड प्लस मरकरी बन गया जिंक ऑक्साइड सॉलिड फॉर्म के होएगा और इस जो वोल्टेज हों सैल की वह हों पॉइंट थ्री फाइव वोल्ट का यह सैल हों ठीक है जी ਸਮਝ ਗਿਆ ਹੋਵੋਗੇ ਮਰਕਰੀ ਸੈੱਲ ਵੀ ਇਹਦੇ ਵਿੱਚ ਵੀ ਆ ਨੋਡ ਤੇ ਕੀ ਹੁੰਦਾ ਕੈਥੋਡ ਤੇ ਕੀ ਹੁੰਦਾ ਤੇ ਓਵਰਆਲ ਰਿਐਕਸ਼ਨ ਕੀ ਹੁੰਦਾ ਬਸ ਸਿੰਪਲ ਇੰਨੇ ਹੀ ਦੱਸਣਾ ਹੁੰਦਾ ਹੈ ਬੇਟੇ ਔਰ ਇਹਦਾ ਇੱਕ ਗੁੱਡ ਪੁਆਇੰਟ ਇਹ ਹੀ ਆ ਕਿ ਇਹਦੇ ਵਿੱਚ ਆਇਨਸ ਨਹੀਂ ਬਣਦੇ ਦੇਖੋ ਤੁਸੀਂ ਕੋਈ ਆਇਨ ਬਣਿਆ ਇਧਰਲੇ ਪਾਸੇ ਕੋਈ ਆਇਨ ਨਹੀਂ ਹੈਗਾ ਇਧਰਲੇ ਪਾਸੇ ਕੋਈ ਆਇਨ ਨਹੀਂ ਬਣਿਆ ਹੋਇਆ ਇਹ ਸੋਲਿਡ ਫਾਰਮ ਦੇ ਵਿੱਚ ਆ ਜ਼ਿੰਕ ਆਕਸਾਈਡ ਤੇ ਇਹ ਲਿਕਵਿਡ ਫਾਰਮ ਦੇ ਵਿੱਚ ਆ ਜਿਹੜਾ ਮਰਕਰੀ ਆ ਇਸ ਕਰਕੇ ਆਇਨਸ ਨਾ ਹੋਣ ਦੇ ਕਾਰਨ ਇਹਦਾ ਇੱਕ ਐਡਵਾਂਟੇਜ ਆ ਕਿ ਇਹਦਾ ਜਿਹੜਾ ਪੋਟੈਂਸ਼ੀਅਲ ਆ ਪੋਟੈਂਸ਼ੀਅਲ ਜਿਹੜਾ ਡਿਫਰੈਂਸ ਬਣਿਆ ਰਹਿੰਦਾ ਆ ਉਹ ਕਨਸਟੈਂਟ ਰਹਿੰਦਾ ਜਿੰਨੀ ਦੇਰ ਤੱਕ ਇਹ ਸੈੱਲ ਚੱਲਦਾ ਰਹਿੰਦਾ ਹੈ ਜਦਕਿ ਜਿਹੜਾ ਡਰਾਈ ਸੈੱਲ ਆ ਉਹਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਆਇਨਸ ਬਣਦੇ ਨੇ ਇਸ ਕਰਕੇ ਉਹ ਉਹਦੇ ਵਿੱਚ ਜਿਹੜਾ ਉਹਦਾ ਪੋਟੈਂਸ਼ੀਅਲ ਆ ਲਗਾਤਾਰ ਚੇਂਜ ਹੁੰਦਾ ਰਹਿੰਦਾ ਹੈ ਕੰਟੀਨਿਊਸਲੀ ਚੇਂਜ ਹੁੰਦਾ ਰਹਿੰਦਾ ਹੈ ਇਹ ਇਸਦਾ ਇੱਕ ਸਪੈਸ਼ਲ ਫੀਚਰ ਆ ਮਰਕਰੀ ਸੈੱਲ ਦਾ ਡਰਾਈ ਸੈੱਲ ਦੇ ਨਾਲ ਹੁਣ ਆਪਾਂ ਕਰਾਂਗੇ ਸੈਕੰਡਰੀ ਸੈਲਸ ਸਕੈਂਡੀ ਸੈਲਸ ਦੇ ਵਿੱਚ ਆਪਾਂ ਕਰਾਂਗੇ ਲੈਡ ਸਟੋਰੇਜ ਜਾਂ ਲੈਡ ਐਕਕਮੂਲੇਟਰ ਵੀ ਕਹਿ ਦਿੰਨੇ ਆ ਇਸ ਨੂੰ ਆਪਾਂ ਲੈਡ ਸਟੋਰੇਜ ਸੈਲ ਕਰਾਂਗੇ ਲੈਡ ਸਟੋਰੇਜ ਸੈਲ ਜਿਹੜੇ ਘਰਾਂ ਦੇ ਵਿੱਚ ਆਮ ਤੁਹਾਡੇ ਇਨਵਰਟਰ ਰੱਖਿਆ ਹੁੰਦੇ ਨੇ ਨਾ ਬੈਟਰੀਆਂ ਸਮਝਿਓ ਹੁਣ ਧਿਆਨ ਨਾਲ ਕਿਵੇਂ ਵਰਕ ਕਰਦੀਆਂ ਨੇ ਇਹਦੇ ਵਿੱਚ ਦੋ ਉਹੀ ਐਨੋਡ ਤੇ ਕੈਥੋਡ ਉਸੇ ਤਰ੍ਹਾਂ ਫੇਰ ਇਲੈਕਟਰੋਡ ਜੋੜਨਗੇ ਜਿਹੜਾ ਐਨੋਡ ਵਾਲਾ ਇਲੈਕਟਰੋਡ ਆ ਉਹ ਹੈਗਾ ਲੈਡ ਦਾ ਐਨੋਡ ਐਨੋਡ ਤੇ ਕੀ ਆ ਲੈਡ ਔਰ ਕੈਥੋਡ ਦੇ ਉੱਤੇ ਕੈਥੋਡ ਦੇ ਉੱਤੇ ਹੁੰਦਾ ਲੈਡ ਆਕਸਾਈਡ ਜਣੇ ਕਿ ਜਿਹੜਾ ਐਨੋਡ ਵਾਲਾ ਇਲੈਕਟrode ਆ ਉਹ ਲੈਡ ਦਾ ਬਣਿਆ ਹੋਇਆ ਉਹਦੇ ਵਿੱਚ ਲੈਡ ਭਰਿਆ ਹੋਇਆ ਕੈਥੋਡ ਵਾਲਾ ਜਿਹੜਾ ਇਲੈਕਟrode ਆ ਉਹਦੇ ਵਿੱਚ ਲੈਡ ਆਕਸਾਈਡ ਪੈਕ ਕੀਤਾ ਹੋਇਆ ਔਰ ਇਹਦੇ ਵਿੱਚ ਇਲੈਕਟ੍ਰੋਲਾਈਟ ਕਿਹੜਾ ਹੁੰਦਾ ਹੁਣ ਇਹ ਤਿੰਨ ਚੀਜ਼ਾਂ ਪਹਿਲਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਕੋਈ ਵੀ ਸੈੱਲ ਨੂੰ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਚ ਐਨੋਡ ਕੌਣ ਆ ਕੈਥੋਡ ਕੌਣਾ ਤੇ ਇਲੈਕਟ੍ਰੋਲਾਈਟ ਕੌਣਾ ਇਲੈਕਟ੍ਰੋਲਾਈਟ ਇਹਦੇ ਵਿੱਚ ਹੈਗਾ ਸਲਫਿਉਰਿਕ ਐਸਿਡ ਔਰ ਕਿੰਨਾ ਹੁੰਦਾ ਹੋ 38% ਬਾਈ ਮਾਸ ਬਾਈ ਮਾਸ ਠੀਕ ਹੈ ਜੀ ਜਿਵੇਂ ਮੋਲੈਰਿਟੀ ਆਪਾਂ ਕੱਢਦੇ ਆਂਗੇ ਮੋਲੈਰਿਟੀ ਉਸੇ ਤਰ੍ਹਾਂ ਇਹ ਦੱਸਿਆ 38% ਬਾਈ ਮਾਸ ਇਲੈਕਟ੍ਰੋਲਾਈਟ ਪਤਾ ਲੱਗ ਗਿਆ ਤੁਹਾਨੂੰ ਐਨੋਡ ਦਾ ਪਤਾ ਲੱਗ ਗਿਆ ਤੁਹਾਨੂੰ ਕੈਥੋਡ ਦਾ ਪਤਾ ਲੱਗ ਗਿਆ ਤੇ ਹੁਣ ਆਪਾਂ ਇਹ ਦੇਖਣਾ ਵੀ ਐਨੋਡ ਤੇ ਕੀ ਹੁੰਦਾ ਤੇ ਕੈਥੋਡ ਤੇ ਕੀ ਹੁੰਦਾ ਠੀਕ ਹੈ ਐਨੋਡ ਦੇ ਉੱਤੇ ਕੀ ਹੁੰਦਾ ਪਤਾ ਤੁਹਾਨੂੰ ਹੁਣ ਤਾਂ ਯਾਦ ਹੋ ਗਿਆ ਹੋਗਾ ਕਿ ਐਨੋਡ ਦੇ ਉੱਤੇ ਹਮੇਸ਼ਾ ਹੀ ਆਕਸੀਡੇਸ਼ਨ ਹੁੰਦਾ ਔਰ ਕੈਥੋਡ ਦੇ ਉੱਤੇ ਰਿਡਕਸ਼ਨ ਹੁੰਦਾ ਹੈ ਇਹ ਕਈ ਸੈੱਲ ਨੇ ਜਿਹੜੇ ਆ ਦੇਖੋ ਇਲੈਕਟrode 1 2 ਤੇ 3 ਤਿੰਨ ਤਾਂ ਐਨੋਡ ਵਾਲੇ ਲਾਏ ਹੋਏ ਨੇ ਜਾਨੀ ਕਿ ਕਈ ਸੈੱਲ ਆਪਸ ਦੇ ਵਿੱਚ ਇਸ ਤਰ੍ਹਾਂ ਜੋੜੇ ਹੋਏ ਹੁੰਦੇ ਨੇ ਇਹਨਾਂ ਨੂੰ ਹੁਣ ਦੇਖੋ ਇਹਨਾਂ ਦੇ ਉੱਤੇ ਰਿਐਕਸ਼ਨ ਕਿਸ ਤਰ੍ਹਾਂ ਹੋਏਗਾ ਕੈਥੋਡ ਤੇ ਪੋਜ਼ਿਟਿਵ ਚਾਰਜ ਐਨੋਡ ਤੇ ਨੈਗੇਟਿਵ ਚਾਰਜ ਜਾਨੀ ਕਿ ਇਹ ਕੰਮ ਕਰ ਗਿਆ ਹੁਣ ਗਲਵੈਨਿਕ ਸੈੱਲ ਦੇ ਤੌਰ ਤੇ ਜਾਂ ਵੋਲਟਿਕ ਸੈੱਲ ਕਹ ਲਓ ਸਭ ਤੋਂ ਪਹਿਲਾਂ ਆਪਾਂ ਹੁਣ ਦੇਖਣਾ ਐਨੋਡ ਦੇ ਉੱਤੇ ਰਿਐਕਸ਼ਨ ਕੀ ਹੋਣਾ ਹੈ ਨੋਡ ਵਾਲਾ ਜਿਹੜਾ ਇਲੈਕਟrode ਆ ਉਹਦੇ ਉੱਤੇ ਕੀ ਹੋਏਗਾ ਕੀ ਲੈਡ ਐਨੋਡ ਤੇ ਸਿੰਪਲ ਲੈਡ ਐਨੋਡ ਤੇ ਹੋਣਾ ਕੀ ਆ ਆਕਸੀਡੇਸ਼ਨ ਹੋਣਾ ਇਲੈਕਟ੍ਰੋਨਸ ਲੂਜ਼ ਕਰਨੇ ਨੇ ਤਾਂ ਕੀ ਬਣੇਗਾ ਲੈਡ 2+ 2 ਇਲੈਕਟ੍ਰੋਨ ਬਾਹਰ ਕੱਢੂਗਾ ਇੱਥੇ ਜ਼ੀਰੋ ਆਕਸੀਡੇਸ਼ਨ ਸਟੇਟ ਤੇ ਆ 2 ਪਲੱਸ ਤੇ ਚਲਾ ਗਿਆ ਹੋਰ ਇਹਦੇ ਵਿੱਚ ਕੀ ਹੋਏਗਾ ਇਸ ਤੋਂ ਬਿਨਾ ਜਿਹੜਾ ਸਲਫਿਊਰਿਕ ਐਸਿਡ ਇਲੈਕਟ੍ਰੋਲਾਈਟ ਆ ਉਹ ਮੈਂ ਤੁਹਾਨੂੰ ਇੱਥੇ ਕਰਕੇ ਦੱਸ ਦਿੰਦੀ ਆ ਕਿ ਜਿਹੜਾ ਸਲਫਿਊਰਿਕ ਐਸਿਡ ਆ ਉਹਦੇ ਵੀ ਤਾਂ ਆਇਨਸ ਬਣਨਗੇ ਨਾ ਇਲੈਕਟ੍ਰੋਲਾਈਟ ਦੇ ਵੀ ਆਇਨਸ ਬਣਦੇ ਹੁੰਦੇ ਨੇ ਉਹਦੇ ਕੀ ਆਇਨਸ ਬਣਨਗੇ ਇੱਕ ਤਾਂ H ਪਲੱਸ ਆਇਨਸ ਬਣਨਗੇ ਇੱਕ ਸਲਫੇਟ ਆਇਨਸ ਬਣਨਗੇ ਠੀਕ ਹੈ ਜੀ ਇੱਕ ਇੱਕ ਮੋਲੀਕਿਊਲ ਦੇ ਲਈ ਦੋ ਹਾਈਡਰੋਜਨ ਦਾ ਆਇਨ ਬਣ ਗਿਆ ਤੇ ਇੱਕ ਸਲਫੇਟ ਦਾ ਆਇਨ ਬਣ ਗਿਆ ਇਹ ਵਾਲੇ ਵੀ ਬਣਨਗੇ ਤੇ ਇਹ ਸਲਫੇਟ ਆਇਨਸ ਨੇ ਜਿਹੜੇ ਇਹਨਾਂ ਨੂੰ ਫਿਰ ਇੱਥੇ ਆਪਾਂ ਐਨੋਡ ਦੇ ਉੱਤੇ ਇਹ ਕੰਮ ਕਰਦੇ ਆ ਜਿਹੜਾ ਲੈਡ ਆਇਨਸ ਬਣ ਗਿਆ ਹੁਣ Pb2+ ਪਲੱਸ ਸਲਫੇਟ ਦੇ ਆਇਨਸ ਜਿਹੜੇ ਇਲੈਕਟ੍ਰੋਲਾਈਟ ਦੇ ਵਿੱਚੋਂ ਆਏ ਨੇ ਤਾਂ ਮਿਲ ਕੇ ਕੀ ਬਣਾਉਂਦੇ ਨੇ ਇਹ ਲੈਡ ਸਲਫੇਟ ਬਣਾਉਂਦੇ ਆ ਪਰ ਦੋ ਇਲੈਕਟ੍ਰੋਨ ਤਾਂ ਉਸੇ ਤਰ੍ਹਾਂ ਪਹਿਲਾਂ ਹੀ ਨਿਕਲੇ ਹੋਏ ਨੇ ਦੋ ਇਲੈਕਟ੍ਰੋਨ ਹੋਣਗੇ ਇਹਦੇ ਵਿੱਚ ਇਹ ਤਾਂ ਹੋ ਗਿਆ ਬੇਟੇ ਐਨੋਡ ਦੇਤੇ ਤੇ ਇਸ ਨੂੰ ਵੀ ਆਪਾਂ ਓਵਰਆਲ ਕਰ ਲੋ ਕਿਉਂਕਿ ਦੋ ਪਹਿਲਾਂ ਲੈਡ ਤੋਂ ਲੈਡ ਦੇ ਆਇਨਸ ਬਣਦੇ ਨੇ ਫਿਰ ਲੈਡ ਜਿਹੜਾ ਇਲੈਕਟ੍ਰੋਲਾਈਟ ਦੇ ਸਲਫੇਟ ਦੇ ਨਾਲ ਰਿਐਕਟ ਕਰਕੇ ਲੈਡ ਸਲਫੇਟ ਬਣਾਉਂਦਾ ਤੇ ਇਸ ਨੂੰ ਵੀ ਤੁਸੀਂ ਓਵਰਆਲ ਕਰ ਲੋ ਵੀ ਐਨੋਡ ਦੇ ਉੱਤੇ ਓਵਰਆਲ ਰਿਐਕਸ਼ਨ ਕੀ ਹੋ ਗਿਆ ਲੈਡ ਆਇਨਸ ਇੱਧਰ ਸੀ ਤੇ ਇੱਧਰ ਇਹ ਵਾਲੇ ਕੈਨਸਲ ਹੋ ਗਏ ਰਹਿ ਕੀ ਗਿਆ ਆਪਣੇ ਕੋਲ ਲੈਡ ਪਲੱਸ ਸਲਫੇਟ ਸਲਫੇਟ ਆਇਨਸ ਹੋ ਗਏ ਇੱਧਰ ਕੀ ਬਣ ਗਿਆ ਲੈਡ ਸਲਫੇਟ ਪਲਸ ਇਲੈਕਟ੍ਰੋਨਸ ਟੂ ਇਲੈਕਟ੍ਰੋਨਸ ਹੋ ਗਏ ਦੋ ਇਲੈਕਟ੍ਰੋਨ ਇਹ ਤਾਂ ਦਵਾਰਾ ਲਿਖਦੇ ਨਾ ਪਹਿਲਾਂ ਵੀ ਸੀਗਾ ਦਵਾਰਾ ਵੀ ਸੀਗਾ ਉਹ ਤਾਂ ਰਿਐਕਸ਼ਨ ਦੇ ਵਿੱਚ ਰਹਿਣਗੇ ਉਸੇ ਤਰ੍ਹਾਂ ਇਹ ਐਨੋਡ ਦੇ ਉੱਤੇ ਓਵਰ ਆਲ ਰਿਐਕਸ਼ਨ ਹੋ ਗਿਆ ਹੁਣ ਕੈਥੋਡ ਤੇ ਦੇਖੋ ਕੀ ਹੋਏਗਾ ਆਪਾਂ ਦੇਖਣਾ ਕੈਥੋਡ ਤੇ ਕੀ ਹੋ ਰਿਹਾ ਕੈਥੋਡ ਦੇ ਉੱਤੇ ਆਪਣੇ ਕੀ ਹੈ ਲੈਡ ਆਕਸਾਈਡ ਆਪਣੇ ਕੋਲ ਤਾਂ ਲੈਡ ਆਕਸਾਈਡ PbO2 ਇਹਦੇ ਤੇ ਕੀ ਹੋਏਗਾ ਹੁਣ ਰਿਡਕਸ਼ਨ ਹੋਣਾ ਚਾਹੀਦਾ ਜਾਨਕਿ ਇਹਨੇ ਗੇਨ ਕਰਨੇ ਨੇ ਇਲੈਕਟ੍ਰੋਨਸ ਜਿਹੜੇ ਇਧਰੋਂ ਦੋ ਇਲੈਕਟ੍ਰੋਨਸ ਆਏ ਹੋਏ ਨੇ ਉਹ ਦੋ ਇਲੈਕਟ੍ਰੋਨਸ ਇਹਦੇ ਵਿੱਚ ਐਡ ਕਰ ਦੋ ਜਿਹੜੇ ਨਿਕਲੇ ਨੇ ਪਹਿਲਾਂ ਐਨੋਡ ਦੇ ਉੱਤੇ ਇਲੈਕਟ੍ਰੋਨਸ ਇਹਨੇ ਗੇਨ ਕਰਨੇ ਨੇ ਦੋ ਇਲੈਕਟ੍ਰੋਨ ਗੇਨ ਕਰਕੇ ਬਣਾਊਗਾ ਕਿ ਇੱਥੇ ਲੈਡ ਆ ਜਿਹੜਾ ਇੱਥੇ ਲੈਡ +4 ਦੀ ਆਕਸੀਡੇਸ਼ਨ ਸਟੇਟ ਤੇ ਆ ਤਾਂ ਇਹ ਗੇਨ ਕਰਕੇ ਲੈਡ +2 ਦੀ ਆਕਸੀਡੇਸ਼ਨ ਸਟੇਟ ਤੇ ਚਲਾ ਗਿਆ ਫਿਰ ਜੇਕਰ ਇਹ +2 ਦੀ ਆਕਸੀਡੇਸ਼ਨ ਸਟੇਟ ਤੇ ਚਲਾ ਗਿਆ ਤਾਂ ਆਕਸੀਜਨ ਕਿੱਥੇ ਗਿਆ ਆਕਸੀਜਨ ਕਿੱਥੇ ਜਾਊਗਾ ਇਸਕਾ ਕਿਹਦਾ ਵੀ ਹੱਲ ਕਰਨਾ ਪੈਣਾ ਤਾਂ ਇਹਦੇ ਲਈ ਕਿ ਉਹ ਜਿਹੜੇ ਹਾਈਡਰੋਜਨ ਆਇਨਸ ਬਣੇ ਸੀਗੇ ਸਲਫਿਊਰਿਕ ਐਸਿਡ ਦਾ ਜਿਹੜੇ ਆਇਨਸ ਟੁੱਟੇ ਨੇ ਸਲਫੇਟ ਤੇ ਹਾਈਡਰੋਜਨ ਉਹ ਵਾਲੇ ਹਾਈਡਰੋਜਨ ਆਇਨਸ ਇੱਥੇ ਐਡ ਕਰੋ ਚਾਰ ਹਾਈਡਰੋਜਨ ਆਇਨ ਇੱਥੇ ਐਡ ਹੋਣਗੇ ਇਹ ਹਾਈਡਰੋਜਨ ਆਇਨਸ ਨੇ ਜਿਹੜੇ ਇਹ ਬਣਾਉਣਗੇ ਫਿਰ ਆਕਸੀਜਨ ਦੇ ਨਾਲ ਇਧਰੋਂ ਮਿਲ ਕੇ ਪਾਣੀ ਦਾ ਮੋਲੀਕਿਊਲ ਪਲੱਸ ਕੀ ਬਣੇਗਾ ਇੱਥੇ ਦੋ ਮੋਲੀਕਿਊਲ ਬਣ ਜਾਣਗੇ ਪਾਣੀ ਦੇ ਇਸ ਤੋਂ ਬਾਅਦ ਇਹਦੇ ਤੇ ਕੀ ਹੋਣਾ ਸਿਰ ਜਿਹੜੇ ਲੈਡ ਆਇਨਸ ਬਣੇ ਨੇ ਹੁਣ ਲੈਡ ਆਇਨਸ ਜਿਹੜੇ ਬਣੇ ਨੇ ਉਹ ਸਲਫੇਟ ਆਇਨਸ ਜਿਹੜੇ ਸਲਫਿਊਰਿਕ ਐਸਿਡ ਤੋਂ ਬਣੇ ਹੋਏ ਨੇ ਉਹਦੇ ਨਾਲ ਇੱਥੇ ਫੇਰ ਰਿਐਕਸ਼ਨ ਕਰਨਗੇ ਜਿਵੇਂ ਕਿ ਪਹਿਲਾਂ ਵਾਲੇ ਐਨੋਡ ਤੇ ਕੀਤਾ ਉਸੇ ਤਰ੍ਹਾਂ ਇੱਥੇ ਵੀ ਇਹ ਰਿਐਕਟ ਕਰਕੇ ਕੀ ਬਣਾਉਣਗੇ ਲੈਡ ਸਲਫੇਟ ਹੁਣ ਦੇਖੋ ਬੇਟੇ ਇਹ ਕੈਥੋਡ ਦੇ ਉੱਤੇ ਰਿਐਕਸ਼ਨ ਹੋ ਗਿਆ ਇਹਦਾ ਵੀ ਆਪਾਂ ਓਵਰਆਲ ਰਿਐਕਸ਼ਨ ਕਰ ਲੈਣਾ ਫਿਰ ਇਹਦਾ ਓਵਰਆਲ ਰਿਐਕਸ਼ਨ ਕਰਦੇ ਆ ਤਾਂ ਦੇਖੋ ਕੀ ਕੀ ਕੈਨਸਲ ਹੁੰਦਾ ਲੈਡ ਆਇਨਸ ਇੱਧਰ ਨੇ ਤੇ ਲੈਡ ਆਇਨਸ ਇੱਧਰ ਨੇ ਇਹ ਕੈਨਸਲ ਹੋਗੇ ਆਪਸ ਦੇ ਵਿੱਚ ਤਾਂ ਕੀ ਹੋਏਗਾ ਪੀਬੋ2 ਪਲੱਸ 2 ਇਲੈਕਟ੍ਰੋਨ ਹੋਗੇ ਪਲੱਸ 4 ਹਾਈਡਰੋਜਨ ਆਇਨਸ ਪਲੱਸ ਸਲਫੇਟ ਆਇਨਸ ਐਰੋ ਕਰਕੇ ਹੋ ਗਿਆ ਲੈਡ ਸਲਫੇਟ ਬਣ ਗਿਆ ਇੱਕ ਤਾਂ ਔਰ ਇੱਕ ਕੀ ਬਣ ਗਿਆ ਦੋ ਮੋਲੀਕਿਊਲ ਬਣ ਗਏ ਪਾਣੀ ਦੇ ਟੂ ਮੋਲੀਕਿਊਲਸ ਹੋ ਗਏ ਵਾਟਰ ਦੇ ਇਹ ਹੋ ਗਿਆ ਓਵਰ ਆਲ ਰਿਐਕਸ਼ਨ ਕਿਹਦਾ ਹੋ ਗਿਆ ਕੈਥੋਡ ਦਾ ਦੇਖੋ ਓਵਰ ਆਲ ਰਿਐਕਸ਼ਨ ਐਨੋਡ ਦਾ ਵੀ ਹੋ ਗਿਆ ਓਵਰ ਆਲ ਰਿਐਕਸ਼ਨ ਹੁਣ ਕੈਥੋਡ ਦਾ ਵੀ ਹੋ ਗਿਆ ਜਾਨੀ ਕਿ ਇਹ ਵਾਲਾ ਰਿਐਕਸ਼ਨ ਓਵਰ ਆਲ 1 ਨੰਬਰ 1 ਹੋ ਗਿਆ ਤੇ ਇੱਥੇ ਹੋ ਗਿਆ ਓਵਰ ਆਲ ਰਿਐਕਸ਼ਨ ਕੈਥੋਡ ਤੇ ਨੰਬਰ 2 ਹੁਣ 1 ਤੇ 2 ਨੂੰ ਆਪਾਂ ਐਡ ਕਰਨਾ ਫਿਰ ওভার ਆਲ ਰਿਐਕਸ਼ਨ ਪੂਰੇ ਸੈੱਲ ਦੇ ਵਿੱਚ ਜਿਹੜਾ ਰਿਐਕਸ਼ਨ ਚੱਲ ਰਿਹਾ ਹੁਣ ਜਾਨੀ ਕਿ ਪੂਰੇ ਲੈਡ ਐਕਮੂਲੇਟਰ ਦੇ ਚੱਲ ਰਿਹਾ ਉਹਨੂੰ ਆਪਾਂ ਫਿਰ ਲਿਖਾਂਗੇ ਹੁਣ ਇੱਥੇ ਦੇਖੋ ਤੁਸੀਂ 1 ਤੇ 2 ਦੇ ਵਿੱਚ ਕੀ ਕੀ ਕੈਨਸਲ ਹੋ ਸਕਦਾ ਦੇਖੋ ਇੱਧਰ ਲੈਡ ਆਕਸਾਈਡ ਆ ਇੱਧਰਲੇ ਪਾਸੇ ਦੋ ਇਲੈਕਟ੍ਰੋਨਸ ਨੇ ਇੱਧਰਲੇ ਪਾਸੇ ਦੋ ਇਲੈਕਟ੍ਰੋਨਸ ਨੇ ਇਹਨਾਂ ਦੋਨਾਂ ਨੂੰ ਕੈਨਸਲ ਕਰਤਾ ਆਪਸ ਦੇ ਵਿੱਚ ਹੋਰ ਤਾਂ ਬੇਟੇ ਕੁਝ ਵੀ ਨਹੀਂ ਕੈਨਸਲ ਹੋ ਰਿਹਾ ਠੀਕ ਹੈ ਜਿਹੜੇ ਇੱਧਰਲੀ ਸਾਈਡ ਤੇ ਹੋ ਇੱਧਰਲੀ ਸਾਈਡ ਤੇ ਆ ਕਿਉਂਕਿ ਆਪੋਜ਼ਿਟ ਸਾਈਡ ਵਾਲੇ ਨੂੰ ਕੈਨਸਲ ਕਰਨਾ ਤਾ ਇਥੇ ਆਪਾਂ ਫਿਰ ਕੀ ਲਿਖਾਂਗੇ ਓਵਰ ਆਲ ਰਿਐਕਸ਼ਨ ਇਸ ਦਾ ਕੀ ਬਣੇਗਾ ਇੱਕ ਤਾਂ ਉੱਪਰੋਂ ਲੈਡ ਆ ਗਿਆ ਪਲੱਸ ਹੇਠਲਾ ਹ ਲੈਡ ਆਕਸਾਈਡ ਆ ਗਿਆ ਪਲੱਸ ਜਿਹੜੇ ਆ ਵਾਲਾ ਸਲਫੇਟ ਆਇਨ ਹੋ ਗਿਆ ਇਕਾ ਸਲਫੇਟ ਆਇਨ ਹੋ ਗਿਆ ਇਕਾ 4 ਹਾਈਡਰੋਜਨ ਹੋ ਗਏ ਜੇਕਰ ਇਹ 4 ਹਾਈਡਰੋਜਨ ਤੇ ਸਲਫੇਟ ਨੇ ਜਿਹੜੇ ਮਿਲ ਕੇ ਕੀ ਬਣਾਉਣਗੇ ਸੋਚੋ यह सल्फ्यूरिक एसिड बना एच टू एसओ फूड के दो मोलीक्यूल्स बन जाएंगे। इधरली साइड से की हो गया लैड सल्फेट एक इतने एक लैड सल्फेट इतने ये मतलब दो की बन गए लैड सल्फेट टू टू लैड सल्फेट प्लस दो मोलीक्यूल बन गए पानी के टू वाटर ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਬੇਟਾ ਕਿਸ ਤਰ੍ਹਾਂ ਮੈਂ ਐਡ ਕੀਤਾ ਇਹਨੂੰ ਇਹ ਨੋਡ ਦਾ ਓਵਰਆਲ ਰਿਐਕਸ਼ਨ ਜਿਹੜਾ ਬਣ ਗਿਆ ਕੈਥੋਡ ਦਾ ਓਵਰਆਲ ਹੈ ਜਿਹੜਾ ਉਹਨੂੰ ਜੋੜ ਕੇ ਓਵਰਆਲ ਪੂਰੇ ਲੈਡ ਕਮੂਲੇਟਰ ਦਾ ਇਹ ਰਿਐਕਸ਼ਨ ਬਣ ਗਿਆ ਜਾਨਕਿ ਦੇਖੋ ਇੱਥੇ ਅਸੀਂ ਲੈਡ ਤੇ ਲੈਡ ਆਕਸਾਈਡ ਲਏ ਸੀ ਇਲੈਕਟਰੋਡਸ ਸਲਫਿਊਰਿਕ ਐਸਿਡ ਅਸੀਂ ਇਲੈਕਟ੍ਰੋਲਾਈਟ ਪਾਇਆ ਸੀ ਬਣਿਆ ਕੀ ਹੈ ਲੈਡ ਸਲਫੇਟ ਜਾਨਕਿ ਜਿਹੜੇ ਇਲੈਕਟਰੋਡਸ ਨੇ ਲੈਡ ਤੇ ਲੈਡ ਆਕਸਾਈਡ ਦੇ ਉਹਨਾਂ ਦੇ ਉੱਤੇ ਲੈਡ ਸਲਫੇਟ ਉਹਦੇ ਤੇ ਡਿਪੋਜ਼ਿਟ ਹੋ ਗਿਆ ਤੇ ਦੋ ਮੋਲੀਕੂਲਰ ਦੇ ਵਿੱਚ ਪਾਣੀ ਦੇ ਵੀ ਨਿਕਲੇ ਨੇ ਇਹਦਾ ਮਤਲਬ ਹੌਲੀ ਹੌਲੀ ਉਹਦੀ ਕਨਸੈਂਟ੍ਰੇਸ਼ਨ ਆ ਜਿਹੜੀ ਉਹ ਘਟਦੀ ਜਾਊਗੀ ਫਿਰ ਸਲਫਿਊਰਿਕ ਐਸਿਡ ਦੀ ਕਿਉਂਕਿ ਪਾਣੀ ਦੇ ਪਾਣੀ ਵਿੱਚ ਐਡ ਹੁੰਦਾ ਜਾ ਰਿਹਾ ਹੈ ਔਰ ਇਸ 셀 ਨੂੰ ਆਪਾਂ ਰਿਪਰੈਜ਼ੈਂਟ ਕਿਸ ਤਰ੍ਹਾਂ ਕਰਦੇ ਹਾਂਗੇ ਇਸ 셀 ਨੂੰ ਰਿਪਰੈਜ਼ੈਂਟ ਕਰਨਾ ਤੁਹਾਨੂੰ ਦੱਸਦੀਆਂ ਕਿ ਕਿਸ ਤਰ੍ਹਾਂ ਕੀਤਾ ਜਾਂਦਾ ਜਿਵੇਂ ਕਿ ਪਹਿਲਾਂ ਆਪਾਂ 셀 ਰਿਪਰੈਜ਼ੈਂਟ ਕੀਤਾ ਸੀ ਲੈਡ ਅਕਮੂਲੇਟਰ ਨੂੰ ਲਿਖਦੇ ਆਪਾਂ ਲੈਡ ਇਲੈਕਟਰੋਡ ਪਾਇਆ ਬਣਿਆ ਕਿ ਉਹ ਤੇ ਲੈਡ ਸਲਫੇਟ इलेक्ट्रोलाइट इलैक्ट्रोलाइट किच टू एसओ फोर दूसरे कैथोड से की पाया लैड ऑक्साइड बनिया की है लैड सल्फेट ठीक है जी इस तरह इस सैल न रीप्रजेंट कर सकते हो गैड अकामुलेटर यह है लैड अकामूलेटर सैल ਹੁਣ ਇਹ ਤਾਂ ਦੇਖੋ ਹੁਣ ਤੱਕ ਜਿਹੜਾ ਆਪਾਂ ਰਿਐਕਸ਼ਨ ਕੀਤਾ ਇਹ ਤਾਂ ਹੈਗਾ ਕਿ ਜੋ ਐਨੋਡ ਤੇ ਹੋ ਰਿਹਾ ਜਦੋਂ ਬੈਟਰੀ ਚੱਲ ਰਹੀ ਹੈ ਸਾਨੂੰ ਇਲੈਕਟ੍ਰਿਸਿਟੀ ਦੇ ਰਹੀ ਹੈ ਜਾਨੀ ਕਿ ਗਲਵੈਨਿਕ ਸੈੱਲ ਦੇ ਤੌਰ ਤੇ ਕੰਮ ਕਰਦਾ ਜਾਨੀ ਕਿ ਕੈਮੀਕਲ એનર્ਜੀ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਹੋ ਰਹੀ ਹੈ ਇਹਦੇ ਵਿੱਚ ਨਾਲ ਇਲੈਕਟ੍ਰੀਕਲ એનર્ਜੀ ਇਹਦੇ ਵਿੱਚ ਪ੍ਰੋਡਿਊਸ ਹੋ ਰਹੀ ਹੈ ਇੱਥੇ ਤੁਸੀਂ ਲਿਖ ਵੀ ਸਕਦੇ ਹੋਗੇ ਇੱਥੇ ਪਲੱਸ ਇਲੈਕਟ੍ਰਿਸਿਟੀ ਇਲੈਕਟ੍ਰੀ ਸਿਟੀ ਇਹਦੇ ਵਿੱਚ ਇਲੈਕਟ੍ਰਿਸਿਟੀ ਪ੍ਰੋਡਿਊਸ ਹੋ ਰਹੀ ਹੈ ਇਨਵਰਟਰ ਚੱਲਦਾ ਨਾ ਜਦੋਂ ਘਰੇ ਦਾ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਦਾ ਹੁਣ ਜਦੋਂ ਇਹ ਉਦੋਂ ਹੁੰਦਾ ਜਦੋਂ ਲਾਈਟ ਗਈ ਹੋਈ ਹੈ ਜਦੋਂ ਲਾਈਟ ਆ ਜਾਂਦੀ ਹੈ ਤਾਂ ਉਦੋਂ ਕੀ ਹੁੰਦਾ ਉਦੋਂ ਕੀ ਹੁੰਦੀ ਹੈ ਬੈਟਰੀ ਚਾਰਜ ਹੁੰਦੀ ਆਪਾਂ ਕਹਿੰਦੇ ਬੈਟਰੀ ਚਾਰਜ ਹੋ ਰਹੀ ਆ ਉਦੋਂ ਜਦੋਂ ਚਾਰਜ ਹੋਣ ਵੇਲੇ ਦੱਸੋ ਹੁਣ ਕੀ ਰਿਐਕਸ਼ਨ ਹੋਏਗਾ ਉਹ ਤੁਹਾਨੂੰ ਦੱਸਦੀਆਂ ਹੁਣ ਚਾਰਜ ਹੋਣ ਵੇਲੇ ਕੀ ਰਿਐਕਸ਼ਨ ਹੁੰਦਾ ਇਹਦੇ ਤੇ ਰੀਚਾਰਜਿੰਗ ਇਹੀ ਜਾਨੀ ਕਿ ਪਹਿਲਾਂ ਇਹ ਗਲਵੈਨਿਕ ਸੈੱਲ ਜਾਂ ਵੋਲਟਿਕ ਸੈੱਲ ਦੇ ਤੌਰ ਤੇ ਕੰਮ ਕਰ ਰਿਹਾ ਸੀ ਹੁਣ ਇਹ ਇਲੈਕਟ੍ਰੋਲਿਟਿਕ ਸੈੱਲ ਦੇ ਤਰ੍ਹਾਂ ਕੰਮ ਕਰੇਗਾ ਜਦੋਂ ਇਹਦੇ ਵਿੱਚ ਰੀਚਾਰਜਿੰਗ ਹੁੰਦੀ ਹੈ ਬਾਹਰੋਂ ਇਲੈਕਟ੍ਰਿਸਿਟੀ ਉਹਨੂੰ ਮਿਲ ਰਹੀ ਹੈਗੀ ਤੇ ਕੈਮੀਕਲ ਅੰਦਰਲੇ ਪਾਸੇ ਕੈਮੀਕਲ ਜਿਹੜੇ ਉਹਨਾਂ ਦੇ ਵਿੱਚ ਚੇਂजेस ਆਉਣਗੇ ਕੈਮੀਕਲਸ ਦੇ ਵਿੱਚ ਚੇਂਜ ਆਊਗੀ ਜਿਹੜੀ ਬਾਹਰੋਂ ਇਲੈਕਟ੍ਰਿਸਿਟੀ ਦੇ ਰਹੇ ਆ ਤੇ ਇਲੈਕਟ੍ਰੋਲਿਟਿਕ ਸੈੱਲ ਦੇ ਤੌਰ ਤੇ ਕੰਮ ਕਰੂਗਾ ਪਹਿਲਾਂ ਗਲਵੈਨਿਕ ਸੈੱਲ ਦੇ ਤੌਰ ਤੇ ਕੰਮ ਕਰਦਾ ਸੀ ਹੁਣ ਦੇਖੋ ਜਦੋਂ ਬਾਹਰੋਂ ਇਲੈਕਟ੍ਰਿਸਿਟੀ ਆਪਾਂ ਦੇ ਰਹੇ ਆ ਬਿਜਲੀ ਦੇ ਰਹੇ ਆ ਨੋਟ ਤੇ ਆਕਸੀਡੇਸ਼ਨ ਹੋਣਾ ਨਾ ਇਹ ਵਾਲਾ ਜਿਹੜਾ ਰਿਐਕਸ਼ਨ ਆ ਨਾ ਜਿਹੜਾ ਇਹ ਵਾਲਾ ਰਿਐਕਸ਼ਨ ਆ ਆਹ ਹੈ ਜਿਹੜਾ ਆਹ ਵਾਲਾ ਓਵਰ ਆ ਰਿਐਕਸ਼ਨ ਇਸੇ ਨਹੀਂ ਓਪੋਜ਼ਿਟ ਹੋਣਾ ਸਮਝ ਗਿਆ ਹੁਣ ਤੁਸੀਂ ਦੇਖਿਓ ਧਿਆਨ ਨਾਲ ਵੀ ਕਿਸ ਤਰ੍ਹਾਂ ਓਪੋਜ਼ਿਟ ਹੋਏਗਾ ਇਹ ਐਨੋਡ ਦੇ ਉੱਤੇ ਕੀ ਹੋਣਾ ਆਕਸੀਡੇਸ਼ਨ ਹੋਣੀ ਹੈ ਆਕਸੀਡੇਸ਼ਨ ਹੋਣੀ ਹੈ ਸਾਡੇ ਕੋਲ ਹੁਣ ਪ੍ਰੋਡਕਟ ਕੀ ਨੇ ਸਾਡੇ ਕੋਲ ਹੈਗਾ ਲੈਡ ਸਲਫੇਟ ਬਣਿਆ ਹੋਇਆ ਇਲੈਕਟਰੋਡਸ ਨੇ ਜਿਹੜੇ ਉਹਦੇ ਜਿਹੜੇ ਇਹਦੇ ਇਹ ਵਾਲੇ ਇਲੈਕਟਰੋਡਸ ਨੇ ਆਹ ਦੇਖੋ ਜਿਹੜੇ ਆਹ ਇਲੈਕਟਰੋਡਸ ਬਣੇ ਹੋਣੇ ਕਾਹ ਬਣਿਆ ਸਾਰੇ ਨੇ ਬਣੇ ਹੋਏ ਨੇ ਨਾ ਇਲੈਕਟਰੋਡਸ ਇਹ ਇਲੈਕਟਰੋਡ ਦੇ ਉੱਤੇ ਲੈਡ ਸਲਫੇਟ ਆ ਜਿਹੜਾ ਇਹਨਾਂ ਦੇ ਉੱਤੇ ਡਿਪੋਜ਼ਿਟ ਹੋ ਗਿਆ ਜਿਵੇਂ ਕਿ ਆਪਾਂ ਫੈਰਾਡੇ ਦੇ ਲਾਜ ਕੀਤਾ ਸੀਗਾ ਕਿ ਡਿਪੋਜ਼ਿਟ ਹੋ ਜਾਂਦਾ ਤਾਂ ਉਹਦੀ ਅਮਾਊਂਟ ਅਸੀਂ ਕੱਢਦੇ ਹਾਂਗੇ ਉਹ ਜਿਹੜਾ ਲੈਡ ਸਲਫੇਟ ਉਹ ਤੇ ਡਿਪੋਜ਼ਿਟ ਹੋ ਗਿਆ ਤੇ ਨਾਲ ਕੀ ਨਿਕਲੇ ਹੋਏ ਨੇ ਦੋ ਪਾਣੀ ਦੇ ਮੋਲੀਕਿਊਲ ਤਾਂ ਅਨੋੜ ਦੇ ਦਿੱਤੇ ਹੁਣ ਇਹਨਾਂ ਦੀ ਕੀ ਹੋਏਗੀ ਆਕਸੀਡੇਸ਼ਨ ਹੋਣੀ ਹੈ ਇੱਥੇ ਲੈਡ ਦਾ +2 ਦੀ ਸਟੇਟ ਤੇ ਆ ਠੀਕ ਹੈ ਬੇਟੇ ਲੂਜ਼ ਕਰੂਗਾ ਇਲੈਕਟ੍ਰੋਨਸ ਤਾਂ ਕੀ ਬਣੂਗਾ ਲੈਡ ਆਕਸਾਈਡ ਬਣ ਗਿਆ ਹੈ +4 ਦੀ ਆਕਸੀਡੇਸ਼ਨ ਸਟੇਟ ਤੇ ਚੱਲਾ ਗਿਆ ਸਮਝ ਗਏ ਨਾ ਇਲੈਕਟ੍ਰੋਨ ਨੇ ਦੋ ਲੂਜ਼ ਕਰ ਦਿੱਤੇ ਦਾ ਮਤਲਬ ਹੋਰ ਕੀ ਬਣ ਗਿਆ ਦੇ ਵਿੱਚ ਫਿਰ ਕਿਉਂਕਿ ਪਾਣੀ ਦੇ ਮੋਲੀਕਿਊਲ ਨੇ ਨਾਲ ਇਹਦੇ ਨਾਲ ਦੀ ਨਾਲ 4 ਹਾਈਡਰੋਜਨ ਆਇਨਸ ਨਿਕਲ ਗਏ ਸਲਫੇਟ ਆਇਨਸ ਨੇ ਜਿਹੜੇ ਲੈਡ ਸਲਫੇਟ ਸੀ ਸਲਫੇਟ ਆਇਨ ਵੀ ਨਿਕਲੇਗਾ ਤੇ +2 ਇਲੈਕਟ੍ਰੋਨ ਜਿਹੜੇ ਲੂਜ਼ ਕੀਤੇ ਨੇ ਉਹ ਵੀ ਬਾਹਰ ਨਿਕਲਣਗੇ ਸਮਝ ਗਿਆ ਹੁਣ ਕੈਥੋਡ ਤੇ ਕੀ ਹੋਏਗਾ ਜਦੋਂ ਚਾਰਜ ਹੋ ਰਹੀ ਹੈ ਬੈਟਰੀ ਤਾਂ ਤੁਹਾਡੇ ਕੈਥੋਡ ਆ ਜਿਹੜਾ ਉਹਦੇ ਤੇ ਕੀ ਹੋ ਰਿਹਾ ਕੈਥੋਡ ਦੇ ਉੱਤੇ ਰਿਡਕਸ਼ਨ ਹੋਣੀ ਹੈ ਰਿਡਕਸ਼ਨ ਲਈ ਦੇਖੋ ਪ੍ਰੋਡਕਟ ਤਾਂ ਸਾਡੇ ਕੋਲ ਉਹੀ ਆ ਹੁਣ ਲੈਡ ਸਲਫੇਟ ਹੀ ਆ ਸਾਡੇ ਕੋਲ ਤਾਂ ਲੈਡ ਸਲਫੇਟ ਆ ਪਲੱਸ ਜਿਹੜੇ ਹੁਣ ਦੋ ਇਲੈਕਟ੍ਰੋਨ ਉਹਨਾਂ ਨੇ ਆਕਸੀਡੇਸ਼ਨ ਦੇ ਵਾਸਤੇ ਐਨੋਡ ਦੇ ਉੱਤੇ ਜਿਹੜੇ ਲੂਜ਼ ਕੀਤੇ ਨੇ ਉਹ ਸਾਡੇ ਕੋਲ ਦੋ ਇਲੈਕਟ੍ਰੋਨ ਨੇ ਠੀਕ ਹੈ ਇੱਥੇ ਜਿਹੜੇ ਦੋ ਇਲੈਕਟ੍ਰੋਨ ਨੇ ਜਿਹੜੇ ਆਹ ਵਾਲੇ ਲੂਜ਼ ਕੀਤੇ ਨੇ ਇਹ ਵਾਲੇ ਦੋ ਇਲੈਕਟ੍ਰੋਨ ਨੇ ਇਹਨਾਂ ਨੂੰ ਅਸੀਂ ਰਿਡਕਸ਼ਨ ਕਰਵਾਉਨੇ ਆ ਹੁਣ ਤਾਂ ਇਹ ਇਲੈਕਟ੍ਰੋਨਸ ਨੂੰ ਗੇਨ ਕਰ ਲੂਗਾ ਗੇਨ ਕਰਕੇ ਕੀ ਬਣਊਗਾ ਇਸ ਤੇ ਲੈਡ ਸਲਫੇਟ ਹੁਣ ਪਲੱਸ 2 ਦੀ ਆਕਸੀਡੇਸ਼ਨ ਸਟੇਟ ਤੇ ਆ ਇਟ ਮੀਨਸ ਹੁਣ ਇਹ ਜ਼ੀਰੋ ਸਟੇਟ ਤੇ ਜਾਣਾ ਚਾਹੀਦਾ ਗੇਨ ਕਰਕੇ ਤਾਂ ਇਹ ਕੀ ਬਣ ਗਿਆ ਲੈਡ ਇਹ 0 ਸੈ ਆਕਸੀਡੇਸ਼ਨ ਸਟੇਟ ਹੋ ਗਈ ਇਹਦੀ ਪਲਸ ਕੀ ਹੋ ਗਿਆ ਸਲਫੇਟ ਦੇ ਆਇਨਸ ਬਣ ਗਏ ਕਿਉਂਕਿ ਲੈਡ ਸਲਫੇਟ ਸੀ ਨਾ ਫਿਰ ਸਲਫੇਟ ਦੇ ਆਇਨ ਤਾਂ ਬਣਨੇ ਹੀ ਨੇ ਲੈਡ ਸਲਫੇਟ ਹੋ ਗਿਆ ਓਵਰ ਆਲ ਰਿਐਕਸ਼ਨ ਦੇਖਿਓ ਹੁਣ ਇਹਦਾ ਕੀ ਬਣੂਗਾ ਇਹ ਹੈ ਨੋਡ ਤੇ ਹੋਇਆ ਕੈਥੋਡ ਤੇ ਹੋਇਆ ਹੁਣ ਤੁਸੀਂ ਦੇਖੋ ਇਹਦਾ ਓਵਰ ਆਲ ਰਿਐਕਸ਼ਨ ਕੀ ਬਣੂਗਾ 2 ਇਲੈਕਟ੍ਰੋਨਸ ਇਧਰ ਨੇ 2 ਇਧਰ ਨੇ ਇਹਨਾਂ ਨੂੰ ਕੈਨਸਲ ਕਰ ਦੋ ਆਪਸ ਦੇ ਵਿੱਚ ਹੋਰ ਕੋਈ ਵੀ ਚੀਜ਼ ਕੈਨਸਲ ਨਹੀਂ ਹੋ ਰਹੀ ਲੈਡ ਸਲਫੇਟ ਇੱਕ ਆ ਸੀ ਇੱਕ ਆ ਸੀਗਾ ਮਤਲਬ ਕਿ 2 ਤਾਂ ਹੋ ਗਏ ਲੈਡ ਸਲਫੇਟ ਹੋਰ ਕਿਨੇ 2 ਮੋਲੀਕਿਊਲ加ਦੇ ਨੇ ਪਾਣੀ ਦੇ ਆ ਸੀ ਕਿ ਠੀਕ ਐ ਐਰੋ ਦੇ ਵਾਲੇ ਪਾਸੇ ਦੇਖੋ ਹੁਣ ਇਧਰਲੇ ਪਾਸੇ ਕੀ ਕੀ ਕੁਛ ਆਪਣੇ ਕੋਲ ਲੈਡ ਆਕਸਾਈਡ ਉੱਪਰਲੇ ਪਾਸੇ ਲੈਡ ਆਕਸਾਈਡ ਪਲੱਸ ਲੈਡ ਵੀ ਹੈਗਾ ਇਹ ਨੀਚੇ ਪਲੱਸ ਹੋਰ ਕੀ ਐ ਉੱਪਰ ਹਾਈਡਰੋਜਨ ਆਇਨਸ ਨੇ 4 ਹਾਈਡਰੋਜਨ ਆਇਨਸ ਹੁਣ ਦੇਖੋ ਤੁਸੀਂ ਇੱਥੇ ਪਹਿਲਾਂ चार हाइड्रोजन आइन सल्फेट से सल्फेट मिलके जिमें पहला बनाए बन गया सल्फ्यूरिक एसिड बन गया ना प्लस दो मॉलीक्यूल बन गए एच टू एसओ फोर दस होर तो कुछ नहीं है ठीक है इनू आपअप कर दिता तो देखो रिएक्शन की बन गया लैड सल्फेट दे दो ने मोलीक्यूल तो दो वाटर मोलीक्यूल ने लैड ऑक्साइड लैड यही बनाए थे ना आप एनोडते कैथोड ਤੇ ਸਲਫਿਊਰਿਕ ਐਸਿਡ ਇਲੈਕਟ੍ਰੋਲਾਈਟ ਸੀ ਉਹੀ ਕੁਝ ਬਣ ਗਿਆ ਨਾ ਆਪਣੇ ਕੋਲ ਜਿਹੜਾ ਲੈਡ ਆਪਾਂ ਐਨੋਡ ਤੇ ਇਲੈਕਟrode ਮੰਨਿਆ ਸੀ ਤੇ ਲੈਡ ਆਕਸਾਈਡ ਮੰਨਿਆ ਸੀਗਾ ਤੇ ਸਲਫਿਊਰਿਕ ਐਸਿਡ ਤੇ ਸਾਰੇ ਦਾ ਸਾਰਾ ਸਾਰਾ ਕੁਝ ਸੇਮ ਆ ਗਿਆ ਵਾਪਸ ਆਪਣੇ ਕੋਲ ਦੇਖ ਸਕਦੇ ਹੋ ਤੁਸੀਂ ਇਹ ਵਾਲਾ ਰਿਐਕਸ਼ਨ ਤੇ ਇਸ ਤੋਂ ਪਹਿਲਾਂ ਵਾਲਾ ਜਿਹੜਾ ਇਹ ਵਾਲਾ ਓਵਰ ਆਲ ਰਿਐਕਸ਼ਨ ਉਲਟਾ ਰਿਐਕਸ਼ਨ ਬਣ ਗਿਆ ਨਾ ਲੈਡ ਉਸੇ ਤਰ੍ਹਾਂ ਹੀ ਲੈਡ ਤੇ ਲੈਡ ਆਕਸਾਈਡ ਤੇ ਸਲਫਿਊਰਿਕ ਐਸਿਡ ਬਣ ਗਿਆ ਤੇ ਇਧਰਲੇ ਪਾਸੇ ਆਹ ਵਾਲੇ ਜਿਹੜੇ ਪ੍ਰੋਡਕਟਸ ਸੀ ਉਹਦੇ ਰਿਐਕਟੈਂਸ ਬਣ ਗਏ ਇਸ ਤਰ੍ਹਾਂ ਇਹ ਬੈਟਰੀ ਆ ਜਿਹੜੀ ਫਿਰ ਰੀਚਾਰਜ ਹੋ ਜਾਂਦੀ ਹੈ ਇਸ ਤੋਂ ਐਨੋਡ ਤੇ ਕੈਥੋਡ ਦੇ ਉੱਤੇ ਜਿਹੜੇ ਰਿਐਕਸ਼ਨਸ ਹੁੰਦੇ ਨੇ ਰੀਚਾਰਜ ਹੋ ਜਾਂਦੀ ਹੈ ਤੁਹਾਨੂੰ ਹੁਣ ਯਾਦ ਹੋਣਾ ਚਾਹੀਦਾ ਕਿ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਇਨਵਰਟਰ ਲੱਗੇ ਹੋਏ ਨੇ ਬੈਟਰੀਆਂ ਲੱਗੀਆਂ ਹਨ ਉਹ ਕਿਸ ਤਰ੍ਹਾਂ ਵਰਕ ਕਰਦੀਆਂ ਨੇ ਨੈਕਸਟ ਅਗਲਾ ਹੈਗਾ ਨਿਕਲ ਕੈਡਮੀਅਮ ਸਟੋਰੇਜ 셀 ਵੈਸੇ ਤੁਹਾਡੇ ਸਿਲੇਬਸ ਦੇ ਵਿੱਚ ਬੇਟੇ ਇਹ ਲਿਖਿਆ ਤਾਂ ਹੋਇਆ ਨਹੀਂ ਪਰ ਮੈਂ ਤੁਹਾਨੂੰ ਫਿਰ ਵੀ ਸਮਝਾਉਣੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਵਾਲਾ 셀 ਕਿਸ ਤਰ੍ਹਾਂ ਆ ਇਹਦੇ ਵਿੱਚ ਐਨੋਡ ਦੇ ਉੱਤੇ ਹੈਗਾ ਕੈਡਮੀਅਮ एनोड कैडमियम है फॉर्मूला लिखने दिया सी डी हो गया और कैथोड के उत्ते की है ऑक्साइड और इलेक्ट्रोलाइट की है कदें भी सैल लिखना पहला सब तो पहला सारा कुछ लिखना एनोड की है कैथोड की है इलेक्ट्रोलाइट की है इलैक्ट्रोलाइट इलैक्ट्रोलाइट हैगा potassium hydroxide ਠੀਕ ਹੈ ਜੀ ਔਰ ਇਹ ਕਿੰਨੇ ਵੋਲਟ ਦਾ ਕਰੰਟ ਦਿੰਦਾ ਸਾਨੂੰ 1.4 ਵੋਲਟ ਦਾ ਕਰੰਟ ਇਹ ਦਿੰਦਾ ਨਿਕਲ ਕੈਡਮੀਅਮ ਜਿਹੜਾ ਔਰ ਜਿਹੜੇ ਇੱਕ ਇਹ ਸੈੱਲ ਇਹਨਾਂ ਦੇ ਆਪਾਂ ਇੱਕ ਹੋਰ ਪੋਜ਼ਿਟਿਵ ਪੁਆਇੰਟ ਦੇਖਿਆ ਜਿਹੜਾ ਲੱਡ ਅਕਮੂਲੇਟਰ ਨੇ ਜਾਂ ਨਿਕਲ ਕੈਡਮੀਅਮ ਨੇ ਇਹਨਾਂ ਦੇ ਵਿੱਚ ਗੈਸ ਨਹੀਂ ਬਣਦੀ ਡਰਾਈ ਸੈੱਲ ਦੇ ਵਿੱਚ ਗੈਸ ਬਣੀ ਸੀ ਠੀਕ ਹੈ ਨਾ ਇਹਨਾਂ ਵਿੱਚ ਕੋਈ ਗੈਸ ਨਹੀਂ ਬਣਦੀ ਇਸ ਤਰ੍ਹਾਂ ਦੀ ਇਹ ਦਾ ਇੱਕ ਪੋਜ਼ਿਟਿਵ ਪੁਆਇੰਟ ਹੈ ਤੇ ਜਿਹੜੇ ਪ੍ਰੋਡਕਟਸ ਬੰਦੇ ਨੇ ਉਹ ਇਲੈਕਟ੍ਰੋਡਸ ਦੇ ਨਾਲ ਸਟਿਕ ਕਰ ਜਾਂਦੇ ਨੇ ਤੇ ਜਦੋਂ ਰੀਚਾਰਜ ਹੁੰਦੇ ਨੇ ਉਹ ਸਟਿੱਕਿੰਗ ਮਟੀਰੀਅਲ ਜਿਹੜਾ ਸਾਰੇ ਦਾ ਸਾਰਾ ਫਿਰ ਡਿਸੋਲਵ ਹੋ ਕੇ ਉਸੇ ਤਰ੍ਹਾਂ ਦੇ ਇਲੈਕਟ੍ਰੋਡਸ ਫੇਰ ਬਣ ਜਾਂਦੇ ਨੇ ਤੇ ਰਿਵਰਸ ਰਿਐਕਸ਼ਨ ਹੋ ਜਾਂਦਾ ਹੈ ਇਹਦੇ ਵਿੱਚ ਕੀ ਹੋਏਗਾ ਹੁਣ ਕੈਡਮੀਅਮ ਦੇ ਵਿੱਚ ਇਹਦੇ ਵਿੱਚ ਵੀ ਆਪਾਂ ਗੱਲ ਕਰ ਲੈਨੇ ਆਨੋਡ ਤੇ ਕੀ ਹੋਏਗਾ ਆਨੋਡ ਦੇ ਉੱਤੇ ਆਪਣੇ ਕੋਲ ਕੀ ਹੈ ਕੈਡਮੀਅਮ ਆ ਤੇ ਪੋਟਾਸ਼ੀਅਮ ਹਾਈਡਰੋਕਸਾਈਡ ਹੈ ਜਿਹੜਾ ਉਹ ਆਪਣੇ ਕੋਲ ਇਲੈਕਟ੍ਰੋਲਾਈਟ ਉਹਦੇ ਪੋਟਾਸ਼ੀਅਮ ਤੇ ਹਾਈਡਰੋਕਸਾਈਡ ਦੇ ਆਇਨਸ ਬਣਨਗੇ ਤਾਂ ਹਾਈਡਰੋਕਸਾਈਡ ਆਇਨਸ ਐਡ ਹੋਣਗੇ ਤਾਂ ਕੈਡਮੀਅਮ ਆ ਜਿਹੜਾ 0 ਤੋਂ ਆਕਸੀਡੇਸ਼ਨ ਹੋਣੀ ਹੈ ਨਾ +2 ਦੀ ਆਕਸੀਡੇਸ਼ਨ ਸਟੇਟ ਤੇ ਚੱਲ ਗਈ ਇੱਥੇ 0 ਆ ਇਸਦੀ ਆਕਸੀਡੇਸ਼ਨ ਸਟੇਟ ਨਿਊਟਰਲ ਆ ਤੇ ਇੱਥੇ +2 ਤੇ ਚੱਲ ਗਿਆ ਕੈਡਮੀਅਮ ਆਕਸਾਈਡ ਬਣੇਗਾ ਵਾਟਰ ਮੋਲੀਕਿਊਲ ਬਣੇਗਾ 2 ਇਲੈਕਟ੍ਰੋਨ ਨੇ ਜਿਹੜੇ ਇਹਦੇ ਵਿੱਚੋਂ ਨਿਕਲ ਜਾਣਗੇ ਹੁਣ ਜਿਹੜਾ ਇਹ ਆਕਸਾਈਡ ਆ ਨਿਕਲ ਆਕਸਾਈਡ ਦੇ ਨਾਲ ਮਿਲ ਕੇ ਨਿਕਲ ਹਾਈਡਰੋਕਸਾਈਡ ਬਣਾਏਗਾ ਕੈਥੋਡ ਦੇ ਉੱਤੇ ਕੀ ਹੋਣਾ ਹੁਣ कैथोड उत्ते निकल जरा ऑक्साइड आप कैथोड के तौर पर जो कम करेगा वह हाइड्रोक्साइड के न मिल के निकल हाइड्रोक्साइड ट्राइआ हाइड्रोक्साइड यह बन जाएगा जानी कि इतने ये प्लस थ्री दक्सीडेशन स्टेट है। क्या दे उत्ते की होना? से है कैथोड उत्ते होना इलैक्ट्रॉनस इन्हें जेड उधर लूज किए इन्हें गेन करने इत निकल डाइहाइड्रोकसाइड हो टू होगा जाने के प्लस टू की ऑक्सीजेशन स्टेट से चला गया और इस दे नाल ही दो हाइड्रोकसाइड के आइनस निकलिए बार जे हाइड्रोक्साइड के आइन आप इतने लगे वो इतने लूज हो गए यही इधरले पास फिर दबारा तो इस तरह सर्कल चलता रहा ओवरऑल रिएक्शन हम देख लो कि बनेगा इसका ओवरऑल रिएक्शन आप गल करिए टू इलैक्ट्रॉनस टू इलेक्ट्रॉनस कैंसल हो गए ਤੇ esto ਬਣਾ ਹੋਰ ਉਹ ਐਚ ਇਧਰਲੀ ਸਾਈਡ ਤੇ ਇਧਰਲੀ ਸਾਈਡ ਤੇ ਇਹ ਵੀ ਕੈਨਸਲ ਹੋ ਗਏ ਤਾਂ ਦੇਖ ਲਓ ਹੁਣ ਐਡ ਕਰ ਲਓ ਇਹਨੂੰ ਕੈਡਮੀਅਮ ਹੋ ਗਿਆ ਪਲੱਸ ਨਿਕਲ ਹਾਈਡਰੋਕਸਾਈਡ ਟ੍ਰਾਈ ਹਾਈਡਰੋਕਸਾਈਡ ਹੈ ਔਰ ਇਧਰਲੀ ਸਾਈਡ ਤੇ ਹੋ ਗਿਆ ਫਿਰ ਕੈਡਮੀਅਮ ਆਕਸਾਈਡ ਪਲੱਸ ਨਿਕਲ ਹਾਈਡਰੋਕਸਾਈਡ ਔਰ ਪਲੱਸ ਰਹਿ ਗਿਆ ਇੱਕ ਪਾਣੀ ਦਾ ਮੋਲੀਕੂਲ ਪਲੱਸ ਵਾਟਰ ਮੋਲੀਕੂਲ ਰਹਿ ਗਿਆ ਇੱਕ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਅਸੀਂ ਓਵਰ ਆਡਿਕਸ਼ਨ ਨਾਲ ਇਸ ਤਰ੍ਹਾਂ ਦਰਸਾ ਸਕਦੇ ਹਾਂ ਤੁਹਾਨੂੰ ਇਹ ਰਿਐਕਸ਼ਨ ਆਉਣੇ ਚਾਹੀਦੇ ਨੇ ਬੇਟੇ ਮੈਂ ਚੰਗੀ ਤਰ੍ਹਾਂ ਸਮਝਾਏ ਨੇ ਆਪਣੇ ਵੱਲੋਂ ਕਿ ਕਿਹੜੀ ਚੀਜ਼ ਕਿੱਥੋਂ ਆਉਂਦੀ ਹੈ ਸਾਰਾ ਸਮਝਾ ਦਤਾ ਤੁਹਾਨੂੰ ਹੁਣ ਆਪਾਂ ਕਰਨਾ ਫਿਊਲ ਸੈਲਸ ਫਿਊਲ ਸੈਲਸ ਕਿਹੜੇ ਹੁੰਦੇ ਨੇ ਫਿਊਲ ਮਤਲਬ ਬਾਲਣ ਹੋ ਗਿਆ ਠੀਕ ਹੈ ਜੀ ਫਿਊਲ ਸੈਲ ਫਿਊਲ ਸੈੱਲ ਉਹ ਵਾਲਾ ਸੈੱਲ ਹੁੰਦਾ ਹੈ ਇੱਕ ਗਲਵੈਨਿਕ ਸੈੱਲ ਹੀ ਹੁੰਦੇ ਨੇ ਜਿਹਦੇ ਵਿੱਚ ਕੀ ਹੈ એનર્ਜੀ ਹੈ ਜਿਹੜੀ ਕੰਬਸ਼ਨ ਦੇ ਨਾਲ ਬਾਲਣ ਦੇ ਨਾਲ ਯਾਨੀ ਕਿ ਅਸੀਂ ਕੈਮੀਕਲਸ ਨੂੰ ਬਾਲਾਂਗੇ ਕੈਮੀਕਲਸ ਦਾ ਕੰਬਸ਼ਨ ਹੋਏਗਾ ਕੈਮੀਕਲਸ ਕਿਹੜੇ ਹੋਣਗੇ ਹਾਈਡਰੋਜਨ ਹੋਏਗਾ ਮੀਥੇਨ ਹੋ ਸਕਦੀ ਹੈ ਮੀਥੈਨੋਲ ਹੋ ਸਕਦਾ ਇਹਨਾਂ ਨੂੰ ਜਦੋਂ ਅਸੀਂ ਕੰਬਸ਼ਨ ਕਰਦੇ ਹਾਂ ਉਹਨਾਂ ਦੀ ਤਾਂ ਉਹ ਕਨਵਰਟ ਹੋ ਜਾਂਦੇ ਨੇ ਇਲੈਕਟ੍ਰੀਕਲ એનર્ਜੀ ਦੇ ਵਿੱਚ ਯਾਨੀ ਕਿ ਫਿਊਲ ਸੈਲਸ ਆਰ ਗਲਵੈਨਿਕ ਸੈਲਸ ਜਣ ਕੇ ਕੈਮੀਕਲ એનર્ਜੀ ਇਲੈਕਟ੍ਰੀਕਲ એનર્ਜੀਸ ਕਨਵਰਟ ਹੋਏਗੀ ਇੱਕ ਗੈਲਵੈਨਿਕ ਸੈਲ ਜਨੇ ਇਨ ਵਿੱਚ ਦਾ એનર્ਜੀ ਆਫ ਕੰਬਸ਼ਨ ਆਫ ਫਿਊल्स ਫਿਊल्स ਕਹੜੇ ਨੇ ਲਾਈਕ ਹਾਈਡਰੋਜਨ ਮੀਥੇਨ ਮੀਥਨੋਲ ਦੇ ਆਰ ਡਾਇਰੈਕਟਲੀ ਕਨਵਰਟਡ ਇਨਟੂ ਇਲੈਕਟ੍ਰੀਕਲ એનર્ਜੀ ਇਹਦੇ ਵਿੱਚ ਆਪਾਂ ਇੱਕ ਫਿਊਲ ਸੈਲ ਹੁਣ ਕਰਾਂਗੇ ਹਾਈਡਰੋਜਨ ਆਕਸੀਜਨ ਵਾਲਾ ਫਿਊਲ ਸੈਲ ਜਿਹੜਾ ਕਿ ਆਮ ਹੀ ਰਾਕਟਸ ਦੇ ਵਗੈਰਾ ਦੇ ਵਿੱਚ ਯੂਜ਼ ਕੀਤਾ ਜਾਂਦਾ ਇਹਦਾ ਇੱਕ ਇਹ ਵਾਲਾ ਜਿਹੜਾ ਸੈਲ ਦਿਖਾਇਆ ਹੈ ਨੇ ਇਦੇ ਵਿੱਚ ਦੋ ਇਲੈਕਟ੍ਰੋਡਾਂ ਦਾ ਧਿਆਨ ਨਾਲ ਡਾਇਗਰਾਮ ਤੋਂ ਸਮਝ ਲਓ ਨਾਲ ਤਾਂ ਡਾਇਗਰਾਮ ਬਣਾਉਣੀ ਆ ਜਾਊਗੀ ਨਾਲੇ ਤੁਹਾਨੂੰ ਸੈੱਲ ਦੀ ਸਮਝ ਆ ਜਾਊਗੀ ਇਹ ਵਾਲੇ ਪੋਰਸ ਇਲੈਕਟ੍ਰੋਡਸ ਨੇ ਦੋ ਠੀਕ ਹੈ ਜੀ ਪੋਰਸ ਦੋ ਇਲੈਕਟ੍ਰੋਡਸ ਨੇ ਇਹਨਾਂ ਦੇ ਵਿੱਚ ਪਲਾਟਿਨਮ ਜਾਂ ਪੈਲੇਡੀਅਮ ਇੱਕ ਕੈਟਾਲਿਸਟ ਦੇ ਤੌਰ ਤੇ ਫਿਲ ਕੀਤਾ ਹੋਇਆ ਹੁੰਦਾ ਸਾਈਡਾਂ ਜਿਹੜਾ ਸਿਲੰਡਰ ਬਣਿਆ ਹੋਇਆ ਇਹਨਾਂ ਦੇ ਪਾਸੇ ਇੱਕ ਆਊਟਲੈਟਸ ਦਿੱਤੀਆਂ ਹੋਈਆਂ ਨੇ ਇਨਲੈਟ ਕਹ ਲਓ ਜਾਂ ਆਊਟਲੈਟ ਕਹ ਲਓ ਦੋ ਇਸ ਤਰ੍ਹਾਂ ਪੁਆਇੰਟ ਓਪਨ ਛੱਡੇ ਹੋਏ ਨੇ ਇਹਨਾਂ ਦੇ ਵਿੱਚੋਂ ਕੀ ਆ ਇਸ ਸੈੱਲ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਪਹਿਲਾਂ ਹੀ ਕੈਮੀਕਲਸ ਫਿਲ ਕਰਕੇ ਰੱਖੇ ਹੋਏ ਨੇ ਕੈਮੀਕਲਸ ਅਸੀਂ ਨਾਲ ਦੀ ਨਾਲ ਦਵਾਂਗੇ ਹਾਈਡਰੋਜਨ ਦਵਾਂਗੇ ਆਕਸੀਜਨ ਦਵਾਂਗੇ ਤੇ ਨਾਲ ਦੀ ਨਾਲ ਇਲੈਕਟ੍ਰਿਸਿਟੀ ਦੀ ਪ੍ਰੋਡਕਸ਼ਨ ਹੋਏਗੀ ਰੈਕਟੈਂਟਸ ਅੰਦਰ ਜਾਈ ਜਾਣਗੇ ਪ੍ਰੋਡਕਟ ਇਲੈਕਟ੍ਰਿਸਿਟੀ ਜਿਹੜੀ ਬਾਹਰ ਨਿਕਲੀ ਜਾਊਗੀ ਯਾਨੀ ਕਿ ਜਿੰਨੀ ਦੇਰ ਤੱਕ ਲਗਾਤਾਰ ਰੈਕਟੈਂਟ ਉਹਨੂੰ ਮਿਲਦੇ ਰਹਿਣਗੇ ਇਲੈਕਟ੍ਰਿਸਿਟੀ ਜਿਹੜੀ ਪ੍ਰੋਡਿਊਸ ਹੁੰਦੀ ਰਹੇਗੀ ਇਹ ਇਹਦਾ ਇੱਕ ਗੁੱਡ ਫੀਚਰ ਹੈ ਇਹ ਨਹੀਂ ਹੈਗਾ ਵੀ ਕੈਮੀਕਲਸ ਪਹਿਲਾਂ ਹੀ ਨੇ ਉਹ ਕੈਮੀਕਲਸ ਖਤਮ ਹੋ ਜਾਣਗੇ ਤਾਂ ਉਹ ਜਿਹੜਾ ਸੈੱਲਾ ਉਹ ਕੰਮ ਕਰਨਾ ਬੰਦ ਕਰ ਦੇਊਗਾ ਇਸ ਤਰ੍ਹਾਂ ਨਹੀਂ ਹੈਗਾ ਰਿਐਕਟੈਂਟਸ ਬਾਹਰੋਂ ਦਿੱਤੇ ਜਾਣਗੇ ਤੇ ਪ੍ਰੋਡਕਟਸ ਬਣਦੇ ਜਾਣਗੇ ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਚੱਲੀ ਜਾਏਗੀ ਇਹਦੇ ਵਿੱਚ ਬਾਹਰਲੇ ਪਾਸੇ ਪਹਿਲਾਂ ਆਪਾਂ ਹਾਈਡਰੋਜਨ ਇਧਰਲੇ ਪਾਸੇ ਹਾਈਡਰੋਜਨ ਇਹਦੇ ਵਿੱਚ ਫਿਲ ਕਰ ਰਹੇ ਹਾਂਗੇ ਵਿਚਾਲੇ ਜਿਹੜਾ ਚੈਂਬਰ ਆ ਜਿਹੜਾ ਆ ਸੈਂਟਰ ਵਾਲਾ ਚੈਂਬਰ ਆ ਇਹ ਚੈਂਬਰ ਦੇ ਵਿੱਚ ਇਲੈਕਟ੍ਰੋਲਾਈਟ ਫਿਲ ਕੀਤਾ ਹੋਇਆ ਹੈ ਇਲੈਕਟ੍ਰੋਲਾਈਟ ਕਿਹੜਾ ਆ ਪੋਟਾਸ਼ੀਅਮ ਹਾਈਡਰੋਕਸਾਈਡ ਠੀਕ ਹੈ ਜੀ ਜਿਹੜਾ ਐਨੋਡ ਆ ਤੇ ਕੈਥੋਡ ਆ ਉਹ ਸੇਮ ਨੇ ਇਲੈਕਟਰੋਡਸ ਦੋਨੋਂ ਕਾਰਬਨ ਦੇ ਇਲੈਕਟਰੋਡਸ ਬਣੇ ਹੋਏ ਹੁੰਦੇ ਨੇ ਉਹਨਾਂ ਦੇ ਵਿੱਚ ਪਲਾਟਿਨਮ ਜਾਂ ਪੈਲੇਡੀਅਮ ਇੱਕ ਇਲੈਕਟ੍ਰੋਲਾਈਟ ਨਾ ਜਿਹੜਾ ਉਹਨਾਂ ਦੇ ਵਿੱਚ ਫਿਲ ਕੀਤਾ ਹੋਇਆ ਹੁੰਦਾ ਇਲੈਕਟ੍ਰੋਲਾਈਟ ਇਹਦੇ ਵਿੱਚ ਕੀ ਆ ਪੋਟਾਸ਼ੀਅਮ ਹਾਈਡਰੋਕਸਾਈਡ ਆ ਹੁਣ ਜਦੋਂ ਅਸੀਂ ਇਧਰਲੇ ਪਾਸੇ ਹਾਈਡਰੋਜਨ ਇਹਦੇ ਵਿੱਚ ਪਾਉਨੇ ਆ ਤਾਂ ਹਾਈਡਰੋਜਨ ਦਾ ਕੀ ਹੁੰਦਾ ਇੱਥੇ ਹਾਈਡਰੋਜਨ ਫੈਲ ਗਈ ਸਾਰੇ ਪਾਸੇ ਠੀਕ ਹੈ ਤਾਂ ਹਾਈਡਰੋਜਨ ਇਹਦੇ ਵਿੱਚ ਜਦੋਂ ਜਾਂਦੀ ਹੈ ਇਲੈਕਟਰੋਡ ਦੇ ਵਿੱਚ ਤਾਂ ਰਿਐਕਸ਼ਨ ਕੀ ਹੁੰਦਾ ਹਾਈਡਰੋਜਨ ਹਾਈਡਰੋਜਨ ਆਇਨਸ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਔਰ ਚਾਰ ਇਹਦੇ ਵਿੱਚੋਂ ਨਿਕਲਿਆ ਇਲੈਕਟ੍ਰੋਨ ਠੀਕ ਹੈ ਜੀ ਦੋ ਹਾਈਡਰੋਜਨ ਦੇ ਜੇਕਰ ਮੋਲੀਕਿਊਲਸ ਜਾ ਰਹੇ ਨੇ ਗੈਸ ਦੇ ਤਾਂ ਚਾਰ ਹਾਈਡਰੋਜਨ ਆਇਨ ਨਿਕਲ ਗਏ ਤੇ ਚਾਰ ਇਲੈਕਟ੍ਰੋਨ ਉਹਦੇ ਵਿੱਚੋਂ ਬਾਹਰ ਨਿਕਲ ਗਏ ਇਹ ਤਾਂ ਹੋ ਗਿਆ ਐਨੋਡ ਦੇ ਉੱਤੇ ਐਨੋਡ ਐਨੋਡ ਦੇ ਉੱਤੇ ਇਹ ਆਕਸੀਡੇਸ਼ਨ ਹੋਗੀ ਤੇ ਇਸ ਤੋਂ ਬਿਨਾ ਹੋਰ ਕੀ ਹੁੰਦਾ ਹੁਣ ਮੜਾ ਜਿਆ ਡਾਇਗਰਾਮ ਤੋਂ ਸਮਝਿਆ ਧਿਆਨ ਨਾਲ ਜਦੋਂ ਇੱਥੇ ਹਾਈਡਰੋਜਨ ਨੇ ਜਿਹੜੇ ਇੱਥੇ ਇਲੈਕਟ੍ਰੋਨਸ ਹੋਗੇ ਆ ਇਲੈਕਟ੍ਰੋਨਸ ਇਧਰਲੇ ਪਾਸੇ ਹੋਗੇ ਇਸ ਰੋਡ ਦੇ ਵਿੱਚ ਇਧਰਲੇ ਪਾਸੇ ਪੋਟਾਸ਼ੀਅਮ ਦੇ ਆਇਨਸ ਵੀ ਬਣ ਰਹੇ ਨੇ ਤੇ ਹਾਈਡਰੋਕਸਾਈਡ ਦੇ ਆਇਨਸ ਨੇ ਜਿਹੜੇ ਉਹ ਵੀ ਬਣ ਰਹੇ ਨੇ ਅ ਮਤਲਬ ਕਿੰਨੇ ਸਾਰੇ ਹਾਈਡਰੋਜਨ ਦੇ ਆਇਨਸ ਨੇ ਕਿੰਨੇ ਸਾਰੇ ਅ ਪੋਟਾਸ਼ੀਅਮ ਦੇ ਆਇਨਸ ਨੇ ਹਾਈਡਰੋਕਸਾਈਡ ਦੇ ਆਇਨਸ ਨੇ ਜਦੋਂ ਇਹ ਹਾਈਡਰੋਜਨ ਦੇ ਆਇਨਸ ਨੇ ਜਿਹੜੇ ਇੱਥੇ ਐਂਟਰ ਕਰਦੇ ਨੇ ਇਹ ਹਾਈਡਰੋਜਨ ਦੇ ਆਇਨਸ ਹਾਈਡਰੋਕਸਾਈਡ ਆਇਨਸ ਦੇ ਨਾਲ ਫਿਰ ਰਿਐਕਟ ਕਰਦੇ ਆ। ਐਨੋਡ ਦੇ ਉੱਤੇ ਜਿਹੜੇ ਆ ਹਾਈਡਰੋਜਨ ਆਇਨਸ ਪ੍ਰੋਡਿਊਸ ਹੋਗੇ ਨਾ ਇਲੈਕਟ੍ਰੋਨਸ ਲੂਜ਼ ਕਰਕੇ ਇਲੈਕਟ੍ਰੋਨਸ ਤਾਂ ਇਲੈਕਟ੍ਰੋਡ ਦੇ ਵਿੱਚ ਚਲੇ ਗਏ ਤੇ ਜਿਹੜੇ ਇਹ 4 ਹਾਈਡਰੋਜਨ ਆਇਨਸ ਨੇ ਇਹ 4 ਹਾਈਡਰੋਕਸਾਈਨਸ ਆਇਨਸ ਦੇ ਨਾਲ ਰਿਐਕਟ ਕਰਨਗੇ। ਇਹਦੇ ਨਾਲ ਮਿਲ ਕੇ ਕੀ ਬਣਾਉਣਗੇ? ਆਕਸੀਡੇਸ਼ਨ ਹੋ ਰਿਹਾ ਹਲੇ ਵੀ ਤਾਂ ਇੱਥੇ 4 ਮੋਲੀਕਿਊਲਸ ਕਿਹਦੇ ਬਣ ਗਏ? ਵਾਟਰ ਦੇ। ਚਾਰ ਮੋਲੀਕਿਊਲ ਇਹ ਤੇ ਪਾਣੀ ਦੇ ਬਣ ਕੇ ਹਾਈਡਰੋਕਸਾਈਡ ਸਮਝ ਗਏ ਪੋਟਾਸ਼ੀਅਮ ਹਾਈਡਰੋਕਸਾਈਡ ਤੋਂ ਆਇਆ ਇਹਦੇ ਵਿੱਚ ਇੱਥੇ ਪੋਟਾਸ਼ੀਅਮ ਦੇ ਆਇਨ ਜੀ ਬਣ ਗਏ ਇਲੈਕਟ੍ਰੋਲਾਈਟ ਤੇ ਹਾਈਡਰੋਕਸਾਈਡ ਦੇ ਬਣ ਗਏ ਜਿਹੜੇ ਹੁਣ ਇਲੈਕਟ੍ਰੋਨਸ ਨੇ ਉਹ ਕੀ ਕਰਨਗੇ ਜਿਹੜੇ ਇਲੈਕਟ੍ਰੋਨਸ ਨੇ ਇੱਥੋਂ ਮੂਵ ਕਰਕੇ ਜਦੋਂ ਇਹਨੂੰ ਕਨੈਕਟ ਕੀਤਾ ਹੋਇਆ ਹੋਊਗਾ ਆਪਾਂ ਇੱਥੇ ਬੈਟਰੀ ਦੇ ਨਾਲ ਇੱਥੇ ਸਾਰੀ ਇੱਕ ਬੱਲਬ ਦੇ ਨਾਲ ਕਨੈਕਟ ਕਰਾਂਗੇ ਤਾਂ ਇਲੈਕਟ੍ਰੋਨਸ ਇਸ ਤਰ੍ਹਾਂ ਫਲੋ ਕਰ ਰਹੇ ਨੇ ਇਧਰਲੇ ਇਲੈਕਟrode ਦੇ ਵਿੱਚ ਆ ਜਾਣਗੇ ਇੱਥੇ ਜਦੋਂ ਇਲੈਕਟ੍ਰੋਨਸ ਆ ਗਏ ਤੇ ਇ ਆਕਸੀਜਨ ਜਿਹੜੀ ਉਹ ਫਿਰ ਵਾਟਰ ਦੇ ਮੋਲੀਕਿਊਲ ਇਹਦੇ ਵਿੱਚ ਜਿਹੜੇ ਹਾਈਡਰੋਜਨ ਨਾਲ ਜਿਹੜੀ ਹਾਈਡਰੋਜਨ ਹੈ ਇਹਦੇ ਵਿੱਚ ਤੇ ਹਾਈਡਰੋਕਸਾਈਡ ਆਇਨਸ ਨੇ ਜਿਹੜੇ ਉਹ ਪਾਣੀ ਦੇ ਮੋਲੀਕਿਊਲ ਤੇ ਜਿਹੜੇ ਚਾਰ ਇਲੈਕਟ੍ਰੋਨ ਜਿਹੜੇ ਇਧਰਲੇ ਪਾਸੇ ਆ ਗਏ ਇਹਦੇ ਨਾਲ ਇਹ ਰਿਐਕਟ ਕਰੂਗਾ ਕੈਥੋਡ ਦੇ ਸਾਈਡ ਦੇ ਉੱਤੇ ਹੁਣ ਕੈਥੋਡ ਤੇ ਦੇਖੋ ਕੀ ਹੋਏਗਾ ਸਮਝਿਓ ਕੈਥੋਡ ਦੇ ਉੱਤੇ ਆਕਸੀਜਨ ਆ ਗਈ ਅਸੀਂ ਬਾਹਰੋਂ ਦਿੱਤੀ ਆ ਪਲੱਸ ਪਾਣੀ ਦੇ ਮੋਲੀਕਿਊਲਸ ਜਿਹੜੇ ਬਣ ਗਏ ਠੀਕ ਹੈ ਨਾ ਇੱਥੇ ਆ ਦੇਖੋ ਜਿਹੜੇ ਪਾਣੀ ਦੇ ਮੋਲੀਕਿਊਲਸ ਬਣ ਗਏ ਇਹਦੇ ਵਿੱਚ ਦੋ ਮੋਲੀਕਿਊਲ ਨੇ ਜਿਹੜੇ ਪਾਣੀ ਦੇ ਇਹਦੇ ਨਾਲ ਅਟੈਚ ਹੋਣਗੇ ਪਲੱਸ ਜਿਹੜੇ ਚਾਰ ਇਲੈਕਟ੍ਰੋਨ ਪਹਿਲਾਂ ਨਿਕਲੇ ਸੀ ਇਹ ਸਾਰੇ ਦੇ ਸਾਰੇ ਰਿਡਕਸ਼ਨ ਕਰਨਗੇ ਰਿਡਕਸ਼ਨ ਕਰਕੇ ਕੀ ਬਣਾਉਣਾ ਇਹਨਾਂ ਨੇ 4 ਹਾਈਡਰੋਕਸਾਈਡ ਆਇਨਸ ਬਣਾਉਣਗੇ ਇਦੇ ਵਿੱਚ ਰਿਡਕਸ਼ਨ ਹੋਏਗੀ ਮਤਲਬ ਕਿ ਕੈਥੋਡ ਦੇ ਉੱਤੇ ਤੁਹਾਨੂੰ ਪਤਾ ਕਿ ਰਿਡਕਸ਼ਨ ਹੁੰਦੀ ਹੈ ਚਾਰ ਇਲੈਕਟ੍ਰੋਨਸ ਇਹਨਾਂ ਨੇ ਇਹ ਵਾਲੇ ਲੈ ਲਏ ਨੇ ਤੇ 4 ਹਾਈਡਰੋਕਸਾਈਡ ਆਇਨਸ ਬਣ ਜਾਣਗੇ ਹੁਣ ਓਵਰਆਲ ਰਿਐਕਸ਼ਨ ਦੇਖੋ ਕੀ ਹੋਏਗਾ ਐਨੋਡ ਦੇ ਉੱਤੇ ਰਿਐਕਸ਼ਨ ਹੋਇਆ ਐਨੋਡ ਦੇ ਉੱਤੇ ਦੋ ਰਿਐਕਸ਼ਨ ਹੋਗੇ ਨਾ ਇੱਥੇ ਤੁਸੀਂ ਪਹਿਲਾਂ ਐਨੋਡ ਵਾਲੇ ਨੂੰ ਓਵਰਆਲ ਕਰ ਸਕਦੇ ਹੋਗੇ ਇਸ ਨੂੰ ਜਦੋਂ ਓਵਰਆਲ ਕਰਦੇ ਆਪਾਂ ਅ ਚਾਰ ਇਲੈਕਟ੍ਰੋਨ ਇਧਰਲੇ ਪਾਸੇ ਚਾਰ ਇਲੈਕਟ੍ਰੋਨ ਇਹਦੇ ਨਾਲ ਹੀ ਕੈਨਸਲ ਹੋਗੇ ਠੀਕ ਹੈ ਜੀ 4 ਹਾਈਡਰੋਜਨ ਇਹ ਵਾਲੇ 4 ਹਾਈਡਰੋਜਨ ਇਹਦੇ ਨਾਲ ਕੈਨਸਲ ਹੋਗੇ ਦੋ ਹਾਈਡਰੋਜਨ ਆ ਇੱਥੇ ਨੇ ਤੇ ਦੋ ਇਹਦੇ ਵਿੱਚੋਂ ਕੈਨਸਲ ਹੋ ਕੇ ਇੱਥੇ ਦੋ ਰਹਿ ਗਈਆਂ ਦੋ ਵਾਟਰ ਮੋਲੀਕਿਊਲਸ ਰਹਿ ਗਏ ਹਾਈਡਰੋਜਨ ਨਹੀਂ ਸੌਰੀ ਪਾਣੀ ਦੇ ਮੋਲੀਕਿਊਲ ਨੇ ਜਿਹੜੇ ਵਾਟਰ ਮੋਲੀਕਿਊਲਸ ਦੋ ਇਧਰਲੇ ਲੈਫਟ ਸਾਈਡ ਤੇ ਦੋ ਰਾਈਟ ਸਾਈਡ ਤੇ ਨੇ ਕੈਨਸਲ ਹੋ ਕੇ ਦੋ ਰਹਿ ਗਏ ਤਾਂ ਹੁਣ ਦੇਖੋ ਓਵਰਆਲ ਰਿਐਕਸ਼ਨ ਕੀ ਹੋ ਗਿਆ ਉੱਪਰਲੇ ਪਾਸੇ ਦੋ ਹਾਈਡਰੋਜਨਾਂ ਨੇ ਠੀਕ ਹੈ ਇਹ ਵਾਲੀਆਂ ਪਲੱਸ ਇਹ ਵਾਲੇ ਜਿਹੜੇ 4 ਹਾਈਡਰੋਜਨ ਇੱਕ ਹੋਰ ਵੀ ਕੈਨਸਲ ਹੋਏਗਾ ਐਨੋਡ ਦਾ ਐਨੋਡ ਦਾ 4 ਹਾਈਡਰੋਜਨ ਇੱਧਰ ਤੇ 4 ਹਾਈਡਰੋਜਨ ਇੱਧਰ ਇਹ ਵੀ ਕੈਨਸਲ ਹੋ ਜਾਣਗੇ ਆਪਸ ਦੇ ਵਿੱਚ ਪਲੱਸ ਕੀ ਹੋ ਗਿਆ ਆਕਸੀਜਨ ਰਹਿ ਗਈ ਸਾਡੇ ਕੋਲ ਤੇ ਇੱਧਰਲੀ ਸਾਈਡ ਤੇ ਕੀ ਰਹਿ ਗਿਆ ਦੋ ਮੋਲੀਕਿਊਲ ਪਾਣੀ ਦੇ ਰਹਿ ਗਈ ਮਤਲਬ ਕਿ ਜੇਕਰ ਦੋ ਮੋਲੀਕਿਊਲ ਅਦਰੋਂ ਹਾਈਡਰੋਜਨ ਦੇ ਜਾ ਰਹੇ ਨੇ ਇੱਕ ਮੋਲੀਕਿਊਲ ਆਕਸੀਜਨ ਦਾ ਜਾ ਕੇ ਤਾਂ ਇਲੈਕਟ੍ਰਿਸਿਟੀ ਪ੍ਰੋਡਿਊਸ ਹੋ ਰਹੀ ਹੈ ਇਹਦੇ ਵਿੱਚ ਜਾਨਕਿ ਇਲੈਕਟ੍ਰਿਕ ਕਰੰਟ ਪ੍ਰੋਡਿਊਸ ਹੋ ਰਿਹਾ ਤੇ ਨਾਲ ਹੀ ਦੋ ਮੋਲੀਕਿਊਲ ਵੀ ਪਾਣੀ ਦੇ ਬਣ ਰਹੇ ਨੇ ਪਾਣੀ ਦੇ ਮੋਲੀਕਿਊਲ ਉਹਦੇ ਵਿੱਚ ਵਧ ਰਹੇ ਨੇ ਉਹਦੇ ਵਿੱਚ ਜਾਨਕਿ ਉਹਦੀ ਕਨਸੈਂਟ੍ਰੇਸ਼ਨ ਪਾਣੀ ਦੀ ਹੈ ਜਿਹੜੀ ਉਹਦੇ ਵਿੱਚ ਵਧ ਰਹੀ ਹੈ ਇਹ ਕਿੰਨੇ ਵੋਲਟ ਦਾ ਕਰੰਟ ਪੈਦਾ ਕਰ ਦਿੰਦਾ ਆ ਇਹ 0.0.6 ਤੋਂ ਲੈ ਕੇ 0.7 ਵੋਲਟ ਤੱਕ ਦਾ ਕਰੰਟ ਪੈਦਾ ਕਰ ਦਿੰਦਾ ਔਰ ਇਹਦੀ ਸਭ ਤੋਂ ਜ਼ਿਆਦਾ ਹਾਈ ਐਫੀਸ਼ੀਐਂਸੀ ਹੁੰਦੀ ਹੈ ਜੀ 60 ਬਾਕੀ ਸਾਰੇ ਸੈਲਾਂ ਦੇ ਨਾਲੋਂ ਇਹ ਹਾਈਡਰੋਜਨ ਆਕਸੀਜਨ ਜਿਹੜਾ ਫਿਊਲ ਸੈੱਲ ਆ ਇਹਦੀ ਐਫੀਸ਼ੀਐਂਸੀ ਹੁੰਦੀ ਹੈ 62 70% ਇਹਦੇ ਖਾਸ ਤੌਰ ਤੇ ਇਹਦਾ ਇਹ ਫੀਚਰ ਆਉਂਦਾ ਕਿ ਹਾਈ ਐਫੀਸ਼ੀਐਂਸੀ ਆ ਦੀ ਇਹਦੇ ਬਹੁਤ ਐਡਵਾਂਟੇਜਸ ਨੇ ਹੋਰ ਸਾਰੇ ਬੈਟਰੀ ਸੈਲਰਸ ਦੇ ਉੱਪਰੋਂ ਕਿਉਂਕਿ ਇਹਦੀ ਐਫੀਸ਼ੀਐਂਸੀ ਬਹੁਤ ਜ਼ਿਆਦਾ ਇਹਦੇ ਵਿੱਚ ਇੱਕ ਨੰਬਰ ਤੇ ਤਾਂ ਇਹਦੀ ਐਫੀਸ਼ੀਐਂਸੀ 60 ਤੋਂ 70% ਨੰਬਰ ਤੋਂ ਤੇ ਕੰਟੀਨਿਊਸ એનર્ਜੀ ਕਿਉਂਕਿ ਲਗਾਤਾਰ ਰਿਐਕਟੈਂਟ ਅਸੀਂ ਦੇਈ ਜਾਣੇ ਤੇ ਕੰਟੀਨਿਊਸ ਲਗਾਤਾਰ ਇਲੈਕਟ੍ਰਿਸਿਟੀ ਜਿਹੜੀ ਪ੍ਰੋਡਿਊਸ ਹੁੰਦੀ ਰਹੂਗੀ ਕੋਈ ਵੀ ਵਿਚਕਾਰ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਸੈੱਲ ਬੰਦ ਹੋ ਜਾਊਗਾ ਜਾਂ ਉਹ ਖਤਮ ਹੋ ਗਿਆ ਜਾਂ ਉਹਨੂੰ ਚਾਰਜ ਕਰਨਾ ਪੈਗਾ ਇਸ ਤਰ੍ਹਾਂ ਦਾ ਕੁਝ ਨਹੀਂ ਹੋਏਗਾ ਨੰਬਰ 3 ਦੇ ਨੰਬਰ 2 ਹੋ ਗਿਆ ਕੰਟੀਨਿਊਸ ਚਾਰਜ ਨੰਬਰ 3 ਤੇ ਕੀ ਹੋ ਗਿਆ ਨੋ ਪੋਲਿਊਸ਼ਨ ਕੋਈ ਪੋਲਿਊਸ਼ਨ ਨਹੀਂ ਹੁੰਦੀ ਕਿਸੇ ਇਸ ਤਰ੍ਹਾਂ ਦਾ ਕੋਈ ਵੀ ਕੁਝ ਪ੍ਰੋਡਿਊਸ ਨਹੀਂ ਹੁੰਦਾ ਜਿਹਦੇ ਨਾ ਕੇ ਪੋਲੂਟੈਂਟਸ ਕੋਈ ਪ੍ਰੋਡਿਊਸ ਹੋਣ नो पोल्यूशन ਬਾਈ ਪ੍ਰੋਡਕਟ ਇਸ ਤਰ੍ਹਾਂ ਦੇ ਕੋਈ ਨਹੀਂ ਹੈਗੇ ਜਿੰਨਾ ਪੋਲੂਸ਼ਨ ਕ੍ਰੀਏਟ ਹੁੰਦਾ ਹੋਵੇ ਇਹ ਤਾਂ ਹੋ ਗਿਆ ਬੇਟੇ ਹਾਈਡਰੋਜਨ ਆਕਸੀਜਨ ਫਿਊਲ ਸੈੱਲ ਫਿਊਲ ਸੈੱਲ ਇਤਮਾਨ ਲਿਖ ਦਿੰਨੀ ਆ ਇਹਨੂੰ ਆਪਾਂ ਕਹਿੰਦੇ ਆ ਹਾਈਡਰੋਜਨ ਹਾਈਡਰੋਜਨ ਆਕਸੀਜਨ ਫਿਊਲ ਸੈੱਲ ਇਹ ਤੁਹਾਡੇ ਸਿਲੇਬਸ ਦੇ ਵਿੱਚ ਆ ਇਹਦੀ ਡਾਇਗਰਾਮ ਵੀ ਬਣਾਉਣੀ ਆ ਚੰਗੀ ਤਰ੍ਹਾਂ ਸਮਝ ਲਿਓ ਹੁਣ ਨੈਕਸਟ ਆਪਾਂ ਕਰਾਂਗੇ ਕਰੋਜ਼ਨ ਜਣ ਕੇ ਖੋਰਨ ਖੋਰਨ ਤੁਸੀਂ ਬਹੁਤ ਵਾਰੀ ਕੀਤਾ ਹੋਇਆ ਹੈ ਕਰੋਜ਼ਨ 6ਵੀਂ ਸੱਤਵੀਂ ਅੱਠਵੀਂ ਤੋਂ ਕਰਦੇ ਹੁੰਦੇ ਆ ਇਹਨੂੰ ਥੋੜਾ ਜਿਹਾ ਬਸ ਡਿਟੇਲ ਚ ਕਰਾਂਗੇ ਹੁਣ ਆਪਾਂ ਕਰੋਜ਼ਨ ਕੀ ਹੁੰਦਾ ਖੋਰਨ ਹੋ ਜਾਣਾ ਕਿਸੇ ਚੀਜ਼ ਦਾ ਖੁਰ ਜਾਣਾ ਠੀਕ ਹੈ ਜਿਵੇਂ ਕਿ ਕੁਝ ਜਿਹੜੀਆਂ ਧਾਤਾਂ ਨੇ ਜਿਹੜੀਆਂ ਕਿ ਬਹੁਤ ਘੱਟ ਐਕਟਿਵ ਨੇ ਜਿਵੇਂ ਕਿ 골ਡ ਹੋ ਗਿਆ ਪਲੈਟੀਨਮ ਹੋ ਗਿਆ ਜਾਂ ਪਲੇਡੀਅਮ ਨੇ ਇਹਨਾਂ ਦੇ ਉੱਤੇ এনਵਾਇਰਨਮੈਂਟ ਦਾ ਕੋਈ ਇਫੈਕਟ ਨਹੀਂ ਪੈਂਦਾ ਦੇ ਡੂ ਨਾਟ ਅੰਡਰਗੋ ਕਰੋਸ਼ਨ ਪਰ ਜਿਹੜੀਆਂ ਹੋਰ ਧਾਤਾਂ ਜਿਵੇਂ ਕਿ ਕਾਪਰ ਤਾਂਬੇ ਦੀ ਗੜਵੀ ਹੋਏਗੀ ਤੁਹਾਡੇ ਘਰ ਦੇ ਵਿੱਚ ਉੱਥੇ ਤੁਸੀਂ ਦੇਖਿਆ ਉਹਨਾਂ ਆਕਸਾਈਡ ਦੀ ਪਰਤ ਬਣਦੀ ਹੈ ਕਾਲੀ ਜੀ ਹੋ ਜਾਂਦੀ ਹੈ ਹੌਲੀ ਹੌਲੀ ਹਰੇ ਰੰਗ ਦੇ ਵਿੱਚ ਸਪੌਟ ਜੇ ਬਣਨੇ ਸ਼ੁਰੂ ਹੋ ਜਾਂਦੇ ਜੇਕਰ ਤੁਸੀਂ ਉਹਨੂੰ ਬਿਲਕੁਲ ਸਾਫ਼ ਨਹੀਂ ਕਰੋਗੇ ਹੌਲੀ ਹੌਲੀ ਉੱਥੇ ਪੋਰਸ ਬਣਨੇ ਸ਼ੁਰੂ ਹੋ ਜਾਣਗੇ ਤੇ ਆਇਰਨ ਦਾ ਤੁਸੀਂ ਆਮ ਹੀ ਜੰਗ ਲੱਗਿਆ ਦੇਖਿਆ ਹੋਇਆ ਹੈ ਕੋਈ ਵੀ ਆਇਰਨ ਦੀ ਕੋਈ ਚੀਜ਼ ਪਈ ਆ ਬਾਹਰ ਮੌਇਸਚਰ ਦੇ ਵਿੱਚ ਪਈ ਰਹਿੰਦੀ ਹੈ ਜਿਹੜਾ ਹਵਾ ਦੇ ਕੰਟੈਕਟ ਦੇ ਵਿੱਚ ਪਈ ਰਹਿੰਦੀ ਹੈ ਤਾਂ ਹੌਲੀ-ਹੌਲੀ ਉਹਦੇ ਤੇ ਬ੍ਰਾਊਨ ਕਲਰ ਦਾ ਰਸਟ ਬਣਨਾ ਸ਼ੁਰੂ ਹੋ ਜਾਂਦਾ ਉਹਨੂੰ ਆਪਾਂ ਕਰੋਜ਼ਨ ਕਹਿ ਦਿੰਦੇ ਹਾਂ ਇਹਦਾ ਮਤਲਬ ਕਰੋਜ਼ਨ ਦੀ ਡੈਫੀਨੀਸ਼ਨ ਕੀ ਹੋਗੀ ਡਿਟੇਰੀਓਰੇਸ਼ਨ ਆਫ ਅ ਮੈਟਲ ਜਾਨਕਿ ਪਤਨ ਹੋ ਜਾਣਾ ਖਤਮ ਹੋ ਜਾਣਾ ਡਿਟੇਰੀਓਰੇਸ਼ਨ ਆਫ ਅ ਮੈਟਲ ਐਜ਼ ਅ ਰਿਜ਼ਲਟਸ ਆਫ ਇਸ ਰਿਐਕਸ਼ਨ ਵਿਦ 에ਅਰ অর ਵਾਟਰ ਸਰਾਊਂਡਿੰਗ ਇਟ ਇਹਦੇ ਆਲੇ-ਦੁਆਲੇ ਹਵਾ ਤੇ ਜਿਹੜਾ ਪਾਣੀ ਆ এনਵਾਇਰਨਮੈਂਟ ਦੇ ਵਿੱਚ ਆ ਉਹਦੇ ਨਾਲ ਰਿਐਕਟ ਕਰਕੇ ਉਹਦਾ ਡਿਟੇਰੀਓਰੇਸ਼ਨ ਹੋ ਜਾਂ ਇਦੇ ਵਿੱਚ ਜਿਹੜੇ ਫੈਕਟਰਸ ਕਿਹੜੇ ਇਫੈਕਟ ਕਰਦੇ ਨੇ ਇਸ ਨੂੰ ਹਣ ਕਰੋਜ਼ਨ ਫੈਕਟਰਸ ਫੈਕਟਰਸ ਅਫੈਕਟਿੰਗ ਕਰੋਜ਼ਨ ਅਫੈਕਟਿੰਗ ਕਰੋਜ਼ਨ ਕੀ ਦੇ ਕਰਕੇ ਕਰੋਜ਼ਨ ਹੋ ਜਾਂਦਾ ਹੈ ਨੰਬਰ 1 ਤੇ ਤਾਂ ਇਹ ਹੈ ਨੰਬਰ 1 ਤੇ ਕੇ ਮੈਟਲਸ ਨੇ ਜਿਹੜੀਆਂ ਉਹ ਕਿੰਨੀਆਂ ਕਿ ਐਕਟਿਵ ਨੇ ਕਿੰਨੀ ਕਿ ਤੇਜ਼ੀ ਦੇ ਨਾਲ ਉਹ ਰਿਐਕਟ ਕਰਦੀਆਂ ਨੇ ਦੂਸਰੇ ਦੇ ਨਾਲ ਜਿੰਨਾ ਜਿਆਦਾ ਰਿਐਕਟਿਵਿਟੀ ਹੋਗੀ ਉੰਨੀ ਜਿਆਦਾ ਉਸ ਦੀ ਕਰੋਜ਼ਨ ਹੋਏਗੀ ਠੀਕ ਹੈ ਮੋਰ ਰਿਐਕਟਿਵ ਮੈਟਲਸ ਨੇ ਜਿਹੜੀਆਂ ਮੋਰ ਰਿਐਕਟਿਵ ਮੈਟਲਸ ਉਹ ਛੇਤੀ ਕਰੋੜ ਹੋ ਜਾਂਦੀਆਂ ਨੇ ਸੈਕੰਡ ਤੇ ਜੇਕਰ ਉਸ ਮੈਟਲ ਦੇ ਵਿੱਚ ਇੰਪਿਉਰਿਟੀਆਂ ਨੇ ਠੀਕ ਹੈ ਇੰਪਿਉਰिटीज ਨੇ ਤਾਂ ਉਹ ਇੱਕ ਗਲਵੈਨਿਕ ਸੈੱਲ ਦੀ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਐਨੋਡ ਤੇ ਕੈਥੋਡ ਬਣ ਜਾਂਦੇ ਨੇ ਤੇ ਉਹਦੇ ਉੱਤੇ ਕੀ ਹੁੰਦਾ ਰਿਡੌਕਸ ਰੈਕਸ਼ਨ ਚੱਲ ਪੈਂਦੇ ਨੇ ਤੇ ਉਹਦੇ ਕਰੋਜ਼ਨ ਹੋਣਾ ਉਹਦਾ ਸ਼ੁਰੂ ਹੋ ਜਾਂਦਾ ਨੰਬਰ 3 ਤੇ ਹੋਏਗਾ ਕਿ ਪ੍ਰੈਜ਼ੈਂਸ ਆਫ ਇਲੈਕਟ੍ਰੋਲਾਈਟਸ ਕਿ ਇਲੈਕਟ੍ਰੋਲਾਈਟਸ ਜੇ ਉਹਦੇ ਵਿੱਚ ਪ੍ਰੈਜ਼ੈਂਟ ਨੇ ਇਲੈਕਟ੍ਰੋਲਾਈਟਸ ਆਪਾਂ ਇਲੈਕਟ੍ਰੋਲਾਈਟਸ ਦੀ ਹੁਣ ਤੱਕ ਗੱਲ ਕਰਦੇ ਆ ਰਹੇ ਹਾਂ ਜਿਵੇਂ ਕਿ ਪਾਣੀ ਦੇ ਵਿੱਚ ਜੇਕਰ ਨਮਕ ਪਿਆ ਹੋਇਆ ਸਮੁੰਦਰ ਦੇ ਪਾਣੀ ਦੇ ਵਿੱਚ ਜੇਕਰ ਲੋਹੇ ਦੀ ਚੀਜ਼ ਹੋਊਗੀ ਤਾਂ ਬਹੁਤ ਛੇਤੀ ਉਸ ਨੂੰ ਕਰੋਜ਼ਨ ਹੋ ਜਾਊਗਾ ਕਿਉਂਕਿ ਸੋਡੀਅਮ ਕਲਰਾਈਡ ਨਮਕ ਬਹੁਤ ਤਰ੍ਹਾਂ ਦੇ ਨੇ ਉਹਦੇ ਵਿੱਚ ਨਮਕ ਨੇ ਜਿੱਥੇ ਨਮਕ ਹੋਏਗਾ ਉੱਥੇ ਜਿਹੜੇ ਆਇਨਸ ਦੀ ਮੂਵਮੈਂਟ ਦੇ ਕਾਰਨ ਬਹੁਤ ਤੇਜ਼ੀ ਦੇ ਨਾਲ ਆਕਸੀਡੇਸ਼ਨ ਤੇ ਰਿਡਕਸ਼ਨ ਹੋਏਗੀ ਔਰ ਉਸ ਦੀ ਕਰੋਜ਼ਨ ਬਹੁਤ ਜਲਦੀ ਹੁੰਦੀ ਹੈ ਜਿਵੇਂ ਕਿ ਤੁਹਾਡੀ ਬੁੱਕ ਤੇ ਵੀ ਦਿੱਤਾ ਵੀ ਕਰੋਜ਼ਨ ਆਇਰਨ ਦੀ ਹੈ ਜਿਹੜੀ ਸੀ ਵਾਟਰ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਹੁੰਦੀ ਆ ਐਜ਼ ਕੰਪੇਅਰ ਟੂ ਡਿਸਟਿਲਡ ਵਾਟਰ ਥਰਡ ਪੁਆਇੰਟ ਹੋ ਗਿਆ ਫੋਰਥ ਪੁਆਇੰਟ ਹੋ ਗਿਆ ਇਹਦਾ ਕਿ ਜੇਕਰ ਕਾਰਬਨ ਡਾਈਆਕਸਾਈਡ ਪ੍ਰੈਜੈਂਟ ਹੈ ਇਨ ਵਾਟਰ ਪਾਣੀ ਦੇ ਵਿੱਚ ਕਾਰਬਨ ਡਾਈਆਕਸਾਈਡ ਤਾਂ ਕਾਰਬੋਨਿਕ ਐਸਿਡ ਬਣਾ ਦੂਗੀ ਕਾਰਬੋਨਿਕ ਐਸਿਡ ਬਣਾਉ ਤਾਂ ਉਹ ਇਲੈਕਟ੍ਰੋਲਾਈਟ ਦੇ ਤਰ੍ਹਾਂ ਕੰਮ ਕਰੇਗਾ ਉਹੀ ਗੱਲ ਫੇਰ ਆ ਗਈ ਕਿ ਇਲੈਕਟ੍ਰੋਲਾਈਟ ਪਹਿਲਾਂ ਜਿਵੇਂ ਆਪਾਂ ਨਮਕ ਦਾ ਕਰ ਲਿਆ ਹੁਣ ਇਹ ਕਾਰਬਨ ਡਾਈਆਕਸਾਈਡ ਹੈ ਜਿਹੜਾ ਇਲੈਕਟ੍ਰੋਲਾਈਟ ਦਾ ਕੰਮ ਕਰੇਗਾ ਤਾਂ ਫਲੋ ਆਫ ਇਲੈਕਟ੍ਰੋਨਸ ਬਹੁਤ ਤੇਜ਼ੀ ਨਾਲ ਹੋ ਜਾਣਗੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਤਾਂ ਉਹਦੇ ਨਾਲ ਵੀ ਉਹ ਕਰੋਜ਼ਨ ਹੋ ਜਾਏਗਾ ਆਰ ਫਿਫਥ ਪੁਆਇੰਟ ਆ ਪ੍ਰ ਪ੍ਰੋਟੈਕਟਿਵ ਕੋਟਿੰਗ ਆਇਰਨ ਦੇ ਸਰਫੇਸ ਦੇ ਉੱਤੇ ਜੇਕਰ ਕਿਸੇ ਮੈਟਲ ਦੀ ਆਪਾਂ ਐਕਟਿਵ ਕੋਈ ਐਕਟਿਵ ਮੈਟਲ ਜਿਹੜੀ ਕਿ ਆਇਰਨ ਦੇ ਨਾਲੋਂ ਜ਼ਿਆਦਾ ਐਕਟਿਵ ਹੋ ਉਹਦੀ ਜੇਕਰ ਆਪਾਂ ਕੋਟ ਕਰ ਦਿੰਨੇ ਆ ਤਾਂ ਰੇਟ ਆਫ ਕਰੋਜ਼ਨ ਨੂੰ ਆਪਾਂ ਘਟਾ ਸਕਦੇ ਹਾਂਗੇ ਠੀਕ ਹੈ ਜੇਕਰ ਕੋਟਿੰਗ ਨਹੀਂ ਹੋਊਗੀ ਤਾਂ ਕਰੋਜ਼ਨ ਜਿਆਦਾ ਹੋਏਗੀ ਜਿਵੇਂ ਕਿ ਆਪਾਂ ਜਿੰਕ ਤੁਸੀਂ ਦੇਖਿਆ ਹੋਣਾ ਵੈਸੇ ਵੀ ਚਲੋ ਇਹ ਤਾਂ ਆਇਰਨ ਦੀ ਗੱਲ ਕਰਦੇ ਆ ਆਪਾਂ ਘਰਾਂ ਦੇ ਵਿੱਚ ਜਿਹੜੇ ਪਿੱਤਲ ਦੇ ਬਰਤਨ ਹੁੰਦੇ ਨੇ ਉਹਨਾਂ ਨੂੰ ਤੁਹਾਡੇ ਪੇਰੈਂਟਸ ਕਹਿੰਦੇ ਨੇ ਵੀ ਇਹਨੂੰ ਕਲੀ ਕਰਾ ਲਿਓ ਕਲੀ ਕਰਾਉਣ ਦਾ ਮਤਲਬ ਇਹ ਹੁੰਦਾ ਕਿ ਐਕਟਿਵ ਮੈਟਲ ਉਹਦੇ ਉੱਤੇ ਆਪਾਂ ਉਹਦੀ ਪਰਤ ਚੜਾਉਣੀ ਹੈਗੀ ਤਾਂ ਕਿ ਉਸ ਦਾ ਕਰੋਜ਼ਨ ਨਾ ਹੋਵੇ ਉਹ ਸਾਨੂੰ ਉਹਦਾ ਜਿਹੜੇ ਉਹ ਮੈਟਲ ਆ ਉਹਦੇ ਜੇਕਰ ਕੋਈ ਵੀ ਆਪਾਂ ਉਹਦੇ ਵਿੱਚ ਕੁਝ ਵੀ ਬਣਾਉਨੇ ਆਗੇ ਜੇਕਰ ਕੋਈ ਐਸਡੀਕ ਮੀਡੀਅਮ ਵੀ ਪਾਜਦਾ ਹੈ ਤਾਂ ਉਹਦਾ ਕੋਈ ਹਾਰਮਫੁਲ ਇਫੈਕਟ ਨਾ ਹੋਵੇ ਇਹ ਤਾਂ ਪੰਜ ਤਾਂ ਹੋ ਗਏ ਬੇਟਾ ਫੈਕਟਰਸ ਹੁਣ ਆਪਾਂ ਮੈਕੈਨਿਜ਼ਮ ਇਸ ਦੀ ਦੇਖਣੀ ਆ ਕਿ ਕਰੋਜ਼ਨ ਦੀ ਮੈਕੈਨਿਜ਼ਮ ਕਿਸ ਤਰ੍ਹਾਂ ਹੈ ਇਹ ਡਾਇਗਰਾਮ ਆ ਤੁਹਾਡੇ ਸਾਹਮਣੇ ਬਹੁਤ ਈਜ਼ੀ ਆ ਇਹਦੇ ਵਿੱਚ ਵੀ ਐਨੋਡ ਤੇ ਕੈਥੋਡ ਪੂਰੇ ਲੈਸਨ ਦੇ ਵਿੱਚ ਆਪਾਂ ਐਨੋਡ ਤੇ ਕੈਥੋਡ ਰਿਡੌਕਸ ਰਿਐਕਸ਼ਨਸ ਨੂੰ ਹੀ ਸਟੱਡੀ ਕਰਨਾ ਸੀ ਇਹਦੇ ਵਿੱਚ ਵੀ ਹੁਣ ਐਨੋਡ ਤੇ ਕੀ ਹੋਏਗਾ ਆ ਜਿਹੜਾ ਆਇਰਨ ਆਇਰਨ ਠੀਕ ਹੈ ਆਇਰਨ ਆ ਜਿਹੜਾ ਫੈਰਸ ਆਇਰਨ ਬਣ ਗਿਆ ਤੇ ਦੋ ਇਲੈਕਟ੍ਰੋਨਸ ਨਿਕਲ ਗਏ ਇਹ ਨੋਡ ਦੇ ਉੱਤੇ ਹੀ ਹੋ ਰਿਹਾ ਹੈ ਸਮਝ ਗਿਆ ਐਨੋਡ ਕਿਹੜਾ ਹੋਏਗਾ ਇਹਦੇ ਉੱਤੇ ਹੁਣ ਹੁਣ ਇਹ ਵੀ ਦਿਮਾਗ ਦੇ ਵਿੱਚ ਕੁਐਸਚਨ ਆਉਂਦਾ ਵੀ ਇਹਦੇ ਵਿੱਚ ਐਨੋਡ ਕੌਣ ਹੋਊਗਾ ਜਿਵੇਂ ਲੋਹੇ ਦੀ ਇੱਕ ਮੇਕ ਪਈ ਆ ਬਾਹਰ ਉਹਨੂੰ ਰਸਟ ਲੱਗ ਗਿਆ ਤੇ ਉਹ じゃ ਐਨੋਡ ਕੌਣ ਆ ਤੇ ਕੈਥੋਡ ਕੌਣ ਆ ਐਨੋਡ ਜਿੱਥੇ ਬਿਲਕੁਲ ਪਿਓਰ ਆਇਰਨ ਆ ਬਿਲਕੁਲ ਸਾਫ ਠੀਕ ਹੈ ਨੰਬਰ 2 ਤੇ ਰਸਟ ਉਦੋਂ ਲੱਗਦਾ ਜਦੋਂ ਜਿਹੜੀ ਆਇਰਨ ਦੀ ਜਿਹੜੀ ਆ ਕੋਈ ਵੀ ਚੀਜ਼ ਆ ਉਹ ਉਗੜ ਦੁਗੜ ਜਾਦਾ ਹੋਗੀ અનਇਵਨ ਹੋਏਗੀ ਸਮਝ ਗਏ ਅਨਇਵਨ ਦੇ ਉੱਤੇ ਜਿੱਥੇ ਕਿਤੇ ਪਿਓਰ ਫਾਰਮ ਦੇ ਵਿੱਚ ਆਇਰਨ ਹੋਏਗੀ ਉਹ ਐਨੋਡ ਦਾ ਕੰਮ ਕਰੇਗੀ ਐਨੋਡ ਦੇ ਉੱਤੇ ਕੀ ਹੋਣਾ ਆਕਸੀਡੇਸ਼ਨ ਹੈ ਤਾਂ ਤੁਹਾਨੂੰ ਪਤਾ ਹੀ ਆ ਹੁਣ ਐਨੋਡ ਦੇ ਉੱਤੇ ਜਦੋਂ ਰਸਟ ਬਣਦਾ ਤਾਂ ਐਨੋਡ ਦੇ ਉੱਤੇ ਜਿਹੜਾ ਆਇਰਨ ਆ ਉਹ ਦੋ ਇਲੈਕਟ੍ਰੋਨਸ ਲੂਜ਼ ਕਰਕੇ ਫੈਰਸ ਆਇਨਸ ਦੇ ਵਿੱਚ ਕਨਵਰਟ ਹੋ ਜਾਂਦਾ ਤਾ ਕੀ ਹੁੰਦਾ ਫਿਰ ਉੱਥੇ ਇਲੈਕਟ੍ਰੋਨਸ ਤੇ ਇਹ ਜਿਹੜੇ ਫੈਰਸਾਇੰਸ ਨੇ ਇੱਧਰ ਉੱਧਰ ਮੂਵ ਕਰਨ ਲੱਗਦੇ ਕੋ ਫੈਰਸਾਇੰਸ ਇੱਧਰ ਨੂੰ ਮੂਵ ਕਰਨ ਲੱਗੇ ਆ ਇਲੈਕਟ੍ਰੋਨਸ ਨੇ ਜਿਹੜੇ ਇੱਧਰ ਨੂੰ ਮੂਵ ਕਰਨੇ ਸ਼ੁਰੂ ਕਰਦੇ ਠੀਕ ਹੈ ਇਹ ਤਾਂ ਹੋ ਗਿਆ ਐਨੋਡ ਦੇ ਉੱਤੇ ਰਿਐਕਸ਼ਨ ਹੁਣ ਕੈਥੋਡ ਦੇ ਉੱਤੇ ਕੀ ਹੋਏਗਾ ਇੱਕ ਹੋਰ ਗੱਲ ਦੇਖਣੀ ਆ ਤੁਸੀਂ ਜਿਵੇਂ ਇਹਨੇ ਦਿਖਾਇਆ ਇੱਥੇ ਡ੍ਰੌਪ ਆਫ ਮੌਇਸਚਰ ਪੂਰੀ ਦੀ ਪੂਰੀ ਜਿਹੜੀ ਉਹ ਆਇਰਨ ਦੀ ਜੋ ਵੀ ਕੋਈ ਚੀਜ਼ ਭਈਆ ਉਹਦੇ ਉੱਤੇ ਇੱਕ ਆਕਸੀਜਨ ਐਂਡ ਵਾਟਰ ਦਾ ਮਿਕਸ ਹੋ ਕੇ ਉਹਦੇ ਉੱਤੇ ਇੱਕ ਪਰਤ ਬਣੀ ਹੋਈ ਹੈ ਉਹਦੇ ਨਾਲ ਉਸ ਨੂੰ ਆਇਰਨ ਵਾਂਸ ਨੇ ਟਕਿਆ ਹੋਇਆ ਠੀਕ ਹੈ ਜਾਨਕਿ ਡ੍ਰੌਪ ਆਫ ਮੌਇਸਚਰ ਜਿਹਦੇ ਵਿੱਚ ਕੀ ਆਕਸੀਜਨ ਵੀ ਹੈਗੀ ਆ ਦੇਖੋ ਇੱਥੇ ਇਹਨੇ ਦਿਖਾਈ ਵੀ ਆ ਕਿ ਆਕਸੀਜਨ ਵੀ ਇਹਦੇ ਵਿੱਚ ਆ ਨਾਲ ਤਾਂ ਹੁਣ ਕੈਥੋਡ ਦੇ ਉੱਤੇ ਕੀ ਰਿਐਕਸ਼ਨ ਹੋਣਾ ਐਨੋਡ ਤੇ ਤਾਂ ਆਇਰਨ ਦੇ ਬਣ ਗਿਆ ਨਾ ਆਇయన్స్ ਬਣ ਗਏ ਸਭ ਤੋਂ ਪਹਿਲਾਂ ਤਾਂ ਜਿਹੜਾ ਮੋਇਸਚਰ ਆ ਮੋਇਸਚਰ ਦੇ ਆਇయన్స్ ਬਣ ਗਏ వాటర్ ਦੇ ਵਿੱਚੋਂ ਹਾਈਡਰੋਜਨ ਆਇయన్స్ ਪਲੱਸ ਹਾਈਡਰੋਕਸਾਈਡ ਆਇయన్స్ ਬਣ ਗਏ ਠੀਕ ਹੈ ਬੇਟੇ ਫਿਰ ਇਹ ਹਵਾ ਦੇ ਵਿੱਚ ਜੇਕਰ ਕੋਈ ਕਾਰਬਨ ਡਾਈਆਕਸਾਈਡ ਮਿਕਸ ਹੋਈ ਹੋਈ ਹੈ ਤਾਂ ਇੱਕ ਇਲੈਕਟ੍ਰੋਲਾਈਟ ਦਾ ਉਹ ਕੰਮ ਕਰੂਗੀ ਨਾ ਪਹਿਲਾਂ ਵੀ ਕਰਕੇ ਛੱਡਿਆ ਆਪਾਂ ਵੀ ਕਾਰਬਨ ਡਾਈਆਕਸਾਈਡ ਜੇਕਰ ਮਿਕਸ ਹੋਈ ਹੈ ਤਾਂ ਇਲੈਕਟ੍ਰੋਲਾਈਟ ਦਾ ਕੰਮ ਕਰਦੀ ਆ ਕਾਰਬਨ ਡਾਈਆਕਸਾਈਡ ਪਲੱਸ వాటర్ ਕਾਰਬੋਨਿਕ ਐਸਿਡ ਬਣਾ ਦੂਗਾ ਇਹ ਤੇ ਜਿਹੜਾ ਇਹ ਕਾਰਬੋਨਿਕ ਐਸਿਡ ਆ ਇਹ ਅੱਗੋਂ ਆਇయన్స్ ਦੇ ਵਿੱਚ ਟੁੱਟ ਜਾਊਗਾ ਹਾਈਡਰੋਜਨ ਆਇਨਸ ਪਲੱਸ ਕਾਰਬੋਨੇਟ ਆਇਨਸ ਦੇ ਵਿੱਚ 2 ਹਾਈਡਰੋਜਨ ਆਇਨਸ ਬਣ ਜਾਣਗੇ ਤੇ ਕਾਰਬੋਨੇਟ ਆਇਨਸ ਬਣ ਜਾਣਗੇ ਹੁਣ ਕੈਥੋਡ ਦੇ ਉੱਤੇ ਜਿਹੜੇ ਇਹ ਹਾਈਡਰੋਜਨ ਆਇਨਸ ਬਣੇ ਨੇ ਹੁਣ ਰਿਐਕਟ ਕੀਣਾ ਕਰਨਾ ਇਹਨਾਂ ਨੇ ਆਕਸੀਜਨ ਦੇ ਨਾਲ ਜਿਹੜੇ ਇਹ ਇਹ ਇਲੈਕਟ੍ਰੋਲਾਈਟ ਦਾ ਕੰਮ ਕਰਤਾ ਨੇ ਇਹਨੇ ਇਹਨੇ ਇਲੈਕਟ੍ਰੋਲਾਈਟ ਦਾ ਕੰਮ ਕਰ ਦਿੱਤਾ ਹੁਣ ਇਹਦੇ ਉੱਤੇ ਚਾਰ ਜਿਹੜੇ ਹਾਈਡਰੋਜਨ ਆਇਨ ਇਹਦੇ ਵਿੱਚ ਪ੍ਰੋਡਿਊਸ ਹੋਏ ਨੇ ਪਲੱਸ ਆਕਸੀਜਨ ਹਵਾ ਵਿੱਚਲੀ ਆਕਸੀਜਨ ਪਲੱਸ ਜਿਹੜੇ ਇਲੈਕਟ੍ਰੋਨਸ ਨਿਕਲੇ ਨੇ ਜਿਹੜੇ ਕਿ ਆਇਰਨ ਨੂਜ਼ ਜਿਹੜੇ ਨਿਕਲੇ ਦੋ ਇਲੈਕਟ੍ਰੋਨ ਉਹਦੇ ਵਿੱਚੋਂ ਨਿਕਲੇ ਸੀਗੇ ਠੀਕ ਹੋ ਗਿਆ ਪਰ ਇੱਥੇ ਅਸੀਂ ਇਸ ਨੂੰ ਬੈਲੈਂਸ ਕਰਨ ਦੇ ਲਈ ਇੱਥੇ ਆਪਾਂ ਨੂੰ ਚਾਰ ਇਲੈਕਟ੍ਰੋਨ ਚਾਰ ਲੈਣਾ ਤਾਂ ਆਪਾਂ ਨੂੰ ਚਾਰ ਇਲੈਕਟ੍ਰੋਨ ਲੈਣੇ ਪੈਣੇ ਆ। ਉੱਥੇ ਆਪਾਂ ਆਇਰਨ ਵਾਲੇ ਨੂੰ ਦੋ ਦੇ ਨਾਲ ਮਲਟੀਪਲਾਈ ਕਰਾਂਗੇ 4 ਇਲੈਕਟ੍ਰੋਨਸ ਹੋ ਗਏ ਇੱਥੇ ਤਾਂ ਰਿਡਕਸ਼ਨ ਹੋ ਕੇ ਕੀ ਬਣੇਗਾ ਇੱਥੇ 2 ਮੋਲੀਕਿਊਲਸ ਪਾਣੀ ਦੇ ਬਣ ਜਾਣਗੇ। ਠੀਕ ਹੈ ਜੀ। ਹੁਣ ਇਥੇ 4 ਇਲੈਕਟ੍ਰੋਨਸ ਲੈਣ ਦੇ ਲਈ ਆਪਾਂ ਇਸ ਨੂੰ ਮਲਟੀਪਲਾਈ ਕਰਾਂਗੇ 2 ਦੇ ਨਾਲ 2 ਇਥੇ ਵੀ 2 ਹੋਏਗਾ ਤੇ ਇਥੇ 4 ਹੋ ਜਾਊਗਾ ਹੁਣ ਇਹ ਵਾਲਾ ਐਨੋਡ ਤੇ ਰਿਐਕਸ਼ਨ ਹੋ ਗਿਆ ਔਰ ਇਹ ਵਾਲਾ ਕੈਥੋਡ ਤੇ ਰਿਐਕਸ਼ਨ ਹੋ ਗਿਆ ਇਹ ਹੋ ਗਿਆ ਕੈਥੋਡ ਤੇ ਹੁਣ ਦੋਨਾਂ ਨੂੰ ਅਸੀਂ ਓਵਰਆਲ ਰਿਐਕਸ਼ਨ ਲਿਖਦੇ ਹਾਂਗਾ ਓਵਰਆਲ ਰਿਐਕਸ਼ਨ ਕੀ ਬਣੇਗਾ ਇਸ ਦਾ 4 ਇਲੈਕਟ੍ਰੋਨਸ 4 ਇਲੈਕਟ੍ਰੋਨਸ ਕੈਨਸਲ तो इस बिना होर तो कुछ नहीं कैंसल हो रहा बेटे इतने लिख लो हूँ उपरले पासे टू आयरन प्लस इधर आ गया फोर हाइड्रोजन आइन्स प्लस ऑक्सीजन और इधरले पासे बन गया टू फैरस आयनस बन गए प्लस दो मॉलिक्यूल बन गए पानी के ठीक है जी ਇਹ ਓਵਰਆਲ ਰੈਕਸ਼ਨ ਬਣ ਗਿਆ ਹੁਣ ਇਹਦੇ ਵਿੱਚ ਕੀ ਨੇ ਆਇਰਨ ਦੇ ਆਹ ਵਾਲੇ ਆਇਨਸ ਬਣੇ ਹੋਏ ਹੁਣ ਆਪਾਂ ਡਾਇਗਰਾਮ ਤੇ ਵੀ ਆ ਜਾਈਏ ਡਾਇਗਰਾਮ ਨੂੰ ਵੀ ਸਮਝੋ ਧਿਆਨ ਨਾਲ ਦੇਖੋ ਐਨੋਡ ਦੇ ਉੱਤੇ ਕੀ ਹੋ ਗਿਆ ਕਿ ਇਸ ਨੇ ਇਲੈਕਟ੍ਰੋਨਸ ਲੂਜ਼ ਕਰ ਦਿੱਤੇ ਆਕਸੀਡੇਸ਼ਨ ਹੋ ਗਿਆ ਫੈਰਸ ਦੇ ਆਇਨਸ ਬਣ ਗਏ ਫੈਰਸ ਆਇਨਸ ਨੇ ਜਿਹੜੇ ਹਵਾ ਵਿੱਚਲੀ ਆਕਸੀਜਨ ਦੇ ਨਾਲ ਇਧਰਲੇ ਪਾਸੇ ਕੈਥੋਡ ਦੇ ਉੱਤੇ ਜਿਹੜਾ ਇਧਰ ਡ੍ਰੌਪ ਆਫ ਮੌਇਸਚਰ ਆ ਇਹਦੇ ਤੋਂ ਹਾਈਡਰੋਜਨ ਆਇਨ ਜਿਵੇਂ ਤੁਹਾਨੂੰ ਸਮਝਾ ਦਿੰਦਾ ਮੈਂ ਹਾਈਡਰੋਜਨ ਆਇਨਸ ਬਣ ਗਏ ਤੇ ਹਾਈਡਰੋਕਸਾਈਡ ਆਇਨਸ ਬਣ ਗਏ ਹਵਾ ਵਿੱਚਲੀ ਜਿਹੜੀ 에ਅਰ ਆ 에ਅਰ ਵਿੱਚੋਂ ਕਾਰਬਨ ਡਾਈਆਕਸਾਈਡ ਨਾਲ ਕਾਰਬਨ ਕਾਰਬੋਨਿਕ ਐਸਿਡ ਬਣ ਗਿਆ ਤੇ ਉਹ ਜਿਹੜੇ ਹਾਈਡਰੋਜਨ ਆਇਨਸ ਜਿਹੜੇ ਸਾਨੂੰ ਪ੍ਰੋਡਿਊਸ ਹੋਏ ਨੇ ਉਹ ਆਕਸੀਜਨ ਨਾਲ ਮਿਲ ਕੇ ਤੇ ਜਿਹੜੇ ਚਾਰ ਇਲੈਕਟ੍ਰੋਨ ਇਹਦੇ ਵਿੱਚੋਂ ਇਹਨੂੰ ਆਪਾਂ 2 ਨਾਲ ਮਲਟੀਪਲਾਈ ਕਰਾਂਗੇ ਸਾਰੇ ਨੂੰ ਤਾਂ ਇਹ ਚਾਰ ਬਣ ਜਾਣਗੇ ਤਾਂ 4 ਇਲੈਕਟ੍ਰੋਨਸ ਤੇ ਆ ਦੋ ਪਾਣੀ ਦੇ ਮੋਲੀਕਿਊਲਸ ਬਣ ਗ ਇਹ ਵਾਲੇ ਜਿਹੜੇ ਪਾਣੀ ਦੇ ਹਣ ਮੋਲੀਕਿਊਲਸ ਨੇ ਜਿਹੜਾ ਆ ਫੈਰਸ ਦੇ ਆਇਨਸ ਇੱਧਰ ਨੂੰ ਗਏ ਨੇ ਇਹ ਪਾਣੀ ਦੇ ਮੋਲੀਕਿਊਲਸ ਦੇ ਨਾਲ ਤੇ ਇਹਨਾਂ ਨਾਲ ਰਿਐਕਟ ਕਰਕੇ ਕੀ ਬਣਾਉਂਦੇ ਨੇ ਰਸਟ ਬਣਾਉਂਦੇ ਨੇ ਸਮਝ ਗਏ ਇਹ ਰੈੱਡ ਕਲਰ ਦਾ ਇੱਕ ਪ੍ਰੋਡਕਟ ਬਣ ਜਾਂਦਾ ਜਿਸ ਨੂੰ ਅਸੀਂ ਕੀ ਕਹਿੰਦੇ ਹਾਂਗੇ ਰਸਟ ਇਹ ਵਾਲਾ ਰਸਟ ਬਣ ਗਿਆ ਤੇ ਸਮਝ ਗਏ ਡਾਇਗਰਾਮ ਸਮਝ ਗਏ ਹੋਮਗੇ ਹਣ ਤੇ ਨੈਕਸਟ ਹੁਣ ਆਪਾਂ ਅੱਗੇ ਹੋਰ ਇਹ ਇਸੇ ਨੂੰ ਕਰਦੇ ਹਾਂ ਕਿ ਜਿਹੜਾ ਇਹ ਹੁਣ ਆਇਰਨ ਦੇ ਜਿਹੜੇ ਇਹ ਫੈਰਸ ਦੇ ਆਇਆਨਸ ਬਣੇ ਨੇ ਆਹ ਵਾਲੇ ਇਹ ਵਾਲੇ ਆਇਆਨਸ ਬਣੇ ਨੇ ਇਹ ਆਇਆਨਸ ਹੁਣ ਅੱਗੋਂ ਫੇਰ ਆਕਸੀਜਨ ਦੇ ਨਾਲ ਰਿਐਕਟ ਕਰਦੇ ਨੇ ਇਹ ਅੱਗੋਂ ਇੱਥੇ ਮੈਂ ਤੁਹਾਨੂੰ ਸ਼ੋ ਕਰ ਦਿੰਨੀ ਆ ਪਲੱਸ ਆਕਸੀਜਨ ਤੇ ਜਿਹੜੇ ਆ ਪਾਣੀ ਦੇ ਮੋਲੀਕਿਊਲਸ ਬਣੇ ਹੋਏ ਨੇ ਠੀਕ ਹੈ ਪਾਣੀ ਦੇ ਮੋਲੀਕਿਊਲਸ ਬੈਲੈਂਸ ਕਰਾਂਗੇ ਜਦੋਂ ਤਾਂ 4 ਮੋਲੀਕਿਊਲਸ ਬਣਨਗੇ ਇਹ ਇਹਨਾਂ ਦੇ ਨਾਲ ਜਦੋਂ ਰਿਐਕਟ ਕਰਦਾ ਇਹ ਤਾਂ ਇਹ ਬਣੇਗਾ ਰਸਟ फेरिक ऑक्साइड फेरिक ऑक्साइड ਤੇ ਪਲੱਸ 8 ਹਾਈਡਰੋਜਨ ਦੇ ਆਇਨਸ ਨਿਕਲ ਗਏ ਪਲੱਸ ਹਾਈਡਰੋਜਨ ਆ ਨਿਕਲ ਗਏ ਤਾਂ ਫਿਰ ਨੈਕਸਟ ਹਾਈਡਰੋਲਿਸਿਸ ਇਸ ਦੀ ਹੋਏਗੀ ਪਾਣੀ ਦੇ ਨਾਲ ਫਿਰ ਰੈਕਟ ਕਰੇਗਾ ਵਾਟਰ ਦੇ ਨਾਲ ਕਿੰਨੇ ਮੋਲੀਕਿਊਲਸ ਨੇ ਇਹ ਕੋਈ ਪਤਾ ਨਹੀਂ ਉੱਥੇ ਪਾਣੀ ਦੀ ਕਿਹੋ ਜੀ ਮਾਤਰਾ ਹੈ ਕਿਵੇਂ ਆ ਉੱਥੇ ਐਕਸ ਪਾ ਦਨੇ ਆ ਸੀ ਤਾਂ फेरिक ਆਕਸਾਈਡ ਐਕਸ ਵਾਟਰ ਏ ਵਾਲਾ ਕੀ ਬਣ ਗਿਆ ਹੁਣ ਰਸਟ ਜਿਹੜਾ ਰੈੱਡ ਕਲਰ ਦਾ ਜੰਗਾਲ ਜਿਹਨੂੰ ਤੁਸੀਂ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਇੰਗਲਿਸ਼ 'ਚ ਆਪਾਂ ਕਹਿੰਦੇ ਆ ਰਸਟ ਉਹ ਰਸਟ ਬਣ ਗਿਆ ਮੈਨੂੰ ਉਮੀਦ ਆ ਹੁਣ ਤੁਸੀਂ ਡਾਇਗਰਾਮ ਤੋਂ ਵੀ ਸਮਝ ਗਏ ਹੋਵਾਂਗੇ ਤੇ ਰਿਐਕਸ਼ਨ ਵੀ ਇਹਦੇ ਸਾਰੇ ਸਮਝ ਗਏ ਹੋਵਾਂਗੇ ਦੇਖੋ ਡਾਇਗਰਾਮ ਤੇ ਵੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿੰਦਾ ਤੇ ਹੁਣ ਨੈਕਸਟ ਅਸੀਂ ਕਰਦੇ ਆਂਗੇ ਇਹਦੇ ਵਿੱਚ ਕਿ ਇਸ ਨੂੰ ਅਸੀਂ ਪ੍ਰੋਟੈਕਟ ਕਿਸ ਤਰ੍ਹਾਂ ਕਰਨਾ ਹੈ ਐਕਚੁਅਲੀ ਜਦੋਂ ਆਪਾਂ ਸਾਲਟ ਵਾਟਰ ਦੀ ਗੱਲ ਕਰਦੇ ਆਂਗੇ ਜਿਵੇਂ ਕਿ ਜਾਂ ਕਾਰਬਨ ਡਾਈਆਕਸਾਈਡ ਉਹਦੇ ਵਿੱਚ ਪਿਆ ਹੈ ਤਾਂ ਉਹਦੇ ਨਾਲ ਕੀ ਆ ਕੰਡਕਸ਼ਨ ਮੂਵਮੈਂਟ ਆਇਨਸ ਦੀ ਵਜਨ ਦੀ ਬਹੁਤ ਤੇਜ਼ੀ ਦੇ ਨਾਲ ਇਸੇ ਕਰਕੇ ਉਸ ਦਾ ਜਿਹੜੀ ਰਿਡਕਸ ਰਿਐਕਸ਼ਨ ਵਜ ਜਾਂਦੇ ਨੇ ਇਸੇ ਕਰਕੇ ਉਸ ਦਾ ਰਸਟ ਆ ਜਿਹੜਾ ਉਹਦਾ ਬਣਨਾ ਬਹੁਤ ਤੇਜ਼ੀ ਦੇ ਨਾਲ ਸਟਾਰਟ ਹੋ ਜਾਂਦਾ ਆਇਰਨ ਦਾ ਨੈਕਸਟ ਹੁਣ ਕਰਦੇ ਆਂ ਆਪਾਂ ਇਸ ਨੂੰ ਰੋਕਣਾ ਕਿਵੇਂ ਪ੍ਰੀਵੈਂਸ਼ਨ ਨੂੰ ਸੌਰੀ ਕਰੋਜ਼ਨ ਨੂੰ ਉਹਨੂੰ ਪ੍ਰੀਵੈਂਟ ਕਿਵੇਂ ਕਰਨਾ ਪ੍ਰੀਵੈਂਸ਼ਨ ਆਫ croza prevention of croza ਪਤਾ ਹੀ ਆ ਤੁਹਾਨੂੰ ਘਰਾਂ ਦੇ ਵਿੱਚ ਗੇਟ ਲੋਹੇ ਦੇ ਹੁੰਦੇ ਨੇ ਕਿਸ ਤਰ੍ਹਾਂ ਰੋਕ ਦਿਓਗੇ ਇੱਕ ਤਾਂ ਫਰਸਟ ਪੁਆਇੰਟ ਇਸ ਦਾ ਹੋ ਗਿਆ ਕਿ ਇੱਕ ਬੈਰੀਅਰ ਲਗਾ ਦਿਓ ਉਹਦੇ ਤੇ ਬੈਰੀਅਰ ਬੈਰੀਅਰ ਪ੍ਰੋਟੈਕਸ਼ਨ ਹੋ ਗਿਆ ਇੱਕ ਬੈਰੀਅਰ ਪ੍ਰੋਟੈਕਸ਼ਨ ਕਿਵੇਂ ਜਾਂਤਾ ਹੁੰਦੇ ਤੇ ਕੋਈ ਆਇਲ ਦੀ ਪਰਤ ਲਗਾ ਦਿਓ ਮਤਲਬ ਉਹਦੇ ਤੇ ਤੇਲਗਾਰਾ ਲਗਾ ਦਿਓ ਕੋਈ ਵੀ ਥੈਨ ਫਿਲਮ ਕੋਈ ਔਇਲ ਦੀ ਜਾਂ ਗ੍ਰੀਸ ਦੀ ਲਗਾ ਦਿਓ ਜਾਂ ਉਹਦੇ ਤੇ ਪੇਂਟ ਕਰ ਦਿਓ ਠੀਕ ਹੈ ਕੋਈ ਕੈਮੀਕਲਸ ਇਸ ਤਰ੍ਹਾਂ ਦੇ ਲਗਾ ਦਿਓ ਤਾਂ ਕਿ ਡਾਇਰੈਕਟ ਕੰਟੈਕਟ ਹੋ ਉਸ ਦਾ ਆਕਸੀਜਨ ਤੇ ਮੋਇਸਚਰ ਦੇ ਨਾਲੋਂ ਕੰਟੈਕਟ ਟੁੱਟ ਜਵੇ ਜਾਂ ਉਹਨੂੰ ਇਲੈਕਟ੍ਰੋਪਲੇਟਿੰਗ ਕਰ ਦਿਓ ਉਹਦੇ ਤੇ ਟਿਨ ਨਿਕਲ ਜਾ ਜ਼ਿੰਕ ਕਿਸੇ ਵੀ ਦੀ ਚੀਜ਼ ਦੀ ਆਪਾਂ ਧਾਤ ਦੀ ਜਿਹੜੀ ਕਿ ਐਕਟਿਵ ਆ ਦੈਟ ਇਜ਼ ਮੋਰ ਐਕਟਿਵ ਦੈਨ ਆਇਰਨ ਉਸ ਦੀ ਉਹਦੇ ਤੇ ਪਰਤ ਚੜਾ ਦਿਓ ਇਸ ਤਰ੍ਹਾਂ ਜਾਂ ਤਾਂ ਇਸ ਨੂੰ ਕੀਤਾ ਜਾ ਸਕਦਾ ਇਲੈਕਟ੍ਰੋਪਲੇਟਿੰਗ ਹੋ ਜਾਂਦੀ ਹੈ ਇਹਦੇ ਵਿੱਚ ਸੈਕੰਡ ਹੈਗਾ ਸੈਕਰੀਫੀਸ਼ਲ ਪ੍ਰੋਟੈਕਸ਼ਨ ਸੈਕਰੀਫੀਸ਼ਲ ਪ੍ਰੋਟੈਕਸ਼ਨ ਸੈਕਰੀਫੀਸ਼ਲ ਜਿਵੇਂ ਸੈਕਰੀਫਾਈਸ ਕਰਨਾ ਠੀਕ ਹੈ ਸੈਕਰੀਫਾਈਸ ਕਰਨਾ ਕੋਈ ਕੋਈ ਚੀਜ਼ ਕਰਵਾਨ ਕਰ ਦੇਣੀ ਕੀ ਕਰਵਾਨ ਹੋਊਗਾ ਇਹਦੇ ਵਿੱਚ ਸੋਚੋ ਇਹਦੇ ਵਿੱਚ ਜ਼ਿੰਕ ਆ ਜਿਹੜਾ ਜ਼ਿੰਕ ਦੀ ਆਪਾਂ ਪਰਤੇ ਚੜਾਤੀ ਆ ਦੇਤੇ ਇਹ ਡਾਇਗਰਾਮ ਇਹਦੇ ਨਾਲ ਹੀ ਰਿਲੇਟਡ ਆ ਕਿ ਜਦੋਂ ਅਸੀਂ ਇਹਦੇ ਉੱਤੇ ਜਿੰਕ ਦੀ ਪਰਤ ਚੜਾ ਦਤੀ ਕਿਸੇ ਆਇਰਨ ਦੇ ਉੱਤੇ ਜਿੰਕ ਦਾ ਮਲੰਮਾ ਕਰ ਦਿੱਤਾ ਉਹਦੇ ਉੱਤੇ ਤਾਂ ਜਿੰਕ ਆ ਜਿਹੜਾ ਦੈਟ ਇਜ਼ ਮੋਰ ਐਕਟਿਵ ਦੈਨ ਆਇਰਨ ਆਰਨ ਨਾਲ ਜ਼ਿਆਦਾ ਐਕਟਿਵ ਆ ਕਿਵੇਂ ਆ ਇਹ ਤੁਹਾਨੂੰ ਪਤਾ ਲੱਗੂਗਾ ਇਲੈਕਟ੍ਰੋਕੈਮੀਕਲ ਸੀਰੀਜ਼ ਦੇ ਵਿੱਚੋਂ ਕਿ ਜਿੰਕ ਦਾ ਜਿਹੜਾ ਇਲੈਕਟrode ਪੋਟੈਂਸ਼ੀਅਲ ਆ ਉਹ ਆਪਾਂ ਕੀਤਾ ਹੋਇਆ ਪਿਛਲੀ ਵੀਡੀਓ ਦੇ ਵਿੱਚ ਵੀ ਉਹ ਹੁੰਦਾ 0.76 ਆਰ ਮਾਈਨਸ ਹੁੰਦਾ ਵੋਲਟ ਔਰ ਆਇਰਨ ਦਾ ਹੁੰਦਾ 0.44 ਵੋਲਟ ਇਹ ਵੀ ਮਾਈਨਸ ਦੇ ਵਿੱਚ ਠੀਕ ਹੈ ਨਾ ਹੁਣ ਜਿੰਕ ਦਾ ਜਿਹੜਾ ਇਲੈਕਟ੍ਰੋਡ ਪੋਟੈਂਸ਼ੀਅਲ ਮਾਈਨਸ ਦੇ ਵਿੱਚ ਜ਼ਿਆਦਾ ਆ ਤੇ ਇਸ ਦਾ ਘਟਾ ਜੇ ਜ਼ਿਆਦਾ ਆ ਨੂੰ ਜਾ ਰਹਿਣਾ ਆਪਾਂ ਇਲੈਕਟ੍ਰੋਕੈਮੀਕਲ ਸੀਰੀ ਦੇ ਵਿੱਚ ਨੂੰ ਜਾਂਦੇ ਤਾਂ ਨੈਗੇਟਿਵ ਵੈਲਿਊ ਵੱਧਦੀ ਜਾਂਦੀ ਆ ਜਦੋਂ ਨੈਗੇਟਿਵ ਵੈਲਿਊ ਵੱਧਦੀ ਜਾਂਦੀ ਤਾਂ ਤੁਹਾਨੂੰ ਮੈਂ ਕਹਾਂ ਸੀ ਉਹਦਾ ਆਕਸੀਡੇਸ਼ਨ ਜ਼ਿਆਦਾ ਹੋਊਗਾ ਜਿਹੜੀ ਬਿਲਕੁਲ ਲਾਸਟ ਤੇ ਹੋਊਗੀ ਬਿਲਕੁਲ ਲਾਸਟ ਤੇ ਉਹਦਾ ਜਿੰਨੀ ਜ਼ਿਆਦਾ ਮਾਈਨਸ ਤੇ ਵਿੱਚ ਵੈਲਿਊ ਹੋਗੀ ਉਹਨਾਂ ਉਹਦਾ ਆਕਸੀਡੇਸ਼ਨ ਜ਼ਿਆਦਾ ਹੋਵੇਗਾ ਹੁਣ ਇੱਥੇ ਆਪਾਂ ਦੋਨੋਂ ਨੂੰ ਕੰਪੇਅ ਜਿਹੜਾ ਇਲੈਕਟ੍ਰੋਪੋਟੈਂਸ਼ੀਅਲ ਜ਼ਿਆਦਾ ਹੈ 네ਗੇਟਿਵ ਦੇ ਵਿੱਚ ਇਸ ਕਰਕੇ ਇਸ ਦਾ ਆਕਸੀਡੇਸ਼ਨ ਹੋਏਗਾ ਕਿਹਦਾ ਹੈ ਇਹ ਜ਼ਿੰਕ ਦਾ ਹੈ ਇਸ ਕਰਕੇ ਜ਼ਿੰਕ ਦੀ ਪਰਤ ਇਸੇ ਕਰਕੇ ਉਤੇ ਚੜਾਈ ਜਾਂਦੀ ਹੈ ਕਿ ਤਾਂ ਕਿ ਜ਼ਿੰਕ ਆ ਜਿਹੜਾ ਜ਼ਿਆਦਾ ਰੈਕਟਿਵ ਹੈ ਐਜ਼ ਕੰਪੇਅਰ ਟੂ ਆਇਰਨ ਤੇ ਜੇਕਰ ਕਰੋਜ਼ਨ ਹੋਏਗਾ ਵੀ ਤਾਂ ਜ਼ਿੰਕ ਦਾ ਕਰੋਜ਼ਨ ਹੋਏਗਾ ਆਇਰਨ ਦਾ ਨਹੀਂ ਹੋਏਗਾ ਜ਼ਿੰਕ ਦੇਖੋ ਜ਼ਿੰਕ ਆਇਨਸ ਦੇ ਵਿੱਚ ਕਨਵਰਟ ਹੋ ਜਾਏਗਾ ਦੋ ਇਲੈਕਟ੍ਰੋਨਸ ਇਹਦੇ ਵਿੱਚੋਂ ਨਿਕਲ ਗਏ ਤੇ ਫਲੋ ਆਫ ਇਲੈਕਟ੍ਰੋਨਸ ਇਸ ਤਰ੍ਹਾਂ ਜਿਵੇਂ ਡ੍ਰੌਪ ਆਫ ਮੌਇਸਚਰ ਉਹਨੇ ਕਹਤਾ ਵੀ ਮੌਇਸਚਰ ਲੱਗਿਆ ਹੋਇਆ ਪਰ ਕਰੋਜ਼ਨ ਹੋਏਗਾ ਤਾਂ ਜਿੰਕ ਦਾ ਹੋਏਗਾ ਜਿੰਕ ਦੀ ਪਰਤ ਉੱਥੋਂ ਹੌਲੀ-ਹੌਲੀ ਉੱਤਰਨੀ ਸ਼ੁਰੂ ਹੋਏਗੀ ਬਲਕਿ ਜਿਹੜਾ ਆਇਰਨ ਆ ਨੀਚੇ ਦੇਖੋ ਲਿਖਿਆ ਕੈਥੋਡ ਦੇ ਤੌਰ ਤੇ ਕੰਮ ਕਰਦਾ ਇਹਦੇ ਤੇ ਕਿਸੇ ਕਿਸਮ ਦੀ ਕੋਈ ਰਿਡਕਸ਼ਨ ਕੋਈ ਵੀ ਐਕਸ਼ਨ ਨਹੀਂ ਹੋਏਗਾ ਇਸ ਤਰ੍ਹਾਂ ਇਸ ਨੂੰ ਅਸੀਂ ਬਚਾਇਆ ਜਾ ਸਕਦਾ ਜਿੰਕ ਦੀ ਪਰਤ ਚੜਾਉਣ ਨੂੰ ਅਸੀਂ ਗੈਲਵੇਨਾਈਜੇਸ਼ਨ ਕਹਿੰਦੇ ਆ ਜਿੰਕ ਦੀ ਪਰਤ ਚੜਾਉਣ ਨੂੰ ਆਪਾਂ ਕਹਿੰਦੇ ਆ ਗੈਲਵੇਨਾਈਜੇਸ਼ਨ ਹੁਣ ਜੇਕਰ ਆਪਾਂ ਜ਼ਿੰਕ ਦੀ ਇਸ ਤਰ੍ਹਾਂ ਪਰਤ ਲઈએ ਜੇ ਜੇਕਰ ਜ਼ਿੰਕ ਦੀ ਪਰਤ ਨਹੀਂ ਛਡਾਉਂਦੇ ਆਪਾਂ ਤਾਂ 10 ਦੀ ਪਰਤ ਛੜਾ ਦਿੰਨੇ ਆਗੇ ਠੀਕ ਹੈ ਤੁਹਾਡੀ ਬੁੱਕ ਦੇ ਉੱਤੇ ਐਗਜ਼ਾਮਪਲ ਦਿੱਤੀ ਆ ਵੀ ਜ਼ਿੰਕ ਦੀ ਨਹੀਂ ਛਡਾਉਂਦੇ ਆਸੀਂ 10 ਦੀ ਪਰਤ ਛੜਾ ਦਿੰਨੇ ਆ 10 ਐਸ ਐਲ ਟਿੰਕ ਦਾ ਟੈਨਾ ਜਿਹੜਾ ਉਹ ਵੀ ਉਸੇ ਤਰ੍ਹਾਂ ਇਲੈਕਟ੍ਰੋਨ ਤੋਂ ਉਸੇ ਤਰ੍ਹਾਂ ਹੀ ਲੂਜ਼ ਕਰੂਗਾ ਜਿਸ ਤਰ੍ਹਾਂ ਕਿ ਇਹ ਜ਼ਿੰਕ ਕਰ ਰਿਹਾ ਹੈ ਉਸੇ ਤਰ੍ਹਾਂ ਹੀ ਉਹਦਾ ਵੀ ਆਕਸੀਡੇਸ਼ਨ ਹੋਏਗਾ ਪਰ ਜ਼ਿੰਕ ਦਾ ਜਿਹੜਾ ਇਲੈਕਟ੍ਰੋਕੈਮੀਕਲ ਸੀਰੀ ਦੇ ਵਿੱਚ ਜੇਕਰ ਵੈਲਿਊ ਦੇਖੀ ਉਹ ਹੈਗੀ ਆ 0.14 ਵੋਲਟ ਮਾਈਨਸ ਤੇ ਆਇਰਨ ਦੀ ਹੈਗੀ 0.44 ਹੁਣ ਆਇਰਨ ਦਾ ਜ਼ਿਆਦਾ ਹੋ ਗਿਆ ਨਾ ਇਹਦਾ ਘੱਟ ਹੋ ਗਿਆ ਇਹਦਾ ਮਤਲਬ ਆਕਸੀਡੇਸ਼ਨ ਪਹਿਲਾਂ ਕਿਹਦਾ ਹੋਊਗਾ ਇਹਦਾ ਹੁਣ ਟਿਨ ਦੀ ਪਰਤ ਤਾਂ ਆਪਾਂ ਚੜਾ ਦਾਂਗੇ ਉਹਦੇ ਤੇ ਗੈਲਵਨਾਈਜ਼ੇਸ਼ਨ ਟਿਨ ਦੀ ਕਰ ਦਾਂਗੇ ਪਰ ਜਦ ਤੱਕ ਟਿਨ ਉਹਦੇ ਉੱਤੇ ਲੱਗਿਆ ਹੋਇਆ ਉਹਦੋਂ ਤੱਕ ਕੀ ਹੈ ਜਿਉਂ ਹੀ ਉਹਦੇ ਤੇ ਜੇਕਰ ਕੋਈ ਖਰੋਚ ਆ ਗਈ ਇਹਦੇ ਉੱਤੇ ਆਪਾਂ ਗੱਲ ਕੀਤੀ ਸੀ ਵੀ ਜੇਕਰ ਇਹਦੇ ਤੇ ਇੱਥੇ ਇਦਾਂ ਖਰੋਚ ਆ ਗਈ ਇਹਦੇ ਤੇ ਇਹਦੇ ਤੇ ਖੁਰਚਿਆ ਗਿਆ ਤੇ ਆਇਰਨ ਬਾਹਰ ਬਾਹਰ ਐਕਸਪੋਜ਼ ਹੁੰਦਾ ਆ ਪਰ ਜੇਕਰ ਆਇਰਨ ਐਕਸਪੋਜ਼ ਹੁੰਦਾ ਤਾਂ ਪਰ ਜ਼ਿੰਕ ਹੀ ਰिएक्ट ਕਰਕੇ ਇਲੈਕਟ੍ਰੋਨਸ ਲੂਜ਼ ਕਰੂਗਾ ਆਇਰਨ ਦੇ ਉੱਤੇ ਕੋਈ ਇਫੈਕਟ ਨਹੀਂ ਪਾਊਗਾ ਪਰ ਜੇਕਰ ਇਹੀ ਗੱਲ ਆਪਾਂ ਟਿਨ ਤੇ ਕਰਦੇ ਆਂਗੇ ਤਾਂ ਟਿਨ ਦੇ ਨਾਲ ਜੇਕਰ ਇਸ ਤਰ੍ਹਾਂ ਟਿਨ ਦੀ ਪਰਤ ਉਹਦੇ ਉੱਤੇ ਲੱਗੀ ਹੈ ਟਿਨ ਕਿਤੇ ਇੱਥੇ ਸਕ੍ਰੈਚ ਹੋ ਗਿਆ ਨਿਕਲ ਗਿਆ ਤਾਂ ਟਿਨ ਆ ਜਿਹੜਾ ਉਹ ਆਪਣੇ ਇਲੈਕਟ੍ਰੋਨਸ ਲੂਜ਼ ਨਹੀਂ ਕਰੂਗਾ ਉਹਦਾ ਅੱਛੇ ਦਰਸ਼ਨ ਨਹੀਂ ਹੋਏਗਾ ਬਲਕਿ ਆਇਰਨ ਦਾ ਹੋਏਗਾ ਕਿਉਂਕਿ ਉਹ ਜ਼ਿਆਦਾ ਰिएक्टਿਵ ਆ ਆਇਰਨ ਟਿਨ ਦੇ ਕੰਪੈਰੀਸ਼ਨ ਇਲੈਕਟ੍ਰੋਕੈਮਿਕਲ ਸੀਰੀ ਤੋਂ ਤੁਸੀਂ ਦੇਖ ਸਕਦੇ ਹੋ ਤੁਸੀਂ ਨੈਕਸਟ ਜਿਹੜਾ 3ਰਡ ਪੁਆਇੰਟ ਆ 3ਰਡ ਪੁਆਇੰਟ ਦੇ ਵਿੱਚ ਹੈਗਾ ਇਲੈਕਟ੍ਰੀ electrical protection electrical protection ਦੇ ਵਿੱਚ ਜਿਹੜੇ ਆਇਰਨ ਦੇ ਪਾਰਟੀਕल्स ਨੇ ਉਹ ਜਿਹੜੇ ਜਿਵੇਂ ਕਿ ਆਇਰਨ ਦੀਆਂ ਪਾਈਪਸ ਹੋ ਗਈਆਂ ਪਾਣੀ ਦੀਆਂ ਪਾਈਪਸ ਹੋ ਗਈਆਂ ਜਿਨ੍ਹਾਂ ਨੂੰ ਅੰਡਰਗਰਾਉਂਡ ਵੀ ਪਾਇਆ ਜਾਂਦਾ ਜਾਂ ਪਾਣੀ ਉਹਨਾਂ ਦੇ ਵਿੱਚ ਚਲੰਗਾਇਆ ਜਾਂਦਾ ਤਾਂ ਉਹਨਾਂ ਦੇ ਉੱਤੇ ਵੀ ਇੱਕ ਐਕਟਿਵ ਮੈਟਲ ਦੀ ਪਰਤ ਚੜਾਈ ਜਾਂਦੀ ਹੈ ਐਕਟਿਵ ਮੈਟਲ ਇਹਦੇ ਵਿੱਚ ਕਿਹੜੀ ਹੁੰਦੀ ਆ ਮੈਗਨੀਸ਼ੀਅਮ ਮੈਗਨੀਸ਼ੀਅਮ ਦੀ ਪਰਚੜਾਈ ਜਾਂਦੀ ਆ ਕਿਉਂਕਿ ਇਹ ਜਿਹੜਾ ਮੈਗਨੀਸ਼ੀਅਮ ਆ ਉਸ ਦਾ ਇਲੈਕਟ੍ਰੋਕੈਮਿਕਲ ਸੀਰੀਜ਼ ਦੇ ਵਿੱਚ ਰਿਡਕਸ਼ਨ ਪੋਟੈਂਸ਼ੀਅਲ ਆ ਜਿਹੜਾ ਉਹ ਇਹਦੇ ਨਾਲੋਂ ਜ਼ਿਆਦਾ ਆ ਮੈਗਨੀਸ਼ੀਅਮ ਦਾ ਰਿਡਕਸ਼ਨ ਪੋਟੈਂਸ਼ੀਅਲ ਦੇਖਿਓ ਪਿਛਲੀ ਵੀਡੀਓ ਦੇ ਵਿੱਚ ਜਾਂ ਬੁੱਕ ਤੇ ਦੇਖਿਓ 2.37 ਤੇ ਆਇਰਨ ਦਾ ਦੇਖ ਲਿਆ ਆਪਾਂ 0.44 ਇਹ ਮਤਲਬ ਇਹਦਾ ਜ਼ਿਆਦਾ ਹੈ ਇਹਦਾ ਆਕਸੀਡੇਸ਼ਨ ਪਹਿਲਾਂ ਹੋਏਗਾ ਮੈਗਨੀਸ਼ੀਅਮ ਦਾ ਤੇ ਇਹ ਆਇਰਨ ਆ ਜਿਹੜਾ ਇਹਦਾ ਆਕਸੀਡੇਸ਼ਨ ਨਹੀਂ ਹੋਏਗਾ ਇਸ ਕਰਕੇ ਜਿਹੜੀਆਂ ਪਾਣੀ ਦੀਆਂ ਪਾਈਪਸ ਨੇ ਅੰਡਰਗਰਾਉਂਡ ਪਾਈਪਸ ਪਾਈਆਂ ਜਾਂਦੀਆਂ ਨੇ ਵਾਟਰ ਪਾਈਪਸ ਉਹਨਾਂ ਦਾ ਫਿਰ ਕਰੋਜ਼ਨ ਨਹੀਂ ਹੁੰਦਾ ਜਾਨਕਿ ਜਿੰਨਾ ਲੋਅਰ ਰਿਡਕਸ਼ਨ ਪੋਟੈਂਸ਼ੀਅਲ ਹੋਏਗਾ ਤੁਹਾਨੂੰ ਪਿਛਲੀ ਵੀਡੀਓ ਚ ਵੀ ਸਮਝਾ ਚੱਕੀ ਆ ਮੈਂ ਜਿੰਨਾ ਰਿਡਕਸ਼ਨ ਪੋਟੈਂਸ਼ੀਅਲ ਘਟ ਹੋਏਗਾ ਉਹਨਾਂ ਉਸ ਦਾ ਆਕਸੀਡੇਸ਼ਨ ਜ਼ਿਆਦਾ ਹੋਏਗਾ ਠੀਕ ਆ ਉਹ ਦੇ ਨਾਲੋਂ ਪ੍ਰੈਫਰ ਕਰੂਗਾ ਜਿੱਥੇ ਆਪਾਂ ਕੰਪੇਅਰ ਕਰਦੇ ਆ ਔਰ ਫੋਰਥ ਹੈਗਾ यूजिंग एंटीरस्ट सोल्यूशन एंटी रस्ट एंटीरस्ट सोल्यूशन आप यूज़ करने जा ए वाले भी आप यूज़ कर साल भी आपोजन को रोक सद एंटीरस्ट सोल्यूशन कहे कहड़े ने एलकेलाइन फॉसफेट हो कोई ना कोई जै एल्केलाइन क्रोमेट एलकेलाइन कोई भी फॉसफेट हो गया फॉसफेट ਜਾਂ ਐਲਕੈਲਾਈਨ ਕਰੋਮੇਟ ਠੀਕ ਹੈ ਜੀ ਜਿਵੇਂ ਕਿ ਇਹਦੇ ਵਿੱਚ ਤੁਹਾਡੀ ਬੁੱਕ ਦੇ ਵਿੱਚ ਵੀ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਆਇਰਨ ਦੇ ਜਿਹੜੇ ਆਰਟੀਕਲਸ ਨੇ ਉਹਨਾਂ ਨੂੰ ਜੇਕਰ ਅਸੀਂ ਬੋਇਲਿੰਗ ਐਲਕੈਲਾਈਨ ਸੋਡੀਅਮ ਫਾਸਫੇਟ ਐਲਕੈਲਾਈਨ ਸੋਡੀਅਮ ਫਾਸਫੇਟ ਫਾਸਫੇਟ ਜੇਕਰ ਇਹਦੇ ਵਿੱਚ ਆਪਾਂ ਬੋਇਲ ਕਰਦੇ ਸੋਡੀਅਮ ਫਾਸਫੇਟ ਦੇ ਵਿੱਚ ਆਇਰਨ ਦੀਆਂ ਜਿਹੜੀਆਂ ਪਾਰਟੀਕਲ ਕੋਈ ਵੀ ਪਾਰਟੀਕਲਸ ਨੇ ਜਾਂ ਉਹਦੇ ਕੋਈ ਵੀ ਗੁੱਡਸ ਨੇ ਉਹਨਾਂ ਨੂੰ ਜੇਕਰ ਅਸੀਂ ਉਹ ਚ ਡਿਪ ਕਰ ਦਿਆਂਗੇ ਤਾਂ ਇੱਕ ਪ੍ਰੋਟੈਕਟਿਵ ਇਨਸੋਲੂਬਲ ਸਟਿੱਕੀ ਫਿਲਮ ਦੀ ਤਰ੍ਹਾਂ ਇੱਕ ਜਿਵੇਂ ਸਟਿੱਕ ਕਰ ਜਾਂਦੀ ਹੈ ਉਹਦੇ ਤੇ ਚਿਪਕ ਜਾਂਦੀ ਹੈ ਇਸ ਤਰ੍ਹਾਂ ਦੀ ਇੱਕ ਫਿਲਮ ਬਣ ਜਾਂਦੀ ਹੈ ਉਹਦੇ ਉੱਤੇ ਆਇਰਨ ਫਾਸਫੇਟ ਉਹਦੇ ਉੱਤੇ ਬਣ ਜਾਂਦਾ ਹੈ ਸਟਿੱਕੀ ਫਿਲਮ ਆਫ ਆਇਰਨ ਫਾਸਫੇਟ ਤੇ ਉਸ ਤੇ ਫਿਰ ਉਹਦਾ ਕਰੋਜ਼ਨ ਨਹੀਂ ਹੁੰਦਾ ਇਸ ਤਰ੍ਹਾਂ ਇਸ ਨੂੰ ਅਸੀਂ ਕਰੋਜ਼ਨ ਨੂੰ ਅ ਮਤਲਬ ਰੋਕ ਸਕਦੇ ਆਗੇ 4 ਨੇ ਇਸ ਤੇ ਇੱਕ ਤਾਂ ਫਰਸਟ ਸੀਗਾ ਆਪਣਾ ਬੈਰੀਅਰ ਬੈਰੀਅਰ ਪ੍ਰੋਟੈਕਸ਼ਨ ਆ ਫਰਸਟ ਵਾਲਾ ਸੈਕੰਡ ਸੀਗਾ ਸੈਕਰੀਫਾਈਸਲ ਔਰ ਫਿਰ ਉਸ ਤੋਂ ਬਾਅਦ ਥਰਡ ਸੀਗਾ ਇਲੈਕਟ੍ਰੀਕਲ ਜਿਹਦੇ ਵਿੱਚ ਆ ਮੈਗਨੀਸ਼ੀਅਮ ਦੀ ਜਿਹੜੇ ਵਾਟਰ ਪਾਈਪਸ ਨੂੰ ਉਹਨਾਂ ਲਾਉਂਦੇ ਆ ਫੋਰਥ ਹੈਗਾ ਐਂਟੀ ਰਸਟ ਸੋਲੂਸ਼ਨ ਇਸ ਤਰ੍ਹਾਂ ਬੇਟੇ ਇਹ ਵਾਲਾ ਜਿਹੜਾ ਤੁਹਾਡਾ ਲੈਸਨ ਆ ਇਹ ਬਿਲਕੁਲ ਕੰਪਲੀਟ ਹੋ ਚੁੱਕਿਆ ਹੁਣ ਮੈਂ ਤੁਹਾਨੂੰ ਇਸ ਤੋਂ ਬਾਅਦ ਇਹਦੇ ਵਿੱਚ ਨਿਊਮੈਰੀਕਲਸ ਨੇ ਜਿਹੜੀ ਉਸ ਦੀ ਵੀਡੀਓ ਪਾਉਂਗੀ ਤੁਸੀਂ ਉਹਨਾਂ ਦੇ ਨੰਮਰਿਕਲਸ ਕੱਢਣੇ ਨੇ ਤਾਂ ਨੰਮਰਿਕਲਸ ਜਿੰਨੇ ਕੱਢੋਗੇ ਓਨੀ ਤੁਹਾਡੀ ਪ੍ਰੈਕਟਿਸ ਹੋਏਗੀ ਜੇਕਰ ਮੇਰੇ ਚੈਨਲ ਤੇ ਬੇਟੇ ਪਹਿਲੀ ਵਾਰੀ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਜ਼ਰੂਰ ਕਰਿਆ ਕਰੋ ਔਰ ਵੀਡੀਓ ਨੂੰ ਸ਼ੇਅਰ ਕਰੋ ਹੋਰ ਵੀ ਤੁਹਾਡੇ ਨਾਲ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਸ਼ੇਅਰ ਕਰ ਦਿਓ ਤੇ ਮੈਂ ਆਪਣੇ ਵੱਲੋਂ ਪੰਜਾਬੀ ਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣੀ ਹੈਗੀ ਤਾਂ ਕਿ ਤੁਹਾਨੂੰ ਪੰਜਾਬੀ ਮੀਡੀਅਮ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਅ ਜੇਕਰ ਕਿਸੇ ਕਿਸਮ ਦੀ ਕੋਈ ਵੀ ਤੁਹਾਡੀ ਕੁਐਰੀ ਆ ਕੋਈ ਕਿਤੇ ਵੀ ਕੁਝ ਸਮਝ ਨਹੀਂ ਆਉਂਦਾ ਤਾਂ ਮੇਰੇ ਤੋਂ ਜਰੂਰ ਪੁੱਛੋ ਮੈਂ ਤੁਹਾਡੀ ਕੁਐਰੀ ਨੂੰ ਜਰੂਰ ਸੋਲਵ ਕਰ ਦਿਆਂਗੀ